ज्ञान ध्यान किछु कर्म न जाना नाहे न निर्मल करनी साध संगत कै अंचल लाऊ बिखमा नदी जाए तरनी ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी सतगुर मेरा बे मोहताज सतगुर मेरे सच्चा साथ सतगुर मेरा सब सका दाता सतगुर मेरा पुरख विधाता गुर जैसा नहीं को दे जिस मस्तक भाग सो लगासे एक ओंकार सतनाम करता पुरख निर्भौ निर्वै अकाल मूरत अजुनी सैभं गुर प्रसाद श्लोक महला पहला सच काल उड़ वर्त्या कल कालक बिताल बियो बीज पत ले गए अब क्यों उगवे दाल जे एक होए ता उगवे रुति हूं रुत होए नानक पाहे बहरा कूड़े सोए न कोई पै विच खुंब चढ़ाई है श्रम पा तन हुई नानक भक्ति जी रपै कूड़े सोए न कोई पै विच खुंब चढ़ाई है श्रम पा तन हुई नानक भक्ति जी रपै कूड़े सोए न कोई परम सम्मान योग तन तन शब्द गुरु श्री गुरु ग्रंथ साहिब जी की पावन गोद विच सिख धर्म के बानी धन गुरु नानक साहब सच्चे पातशाह जी दे 550 साल प्रकाश पुरब नूं समर्पित
ਰੱਖੇ ਹੋਏ ਅੱਜ ਇਸ ਗੁਰਮਤਿ ਸਮਾਗਮ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਆਪ ਜੀ ਨੇ ਮੇਰੇ ਤੋਂ ਪਹਿਲਾਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ, ਉਸ ਤੋਂ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਗੁਰਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਆਓ ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ ਆਪਾਂ ਹੁਣੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਇਹ ਪਾਵਨ ਸਲੋਕ ਆਸਾ ਕੀ ਵਾਰ ਦੀ ਬਾਣੀ 11 ਨੰਬਰ ਪੌੜੀ ਦੇ ਨਾਲ ਪਹਿਲਾ ਸਲੋਕ ਹੈ। 468 ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸਲੋਕ ਸੁਭਾਏਮਾਨ ਹੈ। ਗੁਰਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦਾ ਹੈ, ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ। ਗੁਰਬਾਣੀ ਕੋਈ ਮੰਤਰ ਨਹੀਂ ਹੈ, ਗੁਰਬਾਣੀ ਇੱਕ ਜੀਵਨ ਜਾਚ ਸਿੱਖਿਆ। ਗੁਰ ਕਹਿਆ ਮਾਨ ਨਿਜ ਨਿਧਾਨ ਸਾਚ ਜਾਣ ਮੰਤਰ ਇਹ ਹੈ। ਮੰਤਰ ਦਾ ਅਰਥ ਹੁੰਦਾ ਹੈ ਸਲਾਹ। ਤੋ ਅਸੀਂ ਆਪਣੇ ਗੁਰੂ ਕੋਲੋਂ ਸਲਾਹ ਲੈਂਦੇ ਹਾਂ ਕਾਹਦੀ, ਕਿ ਮੈਂ ਜ਼ਿੰਦਗੀ ਨੂੰ ਜਿਉਣਾ ਕਿਵੇਂ। ਜਿਹੜੇ ਮੇਰੀ ਜ਼ਿੰਦਗੀ ਚ ਉਤਰਾਅ ਚੜਾਅ ਆਉਂਦੇ ਨੇ, ਸੁੱਖ ਦੁੱਖ ਆਉਂਦੇ ਨੇ, ਮੈਂ ਖੁਸ਼ੀ ਨੂੰ ਕਿੱਦਾਂ ਮੰਨਣਾ ਹੈ, ਜੇ ਬਿਪਤਾ ਆ ਜਾਏ, ਘਟਨਾ ਵਾਪਰ ਜਾਏ ਤੇ ਉਹਨੂੰ ਉਹਦਾ ਮੁਕਾਬਲਾ ਕਿਵੇਂ ਕਰਨਾ। ਜ਼ਿੰਦਗੀ ਚ ਜੇ ਖੁਸ਼ੀ ਹੈ ਤੇ ਦੁੱਖ ਵੀ ਆਏਗਾ, ਜੇ ਜ਼ਿੰਦਗੀ ਵਿੱਚ ਗਮ ਹੈ ਤੁਹਾਡੀ ਜ਼ਿੰਦਗੀ ਚ ਖੇੜਾ ਵੀ ਆਏਗਾ। ਦੋ ਸਿਰੇ ਨੇ ਸਾਡੀ ਜ਼ਿੰਦਗੀ ਦੇ। ਜੇ ਮਨੁੱਖ ਦੀ ਜ਼ਿੰਦਗੀ ਵਿੱਚੋਂ ਦੁੱਖ ਕੱਢ ਦਿਓ, ਜ਼ਿੰਦਗੀ ਬੇਸਵਾਦੀ ਹੋ ਜਾਏਗੀ। ਬਾਣੀ ਦਾ ਬੜਾ ਪਿਆਰਾ ਵਾਕ ਹੈ, ਦੁੱਖ ਦਾਰੂ ਬੋਲੋ ਸਾਧ ਸੰਗਤ ਜੀ, ਦੁੱਖ ਦਾਰੂ ਸੁੱਖ ਰੋਗ ਪਿਆ। ਅਰਦਾਸ ਸਾਰਿਆਂ ਦੀ ਇਹੋ ਹੀ ਹੈ ਵੀ ਦੁੱਖ ਨਾ ਆਵੇ, ਇਹੋ ਹੀ ਅਰਦਾਸ ਹੈ ਜ਼ਿੰਦਗੀ ਚ ਦੁੱਖ ਨਾ ਆਵੇ। ਜਿਹਦਾ ਪੁੱਤ ਡਾਕਟਰ ਉਹਦੀ ਕੀ ਅਰਦਾਸ ਹੋਏਗੀ ਭਲਾ, ਬੋਲ ਕੇ ਦੱਸਿਓ। ਸਾਰੇ ਮਰੀਜ਼ ਹੋ ਜਾਣ ਸੰਸਾਰ ਨੂੰ ਜਦੋਂ ਅਸੀਂ ਇੱਕ ਤੱਕੜੀ ਚ ਪਾ ਕੇ ਤੋਲਾਂਗੇ, ਜ਼ਿੰਦਗੀ ਕਦੀ ਅੱਗੇ ਨਹੀਂ ਤੁਰ ਸਕਦੀ। ਤੋ ਆਓ ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਬੜੇ ਪਿਆਰ ਨਾਲ ਸਾਰੀ ਸੰਗਤ ਆਦਰ ਸਤਿਕਾਰ ਨਾਲ, ਕਿ ਜਿੱਥੇ ਸਮਾਗਮ ਹੈ ਤੁਸੀਂ ਸੁਣ ਰਹੇ ਹੋ ਲਾਈਵ ਇੰਟਰਨੈਟ ਮਾਧਿਅਮ ਰਾਹੀਂ, ਦੇਸ਼ ਵਿਦੇਸ਼ ਵਿੱਚ ਸੰਗਤਾਂ ਆਪਣੇ ਘਰਾਂ ਵਿੱਚ ਬੈਠੀਆਂ ਵੀ ਸਰਵਣ ਕਰ ਰਹੀਆਂ ਨੇ, ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਬੜੇ ਅਦਭੁਤ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਬੜੇ ਪਿਆਰ ਨਾਲ ਆਪਾਂ ਇਹਨਾਂ ਤੁਕਾਂ ਦਾ ਪਾਠ ਕਰਨਾ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਬੜੇ ਪਿਆਰ ਨਾਲ ਸਾਰੀ ਸੰਗਤ ਪੜੋ ਜੀ। ਸਤਿਗੁਰ ਮੇਰਾ ਬੇਮਹੁਤਾ, ਸਤਿਗੁਰ ਮੇਰਾ ਬੇਮਹੁਤਾ, ਸਤਿਗੁਰ ਮੇਰੇ ਸੱਚਾ ਸਾਥ, ਸਤਿਗੁਰ ਮੇਰੇ ਸੱਚਾ ਸਾਥ, ਸਤਿਗੁਰ ਮੇਰਾ ਸਭ ਸੁਖ ਦਾਤਾ, ਸਤਿਗੁਰ ਮੇਰਾ ਸਭ ਸੁਖ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀਂ ਕੋ ਦੇ, ਗੁਰ ਜੈਸਾ ਨਾਹੀਂ ਕੋ ਦੇ, ਵਾਹ 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 ਵਾਹ।
गुरु जैसा नाही को दे, गुरु जैसा नाही को दे। जिस मस्तक भाग सो लागा से, जिस मस्तक भाग सो लागा से, गुरु पूरा जना सिमरिया, गुरु पूरा जना सिमरिया। सेई पे निहाल, सेई पे निहाल। वाह वाह वाह, नानक नाम आराधना, नानक नाम आराधना। कारज आवै रास, कारज आवै रास। सत्संगत सतगुरु की गोद विच बैठ के सतगुरु के पवित्र बचना की आप विचार सांझी करने। बड़े प्यार नाल आपां सारिआं ने श्लोक का पाठ सुनिया। श्लोक शुरू हुंदा है, श्लोक महला पहला। सचकाल जिन्हां नूं बाणी आउंदी नाल नाल पढ़ो। सचकाल कूड वरतिया, कल कालक बेताल। बीओ बीज पत लै गए, अब क्यों उगवै दाल। मेरी बेनती है प्रबंधक वीरां नूं निम्रता सहित साथ जोड़ के, संगत नूं भी बेनती है भी बाहरों आवाज अंदर नालों ज्यादा आ रही है। जे दो चार सेवादार वीर बेनती करते हो संगत नूं, जिवें स्टेज शक्ति की सेवा निभाउण वाले वीर ने बड़े प्यार नाल बेनती की है भी जिन्ना समा आपां दीवान च बहना है उन्ना समा आपां लंगर पानी। बोलो जी, बंद कर। रोज मेरे ख्याल च आपां अपने घरां विच प्रशादा पानी खा के सौंदे हां। सानूं मालक ने बड़ा कुछ बख्शिश कीता होया, पर जिहड़ा इह शब्द बाणी दा लंगर है किसी टावे घर बणदा है। जिहड़ा रोटी पानी है उह तां साडे घरां च रोज बणदा ही है। सवेरे उठदिआं सार पड़ना शुरू हुंदा है, दुपहरे बणदा है, सवेरे बणदा, शाम नूं बणदा है। पर मारो ध्यान किन्नियां घरां च बाणी पढ़ी जा रही है। जिहड़ी शरीर दी खुराक दा ध्यान है उह ते असीं सारे रख रहे हां। रात नूं सौंदे हां, सवेर दी प्लैनिंग बनी हुंदी है, सवेरे खाने, दुपहर दी प्लैनिंग बनी हुंदी है, शाम नूं की धरना है। एक वेले दी खा के हटदे हां, दूजे दी फेर नाल चिंता शुरू हो जांदी है। तो इह ते चलदा रहना। मेन इह है कि मैं गुरु दे कोलों सिखणा की है। गुरु साहिब मैनूं उपदेश की दिंदे हां। जदों असीं इहनां लंगरां तों, इहनां पदार्थां तों उपर उठांगे, क्योंकि दो किस्म दे लंगर चलदे ने गुरु नानक साहिब दे घर। एक लंगर चलिया गुरु शब्द, एक नेत्र सोई तेरी घ्यो मैदा खान। जिहड़ा आपां लंगर पानी छकना है शरीर की खुराक। आ जिहड़े तुसीं विचारां सुन रहे हो, कीर्तन सुनिया है, यह साडे मन की खुराक है। मन की खुराक टावे घर है। मारो ध्यान, जिन्हें तुसीं बैठे हो किन्नियां घरां शामां नूं परिवार बच्चिआं नाल बैठ के बाणी पढ़दे हो। किन्ने परिवार अपने बच्चों नाल कहना आओ पुत आपां सौदा रह रास्ता रल के पाठ करिए। किन्नियां घरां च मावां ने जिहड़ियां बच्चों नूं तैयार करदिआं करदिआं कहना पुत तैयार हो गए, हुण गुरबाणी पढ़ के फिर थोड़ी बहुत ही स्कूल जाए। क्योंकि बच्चे तां पढ़नगे जे परिवार दे जी खुद बाणी। बोलो जी, पढ़नगे। तो जे साडे घरां विच माहौल नहीं, तो माहौल सिरजण वास्ते नमाणे उपराले कीते जा रहे, सानूं जाग लग जाए असी इस बने तुर सकी। तो जे फिर असी आण के उत्थे लंगरां तक ही सीमित रह गए, तो मैनूं नहीं लगता कि साडी कोई जादी प्राप्ति है। मैं माफी मंग लवां पहिलां। प्राप्ति तां है कि मैं आण के सिखणा की। असी इत्थों गुरु दी विचार अगले दिन तक दो चार दस दिनां तक मैं मैनूं कोई पुछे भी कल की सिखिया कल दे समागम च,
ਤੇ ਮੈਂ ਦੋ ਚਾਰ ਗੱਲਾਂ ਦੱਸ ਸਕਾਂ ਵੀ ਆਹ ਗੱਲ ਦਾ ਮੈਨੂੰ ਨਹੀਂ ਸੀ ਪਤਾ, ਇਸ ਗੱਲ ਦਾ ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਕੋਸ਼ਿਸ਼ ਕਰਾਂਗਾ ਬਾਣੀ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਾਂ। ਇਹ ਤਾਂ ਹੋਏਗੀ ਜੇ ਮੈਂ ਸੁਰਤ ਪਟਾ ਕੇ ਬੈਠਣ ਦਾ ਯਤਨ ਕਰਾਂਗਾ। ਜਿਹਨਾਂ ਇਲਾਕਿਆਂ ਸਮਾਗਮ ਨਿਰੰਤਰ ਚੱਲਦੇ ਹਨ ਉੱਥੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਪੈਂਦੀ। ਇਸ ਗੱਲੋਂ ਜਦੋਂ ਅਸੀਂ ਮਾਲਵੇ ਵਿੱਚ ਜਾਂਦੇ ਹਾਂ ਨਾ ਤਾਂ ਸਾਧ ਸੰਗਤ ਇਸ ਜਿਹੜੀ ਚੀਜ਼ ਦੀ ਕਮੀ ਹੋਵੇ ਉਹਨੂੰ ਸਵੀਕਾਰ ਕਰ ਲੈਣਾ ਚਾਹੀਦਾ। ਮੈਂ ਖੁਦ ਆਪਣੇ ਮਾਝ ਕਿਉਂਕਿ ਦਾਸ ਧੁੰਦੇ ਨਗਰ ਦਾ, ਪਰ ਮੈਂ ਖੁਦ ਮਹਿਸੂਸ ਕਰਦਾ ਉਹ ਸੰਗਤ ਦਾ ਟਿਕਾਮ ਮਾਝੇ 'ਚ ਵੀ ਹੈ ਨਹੀਂ, ਉਹ ਦੁਆਬੇ 'ਚ ਵੀ ਹੈ ਨਹੀਂ ਜਿਹੜਾ ਟਿਕਾਮ ਮਾਲਵੇ 'ਚ। ਅਸੀਂ ਆਹ 3 ਦਿਨ ਪਹਿਲਾਂ ਦੀਵਾਨ ਸ਼ੁਰੂ, ਰਾਤ ਦਾ ਦੀਵਾਨ ਸਾਡਾ ਉੱਥੇ ਸੀ, ਉੱਥੇ ਲੰਗਰ ਬਣਾ ਕੇ ਰੱਖ ਲੈਂਦੇ ਨੇ, ਪ੍ਰਸ਼ਾਦ ਪਾਣੀ ਬਣਾ ਕੇ ਰੱਖ ਲਿਆ। ਦੀਵਾਨ ਸ਼ੁਰੂ ਹੋਇਆ 7 ਵਜੇ, 10 ਵਜੇ ਦੀਵਾਨ ਦੀ ਸਮਾਪਤੀ ਹੋਈ। ਉਹਨਾਂ ਵਰਤਾਵੇ ਪਹਿਲਾਂ ਲਾਏ ਹੋਏ ਨੇ, ਜਦੋਂ ਮਹਾਰਾਜ ਦਾ ਸਰੂਪ ਨਿੱਜ ਸਥਾਨ ਤੇ ਜਾਣਾ ਉੱਥੇ ਸੰਗਤਾਂ ਦੀਆਂ ਪੰਗਤਾਂ ਬਣਾ ਕੇ ਉਹਨਾਂ ਨੇ ਪ੍ਰਸ਼ਾਦਾ ਛਕਾਉਣਾ, ਇੱਕੋ ਚੀਜ਼ ਬਣਾਉਣੀ ਹੈ, ਚਾਹੇ ਦਾਲ ਬਣਾ ਲੈਣ ਤੇ ਚਾਹੇ ਬੋਲੋ ਜੀ ਸਬਜ਼ੀ ਬਣਾ ਲੈਣ ਹੱਥਾਂ ਤੇ ਪ੍ਰਸ਼ਾਦੇ। ਇਹਦਾ ਇੱਕ ਫਾਇਦਾ ਇਹ ਵੀ ਹੈਗਾ ਵੀ ਬੰਦਾ ਜਦੋਂ ਹੱਥ ਤੇ ਪ੍ਰਸ਼ਾਦੇ ਉੱਤੇ ਚੀਜ਼ ਪਵਾਏਗਾ ਪਵਾਏਗਾ ਲੋੜ ਮੁਤਾਬਕ, ਜਦੋਂ ਥਾਲੀ ਤੇ ਪਵੇਗੀ ਕੁਦਰਤੀ ਗੱਲ ਹੈ ਵਧੋ ਵਧੀ ਪਾਉਣ ਵਾਲੇ ਵੀ ਵੱਧ ਪਾ ਜਾਣੀ ਹੈ। ਹੋ ਸਕਦਾ ਮੁੜ ਕੇ ਉਸ ਲੰਗਰ ਦਾ ਅਸੀਂ ਨੁਕਸਾਨ ਵੀ ਕਰੀਏ। ਤੋ ਸਾਨੂੰ ਇਹ ਸਿੱਖਿਆ ਲੈਣ ਦੀ ਲੋੜ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਘੱਟ ਖਰਚਿਆਂ ਦੇ ਵਿੱਚ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਸਾਡੀ ਕੌਮ ਨੇ ਖਾ ਪੀ ਲਿਆ, ਜੇ ਨਹੀਂ ਧਿਆਨ ਤੇ ਸਾਡਾ ਗੁਰੂ ਦੀ ਸਿੱਖਿਆ ਵੱਲ ਧਿਆਨ ਨਹੀਂ ਕਿ ਮਹਾਰਾਜ ਸਾਨੂੰ ਕਹਿੰਦੇ ਕੀ। ਸ਼ਾਇਦ ਤੁਹਾਡੇ ਵਿੱਚੋਂ ਬਹੁਤ ਇਸ ਗੱਲ ਨਾਲ ਸਹਿਮਤ ਹੋਣ, ਕਿਉਂਕਿ ਲੰਗਰ ਦੀ ਰੂਪ ਰੇਖਾ ਵਿਗੜ ਗਈ ਹੈ ਜੋ ਕਿ ਸਮੇਂ ਆਉਂਦੇ। ਅਸੀਂ ਇਹ ਲਹਿਰ ਸ਼ੁਰੂ ਕਰਨੀ ਹੈ ਵੀ ਅਸੀਂ ਸਾਦਾ ਭੋਜਨ ਪ੍ਰਸ਼ਾਦ ਪਾਣੀ ਤਿਆਰ ਕਰਕੇ, ਜਿਹੜਾ ਅੱਜ ਬਦਨਾਮ ਕੀਤਾ ਜਾਂਦਾ ਹੈ ਵੀ ਸੰਗਤ ਲੰਗਰ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਇਸ ਚੀਜ਼ ਨੂੰ ਆਪਾਂ ਬਦਲ ਸਕਦੇ ਹਾਂ ਕਿ ਬਿਨਾਂ ਚੰਗੇ ਪਕਵਾਨਾਂ ਤੋਂ ਵੀ ਜਦੋਂ ਮੈਨੂੰ ਖਿੱਚ ਹੋਈ ਕਿ ਮੈਂ ਗੁਰੂ ਦੀ ਸਿੱਖਿਆ ਲੈਣ ਲਈ ਆਇਆ, ਮੈਨੂੰ ਕੋਈ ਆਚਾਰ ਨਾਲ ਵੀ ਰੋਟੀ ਲੰਗਰ ਲਈ ਦੇਵੇਗਾ ਤੇ ਮੈਂ ਉਹ ਵੀ ਆਨੰਦ ਨਾਲ ਛੱਕ ਕੇ ਗੁਰੂ ਦੀ ਸਿੱਖਿਆ ਲੈ ਕੇ ਰਹੇ ਪੈ ਜਾਂਦਾ। ਜਦੋਂ ਅਸੀਂ ਇਸ ਬਣੇ ਗੁਰਦੇਵ ਦੇ ਮੂਲਕ ਵਚਨ ਆਪਾਂ ਹੁਣੇ ਸੁਣੇ, ਸੱਚ ਕਾਲ ਕੂੜ ਵਰਤਿਆ ਕਲ ਕਾਲ ਬੇਤਾਲ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚ ਦਾ ਕਾਲ ਪੈ ਗਿਆ। ਸਮਾਜ ਵਿੱਚ ਜਦੋਂ ਕਾਲ ਪੈਂਦਾ ਤੇ ਇੱਕ ਦੂਜਾ ਇਲਾਕਾ ਦੂਜੇ ਇਲਾਕੇ ਦੀ ਹੈਲਪ ਕਰਦਾ, ਮਦਦ ਕਰਦਾ। ਜਿਵੇਂ ਤੁਸੀਂ ਵੇਖਦੇ ਹੋ ਪਿਛਲੇ ਦਿਨੀ ਜਦੋਂ ਇਸ ਇਲਾਕੇ ਵਿੱਚ ਪਾਣੀ ਆਇਆ ਸੀ, ਜਦੋਂ ਸਤਲੁਜ ਤੇ ਬਿਆਸ ਦਰਿਆ ਇਕੱਠੇ ਹੁੰਦੇ ਨੇ, ਘਟਨਾਵਾਂ ਵਾਪਰਦੀਆਂ ਨੇ, ਤੇ ਕੁਦਰਤੀ ਗੱਲ ਹੈ ਪੂਰੇ ਪੰਜਾਬ ਚੋਂ ਨਹੀਂ ਪੂਰੀ ਦੁਨੀਆ ਦੀ ਜੇ ਆਪਾਂ ਗੱਲ ਕਰੀਏ, ਵਿਦੇਸ਼ਾਂ ਚੋਂ ਵੀ ਬੜਿਆਂ ਵੀਰਾਂ ਨੇ ਹੈਲਪ ਕੀਤੀ, ਮਦਦ ਕੀਤੀ। ਕੋਈ ਪੱਠੇ ਲੈ ਕੇ ਪਹੁੰਚ ਗਿਆ, ਕੋਈ ਪਾਣੀ ਲੈ ਕੇ ਪਹੁੰਚ ਗਿਆ, ਜਿੱਦਾਂ ਵੀ ਜੇ ਪਤਾ ਲੱਗਾ ਵੀ ਪਾਣੀ ਦੀ ਮਾਰ ਨਾਲ ਕੋਈ ਨੁਕਸਾਨ ਹੋਇਆ ਤੇ ਭਾਈ ਸਾਡੇ ਭਰਾ ਨੇ, ਆਪਾਂ ਉਹਨਾਂ ਦੀ ਬਾਂਹ ਫੜੀ। ਇਸ ਤੋਂ ਪਹਿਲਾਂ ਸ੍ਰੀਨਗਰ ਦੇ ਵਿੱਚ ਰਾਤ ਲੋਕ ਸੁੱਤੇ ਸਨ, ਦਿਨ ਚੜ੍ਹਦੇ ਹਨ 10-10 ਫੁੱਟ ਉਹਨਾਂ ਦੇ ਘਰਾਂ ਵਿੱਚ ਪਾਣੀ ਆ ਗਿਆ। ਜਦੋਂ ਇੱਕ ਇਲਾਕੇ 'ਚ ਕਾਲ ਪੈਂਦਾ ਹੈ, ਚਾਹੇ ਪਾਣੀ ਜ਼ਿਆਦਾ ਕਰਕੇ ਚਾਹੇ ਪਾਣੀ ਘੱਟ ਕਰਕੇ, ਇੱਕ ਦੂਜਾ ਇਲਾਕਾ ਦੂਜੇ ਇਲਾਕੇ ਦੀ ਮਦਦ ਕਰਦਾ, ਚਾਹੇ ਉਹ ਕੱਪੜੇ ਦੀ ਹੈ ਚਾਹੇ ਉਹ ਅੰਨ ਪਦਾਰਥ ਦੀ ਹੈ। ਮਦਦ ਉਹ ਕਰਦਾ ਜਿਹਦੇ ਆਪਣੇ ਕੋਲ ਕੁਝ ਹੈਗਾ, ਪੱਠੇ ਉਹ ਦੇ ਕੇ ਆਇਆ ਨਾ ਜਿਹਦੇ ਆਪਣੇ ਖੇਤਾਂ 'ਚ ਹੈਗੇ ਸੀ, ਪਾਣੀ ਉਹ ਦੇ ਕੇ ਆਇਆ ਨਾ ਜਿਹਦੇ ਕੋਲ ਪਤਾ ਸੀ ਕਿ ਮੇਰੇ ਕੋਲ ਪਾਣੀ ਹੈਗਾ ਹੈ। ਧਿਆਨ ਨਾਲ ਸੁਣਿਆ ਇਸ ਰੂਪ ਤੇ, ਰਾਸ਼ਨ ਪਾਣੀ ਉਹ ਦੇ ਕੇ ਆਏਗਾ ਨਾ ਜਿਹਨੂੰ ਪਤਾ ਵੀ ਮੇਰੇ ਕੋਲ ਹੈ, ਮੈਂ ਮਦਦ ਕਰ ਸਕਦਾ, ਉਹ ਹੈਲਪ ਕਰੇਗਾ ਨਾ। ਜਿਹਦੇ ਆਪਣੇ ਖੇਤਾਂ 'ਚ ਪੱਠੇ ਹੈ ਨੀ, ਉਹ ਵਿਚਾਰਾ ਮਦਦ ਵੀ ਕੀ ਕਰੇਗਾ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇੱਕ ਇਲਾਕੇ 'ਚ ਕਾਲ ਪੈਂਦਾ ਤੇ ਦੂਜਾ ਇਲਾਕਾ ਉਸ ਕਾਲ ਨੂੰ ਖਤਮ ਕਰਨ ਲਈ ਉਹਦੀ ਮਦਦ ਕਰਦਾ, ਹੈਲਪ ਕਰਦਾ। ਹੁਣ ਇੱਥੇ ਪੈ ਗਿਆ ਸੱਚ ਦਾ ਕਾਲ, ਮਦਦ ਕਰੂ ਕੌਣ ਜਿਹਦੇ ਕੋਲ ਆਪਣੇ ਕੋਲ ਸੱਚ ਹੋਵੇ, ਜਿਹਦੇ ਕੋਲ ਬੋਲੋ ਆਪਣੇ ਕੋਲ ਸੱਚ ਹੋਵੇ। ਮੰਨ ਲਓ ਪੁੱਤ ਦੀ ਜੀਵਨ 'ਚ ਸੱਚ ਦਾ ਕਾਲ ਪੈ ਗਿਆ, ਮਾਂ ਮਦਦ ਤਾਂ ਕਰੇਗੀ ਜੇ ਮਾਂ ਕੋਲ ਸੱਚ ਹੋਏਗਾ, ਪਿਤਾ ਮਦਦ ਤਾਂ ਕਰੇਗਾ ਜੇ ਪਿਤਾ ਕੋਲ, ਸਾਰੇ ਹੰਗਾਰਾ ਭਰੋ ਜੀ ਤਾਂ ਗੱਲ, ਜੇ ਪਿਤਾ ਕੋਲ ਸੱਚ ਹੋਏਗਾ। ਵਿਦਿਆਰਥੀ ਦੀ ਜ਼ਿੰਦਗੀ 'ਚ ਸੱਚ ਦਾ ਕਾਲ ਪੈ ਗਿਆ, ਟੀਚਰ ਮਦਦ ਤਾਂ ਕਰੇਗਾ ਜੇ ਟੀਚਰ ਕੋਲ ਸੱਚ ਹੋਏਗਾ, ਕਿਉਂਕਿ ਕਾਲ ਸੱਚ ਦਾ ਪਿਆ ਤੇ ਸੱਚ ਦਾ ਕਾਲ ਪੈਣ ਦਾ ਮਨੁੱਖੀ ਜੀਵਨ ਤੇ ਅਸਰ ਕੀ ਪੈਂਦਾ। ਸੁਣਿਓ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ।
ਗੁਰਦੇਵ ਮਹਾਰਾਜ ਬਾਣੀ ਕਹਿੰਦੇ ਨੇ ਕਲ ਕਾਤੀ ਕਲ ਕਲ ਦੇ ਲੱਲੇ ਨੂੰ ਸਿਹਾਰੀ ਹੈ ਬਾਣੀ ਵਿਆਕਰਨ ਤਬਕੇ ਦਾ ਅਰਥ ਹੈ ਕਲੇਸ਼ ਕਲੇਸ਼ ਜਿਹਨੂੰ ਕਹਿੰਦੇ ਕਲਯੁਗ ਜਿਹਨੂੰ ਆਪਾਂ ਆਮ ਹੀ ਕਹਿੰਦੇ ਜੀ ਕਲਯੁਗ ਆ ਗਿਆ ਮਹਾਰਾਜ ਕਹਿੰਦੇ ਕਲ ਕਾਤੀ ਮਾੜੇ ਸੁਭਾਅ ਕਰਕੇ ਕਲਯੁਗੀ ਸੁਭਾਅ ਕਰਕੇ ਮਨੁੱਖ ਦਾ ਜਿਹੜਾ ਸੁਭਾਅ ਹੈ ਨਾ ਕਲ ਕਾਤੀ ਉਹ ਛੁਰੀ ਬਣ ਗਿਆ ਕੈਂਚੀ ਬਣ ਗਿਆ ਤੇਜ ਹਥਿਆਰ ਬਣ ਗਿਆ ਕਲ ਕਾਤੀ ਰਾਜੇ ਕਸਾਈ ਤੇ ਰਾਜੇ ਕੀ ਬਣ ਗਏ ਨੇ ਉੱਚੀ ਬੋਲੋ ਕਸਾਈ ਬਣ ਗਏ ਕਲ ਕਾਤੀ ਰਾਜੇ ਕਸਾਈ ਤੇ ਵਿੱਚੋਂ ਜੋ ਧਰਮ ਸੀ ਉਹਨੂੰ ਕੀ ਹੋਇਆ ਧਰਮ ਪੰਖ ਕਰ ਉੱਡ ਰਿਹਾ ਧਰਮ ਨੂੰ ਖੰਭ ਲਾ ਕੇ ਧਰਮ ਖੰਭ ਲਾ ਕੇ ਉੱਡ ਗਿਆ ਹੁਣ ਧਿਆਨ ਨਾਲ ਸੁਣਿਓ ਧਰਮ ਪੰਖ ਕਰ ਉੱਡ ਰਿਹਾ ਹਾਂ ਪਾਲ ਵਕੁੰਨੀ ਹੋਈ ਮਹਾਰਾਜ ਕਹਿੰਦੇ ਮੈਂ ਰਾਹ ਲੱਭਦਾ ਫਿਰਦਾ ਅੰਧੇਰੇ ਰਾਹ ਨਾ ਕੋਈ ਕੂੜ ਅਮਾਵਸ ਸੱਚ ਚੰਦਰਮਾ ਮੱਸਿਆ ਵਾਲੀ ਰਾਤ ਨੂੰ ਚੰਦਰਮਾ ਦਿਖਾਈ ਦਿੰਦਾ ਸਾਧ ਸੰਗਤ ਬੋਲੋ ਪਿਆਰੇ ਹੋ ਜਦੋਂ ਪੂਰਨਮਾਸ਼ੀ ਦੀ ਰਾਤ ਹੁੰਦੀ ਉਦੋਂ ਚੰਦਰਮਾ ਪੂਰਾ ਹੁੰਦਾ ਪਰ ਜਦੋਂ ਮੱਸਿਆ ਦੀ ਰਾਤ ਹੁੰਦੀ ਉਦੋਂ ਚੰਦਰਮਾ ਦਿਖਾਈ ਨਹੀਂ ਦਿੰਦਾ ਕਿਉਂਕਿ ਉਦੋਂ ਕਾਲੀ ਰਾਤ ਹੁੰਦੀ ਬਿਲਕੁਲ ਕਹਿੰਦੇ ਝੂਠ ਮੱਸਿਆ ਦੀ ਰਾਤ ਦੀ ਤਰ੍ਹਾਂ ਤੇ ਸੱਚ ਦਾ ਚੰਦਰਮਾ ਦਿਖਾਈ ਦਿੰਦਾ ਹੀ ਨਹੀਂ ਕੂੜ ਅਮਾਵਸ ਸੱਚ ਚੰਦਰਮਾ ਤੇ ਦਿਸੇ ਨਹੀਂ ਕਹਿ ਚੜਿਆ ਕਹਿੰਦੇ ਕਿਤੇ ਸੱਚ ਦਾ ਚੰਦਰਮਾ ਦਿਖਾਈ ਨਹੀਂ ਦਿੰਦਾ ਹਾਂ ਭਾਲ ਵੀ ਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਤੁਸੀਂ ਵੇਖਿਓ ਪੂਰਨਮਾਸ਼ੀ ਦੀ ਰਾਤ ਨੂੰ ਤੁਸੀਂ ਆਪਣੇ ਖੇਤਾਂ ਨੂੰ ਜਾਣਾ ਹੋਵੇ ਨਾ ਬਿਨਾਂ ਲਾਈਟ ਕੋਲ ਜਾ ਸਕਦੇ ਕਿਉਂ ਚੰਦਰਮਾ ਦੀ ਚਾਨਣੀ ਵਿੱਚ ਤੁਹਾਨੂੰ ਦੂਰ ਤੱਕ ਦਿਖਾਈ ਦਿੰਦਾ ਅਜੇ ਰਾਤ ਹੈ ਪਰ ਚੰਦਰਮਾ ਦੀ ਚਾਨਣੀ ਵਿੱਚ ਦੂਰ ਰਾਤ ਦੂਰ ਤੱਕ ਰਾਤ ਦਿਖੇ ਪਰ ਜਦੋਂ ਮੱਸਿਆ ਦੀ ਰਾਤ ਹੁੰਦੀ ਉਦੋਂ ਉਦੋਂ ਤੇ ਆਪਣੇ ਵਿਹੜੇ ਵਿੱਚ ਆਪਣੇ ਘਰ ਦੇ ਵਿੱਚ ਹੀ ਤੁਹਾਨੂੰ ਦੋ ਚਾਰ ਫੁੱਟ ਤੋਂ ਅੱਗੇ ਕੁਝ ਨਹੀਂ ਦਿਸਦਾ ਗੁਰਦੇਵ ਜੀ ਕਹਿੰਦੇ ਜਿਹੜਾ ਝੂਠ ਹੈ ਉਹ ਮੱਸਿਆ ਦੀ ਰਾਤ ਦੀ ਤਰ੍ਹਾਂ ਹੈ ਵੇਖੋ ਇਹ ਗੱਲ ਕਿੱਦਾਂ ਸਮਝਾਈ ਸੌਖੀ ਜਿਹੜੇ ਕਿਤੇ ਬਾਣੀ ਸਮਝ ਤੋਂ ਬਾਹਰ ਹੈ ਗੁਰਦੇਵ ਨੇ ਇੰਜ ਸਮਝਾਇਆ ਜਿਸ ਜਿਹੜਾ ਬੰਦਾ ਕਦੀ ਸਕੂਲ ਵੀ ਨਹੀਂ ਗਿਆ ਗੁਰਦੇਵ ਨੇ ਆਪਣੀ ਗੱਲ ਉਹਨੂੰ ਵੀ ਸਮਝਾ ਦਿੱਤੀ ਹਰ ਬੰਦੇ ਨੂੰ ਪਤਾ ਜਿਹੜਾ ਪੜ੍ਹਿਆ ਉਹਨੂੰ ਵੀ ਪਤਾ ਜਿਹੜਾ ਅਨਪੜ੍ਹ ਹੈ ਉਹਨੂੰ ਵੀ ਪਤਾ ਹੈ ਕਿ ਮੱਸਿਆ ਵਾਲੀ ਰਾਤ ਚੰਦਰਮਾ ਦਿਖਾਈ ਸਾਰੇ ਬੋਲੋ ਸਾਹਿਬ ਨਹੀਂ ਗੁਰਦੇਵ ਜੀ ਨੇ ਸਮਝਾਇਆ ਕਹਿੰਦੇ ਸਮਝ ਲਓ ਮੱਸਿਆ ਦੀ ਰਾਤ ਹੈ ਝੂਠ ਤੇ ਚੰਦਰਮਾ ਹੈ ਸੱਚ ਜਿਵੇਂ ਮੱਸਿਆ ਵਾਲੀ ਰਾਤ ਚੰਦਰਮਾ ਨਹੀਂ ਦਿਖਾਈ ਦਿੰਦਾ ਮਨੁੱਖੀ ਜੀਵਨ ਵਿੱਚੋਂ ਸੱਚ ਦਿਖਾਈ ਨਹੀਂ ਦਿੰਦਾ ਹੁਣ ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਚੋਂ ਸੱਚ ਕੱਢ ਦਿਓ ਤੇ ਬੰਦਾ ਬੰਦਾ ਰਹਿੰਦਾ ਬੰਦੇ ਦੀ ਜ਼ਿੰਦਗੀ ਚੋਂ ਸੱਚ ਬਾਹਰ ਕੱਢ ਦਿਓ ਫਿਰ ਤੇ ਬੰਦਾ ਬੰਦਾ ਰਿਹਾ ਹੀ ਨਾ ਫਿਰ ਤੇ ਪਸ਼ੂਆਂ ਦੀ ਕਤਾਰ ਚ ਖਲੋ ਗਿਆ ਗੁਰਦੇਵ ਨੇ ਬੜੀ ਬਰੀਕੀ ਨਾਲ ਜਦੋਂ ਮਨੁੱਖ ਨੂੰ ਵੇਖਿਆ ਤੇ ਸ਼ਬਦ ਵਰਤਿਆ ਕਰਤੂਤ ਪਸ਼ੂ ਕੀ ਮਾਨ ਸਜਾਤ ਹੁਣ ਆਪਾਂ ਕਹਿੰਦੇ ਆ ਹੱਥ ਪੈਰ ਇਹ ਮਨੁੱਖ ਦੇ ਨੇ ਆ ਜਿਨ੍ਹਾਂ ਨੇ ਇੱਕ ਡਾਕਟਰ ਲੜਕੀ ਦੇ ਨਾਲ ਰੇਪ ਕੀਤਾ ਤੁਸੀਂ ਉਹਨੂੰ ਮਨੁੱਖਾਂ ਦੀ ਕਤਾਰ ਚ ਖੜਾ ਕਰੋ ਬੋਲੋ ਸਾਧ ਸੰਗਤ ਜੀ ਐਸੇ ਹਵਾਨੀਅਤ ਭਰੇ ਇਨਸਾਨਾਂ ਨੂੰ ਲੋਕਾਂ ਨੂੰ ਤੁਸੀਂ ਮਨੁੱਖਾਂ ਦੀ ਕਤਾਰ ਚ ਖੜੇ ਕਰੋਗੇ ਬੜਾ ਵਧੀਆ ਉਹਨਾਂ ਨੇ ਫੈਸਲਾ ਲਿਆ ਪਰਿਵਾਰ ਦੇ ਜੀਆਂ ਨੇ ਵੀ ਖੁਸ਼ੀ ਮਨਾਈ ਹੁਣ ਇਹ ਤੋਂ ਅੰਦਾਜ਼ਾ ਲਾਓ ਇਦਾਂ ਦੇ ਭੇੜੀਏ ਕਿਸਮ ਦੇ ਲੋਕ ਸਮਾਜ ਵਿੱਚ ਨਹੀਂ ਹੈਗੇ ਜਿਨ੍ਹਾਂ ਦੇ ਸਾਹਮਣੇ ਸਾਨੂੰ ਆਪਣੀ ਧੀ ਭੈਣ ਮਹਿਫੂਜ ਨਹੀਂ ਹੈ ਅਜੇ ਅਸੀਂ ਵਿਦੇਸ਼ਾਂ ਦੀ ਗੱਲ ਕਰਦੇ ਹਾਂ ਵੀ ਵਿਦੇਸ਼ਾਂ ਚ ਇੰਜ ਹੈ ਉੱਥੇ ਰਾਤ ਨੂੰ 2 ਵਜੇ ਵੀ ਕੋਈ ਭੈਣ ਆਪਣੀ ਜੌਬ ਤੋਂ ਜਦੋਂ ਹਟਦੀ ਹੈ ਉਹਦਾ ਘਰ 50 ਮੀਲ ਦੂਰ ਹੈ 50 ਕਿਲੋਮੀਟਰ ਦੂਰ ਹੈ ਉਹ ਸੇਫ ਆਪਣੇ ਘਰ ਪਹੁੰਚ ਜਾਂਦੀ ਹੈ ਇੱਥੇ ਪਿੰਡ ਵਿੱਚ ਹੀ 4 ਗੁਰਦੁਆਰੇ ਹੁੰਦੇ ਨੇ ਗੁੱਸਾ ਨਾ ਮਨਾਇਓ ਤੇ ਪਿੰਡ ਦੀ ਧੀ ਨੇ ਪਿੰਡ ਦੀ ਦੁਕਾਨ ਤੋਂ ਸਮਾਨ ਲੈਣ ਜਾਣਾ ਹੋਵੇ ਤੇ 100 ਵਾਰ ਮਨ ਡਰਦਾ ਹੈ ਪਤਾ ਨੀ ਕਿਹੜੇ ਮੋੜ ਤੇ ਕਿਹੜੀ ਘਟਨਾ ਵਾਪਰ ਜਾਣੀ ਤੇ ਰੋਜ਼ ਅਰਦਾਸ ਹੋ ਰਹੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ ਕੋਈ ਸ਼ਹਿਰ ਨਹੀਂ ਹੋਣਾ ਜਿੱਥੇ ਗੁਰਦੁਆਰਾ ਨਾ ਹੋਵੇ ਮੰਦਰ ਨਾ ਹੋਣ ਮਸਜਿਦਾਂ ਨਾ ਹੋਣ ਗਿਰਜਾ ਘਰ ਨਾ ਹੋਣ ਪੀਰਖਾਨੇ ਨਾ ਹੋਣ ਇਹਦਾ ਅਰਥ ਹਵਾਨੀਅਤ ਨੰਗਾ ਨਾਚ ਨੱਚ ਰਹੀ ਹੈ ਗੁਰਦੇਵ ਨੇ ਕਿੰਨੀ ਬਰੀਕੀ ਨਾਲ ਵੇਖਿਆ ਜਦੋਂ ਸਮਾਜ ਵਿੱਚ ਇਹ ਰੂਪ ਵੇਖਿਆ ਕਿ ਮਨੁੱਖ ਕਿੱਦਾਂ ਪਸ਼ੂਆਂ ਵਾਲੀ ਕਤਾਰ ਚ ਆਣ ਕੇ ਖਲੋ ਗਿਆ ਮਾਫ ਕਰਨਾ ਇਸ ਸਰੀਰ ਨੂੰ ਇਨਸਾਨ ਇਸ ਸਰੀਰ ਨੂੰ ਮਨੁੱਖ ਨਹੀਂ ਆਖਿਆ ਗੁਰਦੇਵ ਨੇ
ਇਸ ਸਰੀਰ ਵਿੱਚੋਂ ਜਦੋਂ ਤੂੰ ਇਨਸਾਨੀਅਤ ਨੂੰ ਪ੍ਰਗਟ ਕਰਦਾ, ਉਹਨੂੰ ਸਤਿਗੁਰ ਨੇ ਆਖਿਆ ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੇ ਮਾਣ, ਆਪਾਂ ਮੱਧੇ ਆਪ ਪ੍ਰਗਾਸ਼ਿਆ। ਆਪਣੇ ਵਿੱਚੋਂ ਇਨਸਾਨੀਅਤ ਨੂੰ ਪ੍ਰਕਾਸ਼ ਇੰਜ ਕਰਨਾ ਜਿਵੇਂ ਦੁੱਧ ਵਿੱਚੋਂ ਘਿਓ ਬਾਹਰ ਕੱਢੀ ਦੇ, ਜਿਵੇਂ ਲੱਕੜ ਦੇ ਮੋਸ਼ੇ ਵਿੱਚੋਂ ਕਾਰੀਗਰ ਦਰਵਾਜ਼ਾ ਕੱਢਦਾ, ਜਿਵੇਂ ਲੱਕੜ ਦੇ ਮੋਸ਼ੇ ਵਿੱਚੋਂ ਕਾਰੀਗਰ ਖਿੜਕੀਆਂ ਟੇਬਲ ਕੁਰਸੀ ਕੱਢਦਾ ਆਪਣੀ ਸਿਆਣਪ ਨਾਲ। ਹੁਣ ਲੱਕੜ ਦਾ ਮੋਛਾ ਪਿਆ ਹੈ, ਅਨਟ੍ਰੇਨਡ ਬੰਦੇ ਨੂੰ ਕਹੋ ਇਹ ਚੋਂ ਖਿੜਕੀਆਂ ਦਰਵਾਜ਼ੇ ਕੱਢਣੇ ਨੇ, ਕੱਢ ਲੂ। ਜਿਹਨੂੰ ਲੱਕੜ ਬਾਰੇ ਨੌਲੇਜ ਹੀ ਕੋਈ ਨਹੀਂ, ਉਹ ਗੱਟੇ ਬਣਾ ਸਕਦਾ, ਚੀਰ ਸਕਦਾ, ਬਾਲਣ ਬਣਾ ਦੂ, ਪਰ ਜਿਹਨੂੰ ਪਤਾ ਉਹਨੇ ਆਪਣਾ ਬ੍ਰੇਨ ਸੈੱਟ ਕੀਤਾ। ਤੁਸੀਂ ਵੇਖਿਆ ਜਦੋਂ ਆਪਾਂ ਸ਼ਤੀਰੀਆਂ ਲੈ ਕੇ ਜਾਂਦੇ ਹਾਂ ਚਰਾਉਣ ਲਈ, ਉਹਨੂੰ ਪਹਿਲਾਂ ਦੱਸਣਾ ਪੈਂਦਾ ਬਣਾਉਣਾ ਕੀ ਹੈ। ਉਹ ਦੱਸਦਾ ਕਹਿੰਦਾ ਜੀ ਚਾਰ ਦਰਵਾਜ਼ੇ ਖਿੜਕੀਆਂ, ਉਹ ਫਿਰ ਕੱਟਣ ਲੱਗੇ ਆ, ਕਟਾਈ ਕਰਨ ਲੱਗੇ ਆ। ਤੁਹਾਡੇ ਵਿੱਚੋਂ ਕੋਈ ਵੀਰ ਲੱਕੜ ਦਾ ਕੰਮ ਕਰਨ ਵਾਲਾ ਬੈਠਾ ਹੋਵੇ, ਇਹਨੂੰ ਜ਼ਿਆਦਾ ਪਤਾ ਹੈ। ਉਹ ਕਟਾਈ ਕਰਨ ਲੱਗੇ ਆ, ਆਰੇ ਵਾਲੇ ਨੂੰ ਪਹਿਲਾਂ ਕਹਿੰਦਾ ਏਦਾਂ ਚੀਰੀ, ਏਦਾਂ ਫੱਟੇ, ਥੋੜੇ ਵੱਡੇ ਰੱਖੀ, ਕੋਈ ਛੋਟੇ ਰੱਖੀ। ਇਹਦਾ ਅਰਥ ਕੀ ਹੈ, ਲੱਕੜ ਦੇ ਮੋਸ਼ੇ ਵਿੱਚੋਂ ਉਹਨੇ ਖਿੜਕੀਆਂ ਤੇ ਦਰਵਾਜ਼ੇ ਕੱਢ ਦਿੱਤੇ। ਦੁੱਧ ਵਿੱਚ ਘਿਓ ਹੈ, ਸਿਆਣੀ ਮਾਂ ਨੇ ਦੁੱਧ ਵਿੱਚੋਂ ਘਿਓ ਕੱਢ ਦਿੱਤਾ। ਆ ਜਿਹੜੇ ਆਪਾਂ ਕੱਪੜੇ ਆਪਣੇ ਤਨ ਤੇ ਪਾਏ ਨੇ, ਕੱਪੜੇ ਦਾ ਥਾਨ ਬੰਦੇ ਅੱਗੇ ਰੱਖ ਦਿਓ, ਹਰ ਬੰਦਾ ਕੱਪੜਾ ਥੋੜਾ ਸਿਉਂ ਸਕਦਾ। ਕਾਰੀਗਰ ਨੂੰ ਪਤਾ, ਟੇਲਰ ਨੂੰ ਪਤਾ ਹੈ, ਜਿਹੜੀ ਬੁਟੀਕ ਦਾ ਕੰਮ ਕਰਨ ਵਾਲੀ ਭੈਣ ਹੈ ਇਹਨੂੰ ਪਤਾ ਹੈ ਉਹ ਕਿੰਨੀ ਸਿਆਣਪ ਨਾਲ ਕੱਪੜੇ ਦੀ ਕਟਿੰਗ ਕਰਦੀ ਹੈ, ਕਿੱਦਾਂ ਉਹਨੂੰ ਸਿਲਾਈ ਕਰਦੀ ਹੈ। ਜਦੋਂ ਸਾਡੇ ਤਨ ਤੇ ਪੈਂਦਾ ਆਪਾਂ ਕੀ ਕਹਿੰਦੇ, ਕਮਾਲ ਦੇ ਕੱਪੜੇ ਨੇ ਬਈ, ਬੜਾ ਸੋਹਣਾ ਫੱਬਦਾ ਹੈ ਬਈ, ਕੱਪੜਾ ਤੇ ਕੱਪੜਾ ਹੀ ਹੈ। ਜੇ ਕੱਪੜੇ ਦੀ ਉਦਾਂ ਹੀ ਬੁੱਕਲ ਮਾਰੀ ਹੋਵੇ ਫੇਰ ਫੱਬੇਗਾ ਉਹ ਅਗਲਾ ਨੂੰ ਸੋਹਣੇ ਤਰੀਕੇ। ਤੁਹਾਡੇ ਘਰ ਵਿੱਚ ਰਸੋਈ ਵਿੱਚ ਆਟਾ, ਦਾਲ, ਸਬਜ਼ੀ, ਗੁੜ, ਘਿਓ ਸਭ ਕੁਝ ਹੈ, ਏਦਾਂ ਕਹੋਗੇ ਬਹੁਤ ਵਧੀਆ। ਜਦੋਂ ਭੈਣ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਸੋਹਣੇ ਤਰੀਕੇ ਨਾਲ ਸਬਜ਼ੀ ਪ੍ਰਸ਼ਾਦਾ ਤਿਆਰ ਕਰਕੇ ਟੇਬਲ ਤੇ ਪਰੋਸ ਕੇ ਰੱਖਦੀ ਹੈ, ਖਾਣ ਵਾਲਾ ਕੀ ਕਹਿੰਦਾ, ਕਮਾਲ ਦੀ ਚੀਜ਼ ਬਣੀ ਹੈ। ਹੈਗਾ ਤੇ ਸਭ ਕੁਝ ਰਸੋਈ ਸੀ, ਇਹ ਕਮਾਲ ਦੀ ਚੀਜ਼ ਹਰ ਕੋਈ ਬਣਾ ਸਕਦਾ ਜੀ? ਬਹੁਤੇ ਉਹ ਤੇ ਚਾਹ ਬਣਾਉਣੀ ਨਹੀਂ ਆਉਂਦੀ, ਮਾਫ਼ ਕਰਨਾ, ਜਿਸ ਬੰਦੇ ਨੇ ਜ਼ਿੰਦਗੀ ਦੀ ਕਦੀ ਚਾਹ ਨਹੀਂ ਬਣਾਈ ਉਹਨੂੰ ਪੁੱਛੋ ਅਕੜਾ ਪ੍ਰਸ਼ਾਦੀ ਦੇਗ ਹੈ, ਜਿਹਨੇ ਦੇਗ ਨਾ ਬਣਾਈ ਹੋਵੇ ਉਹਨੂੰ ਪੁੱਛੋ ਵੀ ਕਦੀ ਦੇਗ ਬਣਾ ਕੇ ਵਿਖਾ ਦੇ। ਉਹ ਇਹਦੇ ਪਿੱਛੇ ਵਜ੍ਹਾ ਸੀ, ਤਾਂ ਹੀ ਪੁਰਾਣੀਆਂ ਮਾਵਾਂ ਜਦੋਂ ਨੋ ਵਿਆਹੀ ਆਉਂਦੀ ਸੀ ਪਹਿਲੇ ਦਿਨੋਂ ਦਾ ਇਮਤਿਹਾਨ ਕਿੱਦਾਂ ਲੈਂਦੀਆਂ ਸੀ, ਆਟਾ ਗੁੰਨ ਕੇ ਵਿਖਾ, ਕਹਿੰਦਾ ਚਾਰ ਫੁਲਕੇ ਬਣਾਉਣ ਲਈ ਆਟਾ ਗੁੰਨ ਕੇ ਵਿਖਾ, ਜੇ ਤੇ ਆਟਾ ਪਰਾਤ ਨਾਲ ਨਾ ਲੱਗਾ ਸਮਝ ਲਓ ਵੀ ਪੇਕੇ ਵੀ ਆਟਾ ਗੁੰਨ ਦੀ ਆਈ ਆ, ਤੇ ਜੇ ਗੁੰਨਦਿਆਂ ਗੁੰਨਦਿਆਂ ਆਟਾ ਬਾਹਰ ਖਿਲਰ ਗਿਆ ਤੇ ਫਿਰ ਸਮਝ ਲਓ ਵਿਚੋਲੇ ਨੇ ਤਰੀਫ ਉਦਾਂ ਹੀ ਕੀਤੀ ਸੀ, ਇਹਨੂੰ ਰਸੋਈ ਬਾਰੇ ਕੋਈ ਗਿਆਨ ਨਹੀਂ ਹੈ। ਵੀ ਜੇ ਤੇ ਲੇਟੀ ਬਣ ਗਈ ਆਟੇ ਦੀ ਇਸ਼ਤਿਹਾਰ ਲਾਉਣ ਵਾਲੀ, ਸਮਝ ਲਓ ਗਿਆਨ ਕੋਈ ਨਹੀਂ, ਬਸ ਉਦਾਂ ਹੀ ਫੁੱਲ ਚੜਾਏ ਸੀ ਉਹਨੇ ਇਹਨੂੰ ਸਬਜ਼ੀ ਜਾਣ ਕੇ। ਕਹਿਣਾ ਪੁਰਾਣੇ ਸਮੇਂ ਚ ਕੜਾਹ ਆਮ ਘਰਾਂ ਚ ਖਾਧਾ ਜਾਂਦਾ ਸੀ, ਕਹਿਣਾ ਕੜਾਹ ਬਣਾ, ਵੀ ਜੇ ਤੈਨੂੰ ਪ੍ਰਸ਼ਾਦ ਬਾਰੇ ਕੁਝ ਪਤਾ ਹੋਵੇਗਾ। ਪਰ ਅੱਜ ਕੱਲ ਧੀਆਂ ਵੀ ਬੜੀਆਂ ਸਿਆਣੀਆਂ, ਉਹ ਨਾਲ ਯੂਟਿਊਬ ਕੱਢ ਲੈਂਦੀਆਂ, ਉਹ ਨਾਲ ਵੇਖ ਲੈਂਦੇ ਵੀ ਸ਼ਾਹੀ ਪਨੀਰ ਦੀ ਰੈਸਪੀ ਕੀ ਆ, ਭਿੰਡੀਆਂ ਦੀ ਰੈਸਪੀ ਕੀ, ਉਹ ਸਿਆਣੀਆਂ ਲੋਈ ਚੋਂ ਕੱਢ ਕੇ ਨਾਲ ਉਹ ਕਹਿੰਦੀਆਂ ਕੋਈ ਗੱਲ ਨੀ ਨਾਲ ਨਹੀਂ ਹੈਗਾ ਤੇ ਅਸੀਂ ਇਹਤੋਂ ਸਿੱਖ ਲਾਂਗੇ ਸੌਖਾ ਕੰਮ, ਤੇ ਜੇ ਕਿਤੇ ਬਣਾਉਂਦਿਆਂ ਬਣਾਉਂਦਿਆਂ ਨਾਲ ਨੈੱਟ ਮੁੱਕ ਗਿਆ ਫਿਰ ਭਿੰਡੀਆਂ 'ਚ ਪਾਣੀ ਵੀ ਪੈ ਸਕਦਾ, ਨੁਕਸਾਨ ਹੋ ਸਕਦਾ ਨਾ, ਮੰਨ ਲਓ ਉਧਰੋਂ ਰੇਂਜ ਹੀ ਉੱਡ ਜੇ ਉਧਰੋਂ ਕਿਤੇ ਨੁਕਸਾਨ ਹੋ ਸਕਦਾ। ਤੋ ਜੇ ਅਸੀਂ ਜ਼ਿੰਦਗੀ ਨੂੰ ਏਡੀ ਖੂਬਸੂਰਤ ਬਣਾਵਾਂਗੇ, ਮੈਂ ਕਈ ਵਾਰੀ ਮਹਿਸੂਸ ਕਰਦਾ ਵੀ ਜੇ ਇੰਟਰਨੈਟ ਤੇ ਤੁਸੀਂ ਸਬਜ਼ੀਆਂ ਬਣਾਉਣ ਦੇ ਤਰੀਕੇ ਸਿੱਖ ਸਕਦੇ ਹੋ, ਕੱਪੜੇ ਪਾਉਣ ਦੇ ਡਿਜ਼ਾਈਨ ਸਿੱਖ ਸਕਦੇ ਹੋ, ਤੇ ਇੰਟਰਨੈਟ ਤੇ ਜ਼ਿੰਦਗੀ ਨੂੰ ਸਵਾਰਨ ਦਾ ਮਟੀਰੀਅਲ ਵੀ ਪਿਆ, ਇਹ ਕਿਉਂ ਨਹੀਂ ਸਿੱਖਦੇ ਆਪਾਂ? ਯਹਿਰ ਵੀ ਹੈਗਾ ਤੇ ਅੰਮ੍ਰਿਤ ਵੀ ਹੈਗਾ। ਆਹ ਹੁਣ ਤੁਸੀਂ ਵੇਖੋ ਇੰਟਰਨੈਟ ਹੀ ਹੈ ਨਾ, ਕਈ ਕਹਿਣਗੇ ਇੰਟਰਨੈਟ ਮਾੜਾ ਹੈ, ਇਹ ਇੰਟਰਨੈਟ ਮਾਧਿਅਮ ਹੈ ਜਿਹਦੇ ਰਾਹੀਂ ਤੁਸੀਂ ਵਿਦੇਸ਼ਾਂ 'ਚ ਬੈਠੇ ਆਪਣੇ ਪੁੱਤਰ ਧੀ ਨਾਲ ਗੱਲ ਕਰ ਲੈਂਦੇ ਜੀ, ਇੰਟਰਨੈਟ ਮਾਧਿਅਮ ਹੀ ਹੈ ਜਿਹਦੇ ਨਾਲ ਤੁਸੀਂ ਹਜ਼ਾਰਾਂ ਮੀਲ ਬੈਠੇ ਪਰਿਵਾਰ ਦੇ ਜੀ ਨੂੰ ਇੰਜ ਰੋਜ਼ ਮਹਿਸੂਸ ਕਰਦੇ ਹੋ ਵੀ ਸਾਡੇ ਵਿੱਚ ਹੀ ਬੈਠਾ ਹੈ। ਕਈ ਕਈ ਸਾਲਾਂ ਦੇ ਬਾਪ ਗਏ ਜਿਨ੍ਹਾਂ ਨੇ ਬੱਚੇ ਕਦੀ ਵੇਖੇ ਨਹੀਂ, ਉਹ ਆਪਣੇ ਇੰਟਰਨੈਟ ਮਾਧਿਅਮ ਰਾਹੀਂ ਆਪਣੇ ਬੱਚੇ ਨਾਲ ਰੋਜ਼ ਗੱਲ ਕਰ ਲੈਂਦੇ ਨੇ। ਫਿਰ ਕਹਿਣਾ ਜੀ ਇੰਟਰਨੈਟ ਚੀਜ਼ ਕੋਈ ਮਾੜੀ ਨਹੀਂ ਹੁੰਦੀ, ਡਿਪੈਂਡ ਕਰਦਾ ਕਿ ਤੁਸੀਂ ਉਹਦੀ ਵਰਤੋਂ ਕਿਵੇਂ ਕਰਦੇ ਹੋ। ਤੁਸੀਂ ਵਰਤੋਂ ਮੈਂ ਗਲਤ ਕਰ ਰਿਹਾ ਤੇ ਨੁਕਸਾਨ ਮੈਂ ਕਿਸੇ ਹੋਰ ਨੁਕਸ ਮੈਂ ਕਿਸੇ ਹੋਰ ਵਿੱਚ ਕੱਢੀ ਜਾ ਰਿਹਾ। ਤੋ ਫਿਰ ਗੱਲ ਨੂੰ ਸਮਝਿਓ, ਪਾਤਸ਼ਾਹ ਕਹਿੰਦੇ ਗੁਰਪ੍ਰਸਾਦੀ ਵਿਦਿਆ ਵਿਚਾਰੈ, ਆ ਹੱਥਾਂ ਪੈਰਾਂ ਨੂੰ ਇਨਸਾਨ ਨਹੀਂ ਕਿਹਾ, ਜੇ ਹੱਥਾਂ ਪੈਰਾਂ ਨੂੰ ਇਨਸਾਨ ਕਿਹਾ ਹੁੰਦਾ ਇਹਨਾਂ ਹੱਥਾਂ ਨਾਲ ਹੀ ਉਹ ਲੜਕੀ ਨੂੰ ਫੜ ਕੇ ਲੈ ਗਿਆ ਜਿਸ ਜਿਨ੍ਹਾਂ ਨੇ ਰੇਪ ਕੀਤਾ, ਪਰ ਉਹ ਹੱਥ ਇਨਸਾਨ ਦੇ ਨਹੀਂ ਸੀ, ਅੰਦਰ ਬ੍ਰੇਨ ਸ਼ੈਤਾਨ ਦਾ ਬਣਿਆ ਹੋਇਆ ਪਿਆ ਸੀ ਜਿਨ੍ਹਾਂ ਨੇ ਉਸ ਧੀ ਨੂੰ ਅੱਗ ਲਾ ਕੇ ਸਾੜ ਦਿੱਤਾ। ਇੰਝ ਨਹੀਂ ਲੱਗਦਾ ਵੀ ਅਨਪੜ੍ਹ ਤੇ ਗਵਾਰ ਤੇ ਬੁਲਦਲ ਲੋਕਾਂ ਨੇ ਇੱਕ ਪੜ੍ਹੀ ਲਿਖੀ ਲੜਕੀ ਨੂੰ ਦੁਨੀਆਂ ਤੋਂ ਖਤਮ ਕਰਕੇ ਸਾਹ ਲਿਆ।
ਹੁਣ ਅਜੇ ਵੀ ਅਸੀਂ ਕਵਾਂਗੇ ਇਸੇ ਨੂੰ ਪਾਤਸ਼ਾਹ ਨੇ ਆਖਿਆ ਬੰਦੇ ਆਪਣੇ ਆਪ ਨੂੰ ਬਦਲ। ਜਦੋਂ ਰੱਬ ਨੂੰ ਪਾਉਣ ਦੀ ਗੱਲ ਆਈ ਹੈ ਬਾਣੀ ਚ ਇੰਜ ਮਹਿਸੂਸ ਕਰਾਇਆ ਆਪਣੇ ਆਪ ਨੂੰ ਸਵਾਰ ਲਾ, ਇਹੋ ਰੱਬ ਦੀ ਪ੍ਰਾਪਤੀ ਹੈ। ਆਪ ਸਵਾਰੇ ਮੈਂ ਮਿਲਾ, ਮੈਂ ਮਿਲਿਆ ਸੁਖ। ਗੁਰਬਾਣੀ ਮੈਂ ਕਿਸ ਵਾਸਤੇ ਪੜ੍ਹਨੀ? ਆਪਣੇ ਆਪ ਨੂੰ ਸਵਾਰਨ ਵਾਸਤੇ, ਆਪਣੇ ਆਪ ਨੂੰ। ਹੁਣ ਤੁਹਾਡੇ ਘਰ ਕੋਈ ਵਿਆਹ ਸ਼ਾਦੀ ਹੈ, ਧਿਆਨ ਨਾਲ ਸੁਣਿਓ ਗੱਲ। ਮੰਨ ਲਓ ਤੁਹਾਡੇ ਘਰ ਤੁਸੀਂ ਆਪਣੇ ਪੁੱਤਰ ਦਾ ਆਨੰਦ ਕਾਰਜ ਰੱਖਿਆ, ਤੁਸੀਂ ਇਹਦੇ ਬਹਾਨੇ ਕੀ ਕਰੋਗੇ? ਕਈ ਆਪਾਂ ਵੇਖਿਆ ਨਾ, ਘਰਾਂ ਨੂੰ ਪੇਂਟ ਕਰਾ ਲੈਂਦੇ ਆ, ਜੇ ਕੋਈ ਖਿੜਕੀ ਦਰਵਾਜ਼ਾ ਮਾੜਾ ਟੁੱਟਾ ਉਹਨੂੰ ਠੀਕ ਕਰਾ ਲੈਣਾ ਹੈ, ਗਲੀ ਸਾਫ ਕਰਾ ਲੈਣੀ ਹੈ, ਪੂਰੇ ਘਰ ਨੂੰ ਸਾਫ ਕਰ ਲੈਣਾ। ਤੁਹਾਡੇ ਘਰ ਵਿਆਹ ਸ਼ਾਦੀ ਹੋਇਆ, ਰਿਸ਼ਤੇਦਾਰ ਆਏ, ਦੋ ਦਿਨ ਉਹ ਚਲੇ ਗਏ, ਰਿਸ਼ਤੇਦਾਰਾਂ ਦੇ ਬਹਾਨੇ, ਵਿਆਹ ਦੇ ਬਹਾਨੇ ਅਸੀਂ ਆਪਣੇ ਘਰ ਨੂੰ ਸਾਫ ਕਰ ਲਿਆ। ਦੱਸੋ ਇਹ ਚ ਰਿਸ਼ਤੇਦਾਰਾਂ ਦਾ ਕੋਈ ਸਵਾਰਿਆ? ਆਪਾਂ ਬੋਲੋ ਸਾਸੰਗ ਜੀ, ਉਹਨਾਂ ਦਾ ਤਾਂ ਕੁਝ ਨੀ ਸਵਾਰਿਆ, ਰੰਗ ਤੇ ਆਪਣੇ ਘਰ ਨੂੰ ਕਰ ਲਿਆ। ਤੁਹਾਡੇ ਘਰ ਕੋਈ ਮਹਿਮਾਨ ਆਇਆ, ਮੈਂ ਕਈ ਵਾਰੀ ਇਹ ਮੈਂ ਕਈ ਵਾਰ ਉਦਾਹਰਣ ਦਿੱਤੀ ਹੈ। ਮੰਨ ਲਓ ਵੀ ਤੁਹਾਡੇ ਘਰ ਕੋਈ ਬੰਦਾ ਪਰਿਵਾਰ ਸਮੇਤ ਤੁਹਾਡੇ ਘਰ ਲਾਗੋਂ ਦੀ ਲੰਘ ਰਿਹਾ ਸੀ, ਸਵੇਰ ਦਾ ਟਾਈਮ ਹੈ, 8 ਵਜੇ ਦਾ ਸਮਾਂ, ਉਹਨੇ ਤੁਹਾਨੂੰ ਫੋਨ ਲਾਇਆ, ਭਾਈ ਸਾਹਿਬ ਜੀ ਘਰੇ ਜੇ? ਤੁਸੀਂ ਕਿਹਾ ਘਰੇ ਹੀ ਜੇ? ਕਹਿੰਦਾ ਮੈਂ ਪਰਿਵਾਰ ਸਮੇਤ ਅੱਗੇ ਜਾ ਰਿਹਾ ਸੀ, ਮੈਂ ਸੋਚਿਆ ਚਲੋ ਤੁਹਾਡੇ ਦਰਸ਼ਨ ਕਰ ਚਲੀਏ। ਬਸ ਕਿੱਥੇ ਆ, ਕਹਿੰਦਾ ਅੱਧਾ ਘੰਟਾ ਤੁਹਾਡੇ ਘਰ ਤੱਕ ਲੱਗਣਾ, ਮੈਂ ਲਾਗੇ ਹੀ ਆ ਗਿਆ। ਤੇ ਘਰ ਦੇ ਜੀ, ਘਰ ਚ ਖਲਾਰਾ ਪਿਆ, ਘਰ ਚ ਪੂਰਾ ਖਲਾਰਾ ਪਿਆ। ਤੇ ਬੰਦੇ ਨੇ ਉਸੇ ਵੇਲੇ ਕਿਹਾ ਵੀ ਫਲਾਣੇ ਰਿਸ਼ਤੇਦਾਰ ਆਪਣੇ ਲੰਘਣ ਡਿਆ ਤੇ ਉਹ ਅੱਧੇ ਘੰਟੇ ਤੱਕ ਆਪਣੇ ਘਰ ਆ ਰਿਹਾ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਭਲਾ? ਗ੍ਰਿਸ਼ਤੀ ਬੈਠੇ ਹੋ, ਕੀ ਕਰੋਗੇ ਭਲਾ? ਸਫਾਈ ਕਰੋਗੇ, ਦਬਦਬ ਨਿਆਣਿਆਂ ਦੇ ਮੂੰਹ ਸਿਰ ਧੋ ਦੋਗੇ, ਸਿਰ ਵਾਹ ਦਿਓਗੇ, ਨਾਲ ਮਾਂ ਨੂੰ ਕਹੋਗੇ ਤੂੰ ਵੀ ਸੂਟ ਨਵਾਂ ਪਾਲਾ, ਥੋੜੇ ਜਿਹੇ ਕੱਪੜੇ ਵਧੀਆ ਪਾਲਾ, ਰਿਸ਼ਤੇਦਾਰ ਆ ਰਹੇ ਨੇ। ਉਹ 8 ਵਜੇ ਫੋਨ ਕੀਤਾ, 9:30 ਆ ਗਏ, 9 ਵਜੇ ਤੱਕ ਆਪਾਂ ਆਪਣੇ ਘਰ ਨੂੰ ਸਾਫ ਸੁਥਰਾ ਕਰ ਲਿਆ। ਮੁੜ ਕੇ ਉਹ 10:30 ਚਲੇ ਗਏ, ਰਿਸ਼ਤੇਦਾਰਾਂ ਦੇ ਬਹਾਨੇ ਅਸੀਂ ਆਪਣਾ ਘਰ ਸਾਫ ਕਰ ਲਿਆ। ਇਹ ਚ ਰਿਸ਼ਤੇਦਾਰਾਂ ਦਾ ਕੁਝ ਸਵਾਰਿਆ? ਬੋਲ ਕੇ ਦੱਸਿਓ ਜੀ, ਸਵਾਰਿਆ ਤਾਂ ਆਪਣਾ ਘਰ ਹੀ ਹੈ ਨਾ। ਤੇ ਮੈਂ ਕਹਾਂ ਮੈਂ ਬਾਣੀ ਪੜ੍ਹਦਾ, ਮੈਂ ਪਾਠ ਕਰਦਾ, ਮਹਾਰਾਜ ਕਹਿੰਦੇ ਸਵਾਰਨਾ ਤੇ ਆਪਣੇ ਆਪ ਨੂੰ, ਤੂੰ ਮੇਰਾ ਕੀ ਸਵਾਰਿਆ? ਚ ਤੁੱਧ ਨੂੰ ਸੇਵ ਹੈ, ਤੁਝ ਕਿਆ ਦੇਵ ਹੈ? ਜਿਹੜੇ ਸਵੇਰੇ ਉੱਠ ਕੇ ਤੈਨੂੰ ਯਾਦ ਕਰਦੇ ਆ, ਤੈਨੂੰ ਤੇ ਕੁਝ ਵੀ ਨਹੀਂ ਦਿੰਦੇ। ਇਹ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਤੁੱਧ ਨੂੰ ਸੇਵ ਹੈ, ਅੱਗੇ ਬੋਲੋ ਤੁਝ ਕਿਆ ਦੇਵ ਹੈ? ਹੁਣ ਕੋਈ ਬੰਦਾ ਡਾਕਟਰ ਦੇ ਸਾਹਮਣੇ ਜਾ ਕੇ ਕਹੇ ਵੇਖ ਲਓ ਮੈਂ ਇੰਨੀ ਦਵਾਈ ਖਾਧੀ ਜੀ, ਕਹਿੰਦਾ ਮੇਰੇ ਸਿਰ ਸਹਾਨ ਕੀਤਾ, ਆਪਣੇ ਫਾਇਦਾ ਕੀਤਾ। ਕੋਈ ਸਟੂਡੈਂਟ ਜਾ ਕੇ ਟੀਚਰ ਨੂੰ ਕਹੇ ਵੇਖ ਲਓ ਮੈਂ ਇੰਨਾ ਪੜ੍ਹਦਾ ਜੇ, ਕਹਿੰਦਾ ਫਾਇਦਾ ਤੇਰਾ ਆਪਣਾ ਹੀ ਹੈ, ਜੇ ਤੂੰ ਪੜ੍ਹਦਾ ਹੈ ਤੇ ਕੱਲ ਨੂੰ ਅਫਸਰ ਲੱਗ ਜਾਏਗਾ, ਤੈਨੂੰ 2 ਅੱਖਰਾਂ ਦਾ ਗਿਆਨ ਹੋ ਜੂ, ਵਿੱਚ ਮੇਰਾ ਕੀ ਫਾਇਦਾ ਕੀਤਾ? ਜੇ ਕੋਈ ਵਿਦਿਆਰਥੀ ਜਾ ਕੇ ਟੀਚਰ ਨੂੰ ਕਹਿੰਦਾ ਟੀਚਰ ਸਾਹਿਬ ਮੈਂ ਇੰਨਾ ਪੜ੍ਹਿਆ, ਮੈਂ ਇੰਨੀ ਕਿਤਾਬ ਪੜ੍ਹੀ, ਮੈਂ ਇੰਨਾ ਗਿਆਨ ਪ੍ਰਾਪਤ ਕੀਤਾ, ਉਹ ਕਹਿੰਦਾ ਭਾਈ ਇਹ 'ਚ ਤੇਰਾ ਆਪਣਾ ਫਾਇਦਾ ਹੈ। ਕੋਈ ਮਰੀਜ਼ ਜਾ ਕੇ ਡਾਕਟਰ ਕਹੇ ਡਾਕਟਰ ਸਾਹਿਬ ਵੇਖ ਲਓ ਮੈਂ ਇੰਨੀ ਦਵਾਈ ਖਾਧੀ ਜੇ, ਮੈਂ ਇੰਨਾ ਪਰਹੇਜ਼ ਕੀਤਾ ਜੇ, ਤੁਸੀਂ ਮੈਨੂੰ ਕਿਹਾ ਸੀ ਤੈਨੂੰ ਸ਼ੂਗਰ ਹੈ, ਮੇਰੇ ਸਾਹਮਣੇ ਜਲੇਬ ਨਿਕਲਦੇ ਸੀ, ਗਜਰੇਲਾ ਖਾਂਦੇ ਸੀ ਰਿਸ਼ਤੇਦਾਰ, ਸਾਗ ਸੰਬੰਧੀ ਘਰ 'ਚ ਗਜਰੇਲਾ ਆਉਂਦਾ ਸੀ, ਪਰ ਮੈਂ ਨਹੀਂ ਜੇ ਖਾਧਾ। ਹੁਣ ਇਹਦਾ ਸਾਨ ਕਿਸੇ ਡਾਕਟਰ ਸਿਰ ਥੋੜ੍ਹਾ, ਡਾਕਟਰ ਅੱਗੇ ਕਹੇਗਾ ਜੇ ਤੂੰ ਪਰਹੇਜ਼ ਕੀਤਾ ਤੇ 4 ਸਾਲ ਹੋਰ ਨਹੀਂ ਮਰਦਾ, ਤੂੰ ਆਪਣੀ ਉਮਰ ਵਧਾ ਲਈ ਹੈ। ਜੇ ਮੈਂ ਪਰਹੇਜ਼ ਕਰਕੇ ਆਪਣਾ ਫਾਇਦਾ ਕਰਦਾ, ਜਦੋਂ ਮੈਂ ਗਲਤ ਕੰਮਾਂ ਤੋਂ ਬਚਦਾ, ਬਾਣੀ ਪੜ੍ਹ ਕੇ ਜ਼ਿੰਦਗੀ ਸਵਾਰਦਾ ਤੇ ਫਾਇਦਾ ਮੈਂ ਆਪਣੇ ਆਪ ਦਾ ਕਰਦਾ, ਮੈਂ ਰੱਬ ਦਾ ਕੁਝ ਨਹੀਂ ਸਵਾਰਦਾ। ਬਾਣੀ 'ਚ ਲਿਖਿਆ, ਮੈਂ ਕਹਾਂ ਰੱਬ ਜੀ ਬਹੁਤ ਵੱਡੇ ਹੋ ਤੁਸੀਂ, ਮੇਰੇ ਕਿਹਾ ਉਹਨੇ ਵੱਡੇ ਹੋ ਜਾਣਾ। ਬਾਣੀ 'ਚ ਲਿਖਿਆ ਜੇ ਸਭ ਮਿਲ ਕੇ ਆਖਣ ਪਾਹੇ, ਸਾਰੀ ਦੁਨੀਆ ਕਹੇ ਰੱਬ ਜੀ ਤੁਸੀਂ ਬਹੁਤ ਵੱਡੇ ਹੋ, ਸਾਡੇ ਕਿਹਾ ਉਹਨੇ ਵੱਡੇ ਵੀ ਹੋ ਜਾਣਾ, ਤੇ ਆਪਾਂ ਕਹੀਏ ਰੱਬ ਜੀ ਤੁਸੀਂ ਬੜੇ ਛੋਟੇ ਹੋ, ਸਾਡੇ ਕਿਹਾ ਰੱਬ ਨੇ ਛੋਟੇ ਨਹੀਂ। ਇਹ ਬੰਦਾ ਹੀ ਆ ਜਿਹੜਾ 4 ਸ਼ਬਦ ਬੋਲੋ ਤੇ ਬੰਦਾ ਵੱਡਾ ਹੋ ਜਾਂਦਾ ਤੇ 4 ਸ਼ਬਦ ਨਾ ਬੋਲੋ ਤੇ ਬੰਦਾ ਛੋਟਾ ਹੋ ਜਾਂਦਾ। ਰੱਬ ਨੂੰ ਕੋਈ ਫਰਕ ਨਹੀਂ ਪੈਂਦਾ, ਜਿਹੜਾ ਹੈ ਹੀ ਵੱਡਾ ਉਹਨੂੰ ਤੁਹਾਡੇ ਲਫ਼ਜ਼ਾਂ ਦੀ ਲੋੜ ਹੈ ਭਲਾ? ਜੇ ਅਸੀਂ ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਇਹਦਾ ਮਤਲਬ ਇੱਕੋ ਇੱਕ ਹੈ ਕਿ ਮੈਂ ਬਾਣੀ ਸਮਝ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਾਂ। ਪਰ ਇੱਧਰ ਧਿਆਨ ਹੈ ਕਿਸੇ ਦਾ? ਸਾਡਾ ਤੇ ਬਾਣੀ ਪੜ੍ਹ ਕੇ ਜ਼ੋਰ ਇਹ ਲੱਗਾ ਹੁੰਦਾ ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ। ਮਾਰੇ ਕਹਿੰਦੇ ਚੀਜ਼ਾਂ ਹੀ ਮੰਗੀ ਜਾਂਦਾ, ਥੋੜ੍ਹਾ ਜਿਹਾ ਮੇਰੇ ਆਖੇ ਵੀ ਲੱਗਦਾ। ਜੇ ਤੁਹਾਡਾ ਪੁੱਤ ਤੁਹਾਡੇ ਕੋਲੋਂ ਵਸਤੂਆਂ ਮੰਗੀ ਜਾਵੇ, ਤੁਹਾਨੂੰ ਕਹੇ ਡੈਡੀ ਆਹ ਲਿਆ ਦੇ, ਆਹ ਲਿਆ ਦੇ, ਤੁਸੀਂ ਕਹੋ ਐਂ ਕਰ ਮਾਂ ਤੇਰੀ ਘਰ ਨਹੀਂ ਚਾਹ ਹੀ ਬਣਾ ਲਾ, ਉਹ ਕਹੇ ਇਹ ਤੇ ਮੇਰੇ ਕੋਲੋਂ ਬਣਦੀ ਨਹੀਂ। ਪੁੱਤਰ ਅਗਰ ਪਾਣੀ ਦਾ ਗਲਾਸ ਫੜਾ ਦੇ, ਉਹ ਕਹੇ ਆਪੇ ਹੋ ਕੇ ਫੜ ਲਓ।
मन माड़ी मोटी दिमाग च गल आऊगी ना भी चीजा मंगने नू मैं ते काम वेले तू ना कर देना ते इधर भी तो यो कुछ होंगे महाराज मैनू पुत दे दियो महाराज मैनू गड्डी दे दियो महाराज मैनू आ दे दियो महाराज कहते माड़ा माड़ा काम भी चंगे करने शुरू कर दे कहते ये काम मेरे लिए उची बोलो जी महाराज कहते काम भी बदल दे पुत्रां तियां दे नंद कार्ज करने शराबां तो बिना साडे बच्चियां दे नंद कार्ज ने परेड़ चढ़ दे ग्रंथी सिंह गुरु ग्रंथ साहब की हजूरी च यह कह रहा हूं कि महाराज ये गुरमुख प्यार दर घर के प्रीतवान रेंदे कारजा च आप सहाई हुई इदे हुंदा जो सगन लगन आउंदा साडे कल नूं बरात आउणी है जां बरात जानी है इदे कहिंदे ने महाराज रेंदे कारजा च आप रेंदे कारज कहड़े आ शराब ना मुके भंगड़ा पाउंदे नूं साह ना चढ़े लड़की वाले दाज देण तों किते ना ना कर दू जो जो चोलिया लिस्ट बना के दी लिस्ट पूरी जे माफ करना सच दा ते काल पै गया इत्थे गुरु ग्रंथ साहिब दी हजूरी च किन्नियां लाड़ियां ने पग्गां ला ला के परां मारियां भी जो असी दाज मंगिया सी सानू ओह गड्डी नहीं मिली गुरदेव जी कहिंदे सच दा काल पैण करके मनुख हवानियत वाले राह ते तुर पिया सच काल ते कूड़ वरतिया कल कालक बेताल गुरदेव दी बाणी दा बड़ा प्यारा वाक है आपां आम सुनदे हां पाप की जंज लै काबलों ताया जदों बरात जांदी है ना बरात विच जिन्नी सेवा हुंदी उदन लाड़े करके हुंदी है लाड़े दी गड्डी माड़ी जी किते लेट हो जाए ते पिंड दे बार बार बराती डीक रहे हुंदे उहनूं उहनूं पता भी अज इह तों बिना असीं पिंड विच प्रवेश नहीं कर सकदे इहदी गड्डी सानूं अगे लाउणी पैणी है वक्खरी गल तीजे चौथे दिन मुड़ के उहनूं कोई पुछे ना ये वखरी गल पर पहले दिन सब तो मोरली कतार च होएगा अगे अगे गड्डी लगी होएगी हुण डीकणगे विचोला भी डीकू सारे रिश्तेदार डीकणगे सतगुरु जी कहिंदे जदों पाप दी जंज लै काबलों ताया जोरी मंगे दान वेला लो बाबर उस जंज दा लड़ा सी जदों उहने धक्का कीता जुलम कीता उस जंज दा लड़ा सी जोरी मंगे धक्के नाल ਉਹ ਦੇਣਾ ਨਹੀਂ ਸੀ ਚਾਹੁੰਦੇ ਐਵਨਾ ਬਾਦ ਦੇ ਲੋਕ ਪਰ ਧੱਕੇ ਨਾਲ ਲੈਂਦਾ ਸੀ ਉਹਨਾਂ ਕੋਲ ਗੁੱਸਾ ਨਾ ਮਨਾਇਓ ਹੁਣ ਤਗੜਾ ਹਿਰਦਾ ਕੇ ਸੁਣਿਓ ਕਈ ਵਾਰੀ ਪਰਿਵਾਰ ਨੂੰ ਪਤਾ ਹੁੰਦਾ ਸਾਡੀ ਸਮਰੱਥਾ ਨਹੀਂ ਗੱਡੀ ਦੇਣ ਦੀ ਪਤਾ ਹੁੰਦਾ ਜੇ ਵਿਚਾਰੇ ਏਡੇ ਤਗੜੇ ਹੁੰਦੇ ਤੇ ਆਪ ਗੱਡੀਆਂ ਤੇ ਵੀ ਪਹਿਲਾਂ ਸਫ਼ਰ ਕਰਦੇ ਹੁੰਦੇ ਪਰ ਕਈ ਵਾਰੀ ਪਰਿਵਾਰ ਦਾ ਮੂੰਹ ਰੱਖਣ ਵਾਸਤੇ ਗੱਡੀਆਂ ਤੇ ਮੋਟਰਸਾਈਕਲ ਉੱਚੀ ਬੋਲੋ ਜੀ ਦੇਣੇ ਪੈਂਦੇ ਨੇ ਇਹਦਾ ਮਤਲਬ ਧੱਕਾ ਹੈ ਨਾ ਧੱਕਾ पाप की जंज लै काबलों ताया अगे की है जोरी मंगे दान धक्के नाल दान मंगया धक्के नाल मैं ते कदी कदी हैरान हो जाना दो दिन अपना पुत किसे घर काम कर ली भेजो तुहाडे दिमाग च आऊगा पुत साडा काम करदा फिरदा दूजियां घर किड्डा जिगरा उस बाप दा धीआं वाले बैठे जे जिहड़ा 25-30 साल धी नूं पाल के जवान करके साडे नाल तोरदा साडे घर जाके काम भी कर दिए ते नाल उहनूं समान देना पैंदा है गड्डियां बिस्तरे रजाइयां तलाइयां अच्छा धी सहुरे घर आण के काम करे ते ठीक है कहिंदे इहदा घर है जे किते जवाई दो दिन जाके सहुरे दो दिन काम करे ना लै इह गुलाम हो गया ही इह सहुरिआं दे थले लग गई हद हो गई उह सोचदी आ ਵੀ ਮੈਂ ਇਸ ਪਰਿਵਾਰ ਚ ਆਣ ਕੇ ਖਪਦੀ ਮਰਦੀ ਹਾਂ ਮੇਰੇ ਬਾਰੇ ਕਦੀ ਫੀਲਿੰਗ ਨਹੀਂ ਆਈ ਜਿੱਦਾਂ ਦਾ ਤੇਰਾ ਮਾਂ ਬਾਪ ਹੈ ਮੇਰਾ ਮਾਂ ਬਾਪ ਵੀ ਤਾਂ ਉਦਾਂ ਦਾ ਹੀ ਹੈ ਅੱਜ ਜਿੱਦਾਂ ਦੀ ਬੱਸ ਵਿੱਚ ਨਹੀਂ ਲਿਖਿਆ ਹੁੰਦਾ ਜੀ ਕਹੋ ਉੱਚੀ ਬੋਲੋ ਜੀ ਉਹਦਾ ਕੀ ਮਤਲਬ ਹੁੰਦਾ ਭਲਾ ਜੀ ਕਹੋ ਤੇ ਜੀ ਕਹਾਓ ਅੱਜ ਰਿਸ਼ਤਿਆਂ ਚ ਤਰੇੜਾ ਆਉਣ ਦਾ ਕਾਰਨ ਪਤਾ ਕੀ ਹੈ ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਬੰਨੇ ਲੈਂਦੇ ਆ ਪਰ ਸਿੱਖਿਆ ਨਹੀਂ ਗੁਰੂ ਗ੍ਰੰਥ ਸਾਹਿਬ ਕੋਲ ਲੈਂਦੇ ਸਿੱਖਿਆ ਲੈਂਦੇ ਜਾ ਕੇ ਬਾਬਿਆਂ ਕੋਲੋਂ ਬਾਬਾ ਜੀ ਕੋਈ ਸ਼ਬਦ ਦੱਸ ਦਿਓ ਲੜਾਈ ਬੜੀ ਹੁੰਦੀ ਹੈ ਬਾਬਾ ਜੀ ਕੋਈ ਮੰਤਰ ਦੱਸ ਦਿਓ ਦੱਸ ਹੱਦ ਹੋ ਗਈ ਉਹਨਾਂ ਕੋਲੋਂ ਮੰਤਰ ਸ਼ਬਦ ਤਾਂ ਪੁੱਛਦੇ ਹੋ ਵੀ ਜੇ ਉਹਨਾਂ ਦੇ ਨਿਆਣੇ ਅੱਗੇ ਬੜੇ ਸਹੀ ਹੋਣ ਉਹ ਤੇ ਆਪ ਵਿਚਾਰੇ ਵਿਆਹ ਹੀ ਨਹੀਂ ਉਹ ਇਸੇ ਬਿਪਤਾ ਦੇ ਮਾਰੇ ਤਾਂ ਗ੍ਰਸਤ ਪਰਿਵਾਰ ਚੋਂ ਭੱਜੇ ਆ ਸਾਡੇ ਲੋਕ ਫਿਰ ਆਪਣੀਆਂ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਲੈ ਕੇ ਮਗਰ ਤੁਰੇ ਫਿਰਦੇ ਆ ਗੁਰੂ ਸਾਹਿਬ ਨੇ ਸਿੱਧਾਂ ਨਾਲ ਵਿਚਾਰ ਗੋਸ਼ਟੀ ਕੀਤੀ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਇਹੋ ਗੱਲ ਹੀ ਪੁੱਛੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਅਚਲ ਬਟਾਲੇ ਵੇਖਿਆ ਜਦੋਂ ਗੁਰੂ ਨਾਨਕ ਸਾਹਿਬ ਪਹਿਲੇ ਪ੍ਰਚਾਰ ਦੌਰੇ ਤੇ ਸੁਲਤਾਨਪੁਰ ਦੀ ਧਰਤੀ ਤੋਂ ਤੁਰਦੇ ਆ ਧਿਆਨ ਨਾਲ ਸੁਣਿਆ
ਗੁਰੂ ਨਾਨਕ ਸਾਹਿਬ ਦੇ ਦੋਨਾਂ ਸਾਹਿਬਜ਼ਾਦਿਆਂ ਦਾ ਜਨਮ ਉਦੋਂ ਤੱਕ ਹੋ ਚੁੱਕਾ ਹੈ। ਧਿਆਨ ਨਾਲ ਸੁਣਿਓ ਗੱਲ ਤਾਂ ਕਿ ਸਮਝ ਪੈ ਜਾਏ। ਗੁਰੂ ਨਾਨਕ ਸਾਹਿਬ ਦੇ ਦੋਨਾਂ ਸਾਹਿਬਜ਼ਾਦਿਆਂ ਦਾ ਜਨਮ ਉਸ ਵਕਤ ਹੋ ਚੁੱਕਾ ਜਦੋਂ ਪਹਿਲੇ ਪ੍ਰਚਾਰ ਦੌਰੇ ਤੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਤੁਰਦੇ ਆ, ਉੱਥੋਂ ਚੱਲੇ ਆ, ਜਿਹਦਾ ਜ਼ਿਕਰ ਸਤਿਕਾਰਯੋਗ ਭਾਈ ਗੁਰਦਾਸ ਜੀ ਨੇ ਕੀਤਾ। ਬਾਬਾ ਦੇਖੇ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਜੋ ਗੁਰੂ ਗੁਬਾਰ ਹੈ ਹਾਹਾ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣਾ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਮਹਾਰਾਜ ਧਰਤੀ ਨੂੰ ਸੋਧਣ ਲਈ ਧਰਤੀ ਤੇ ਉੱਤੇ ਵਸਣ ਵਾਲੇ ਮਨੁੱਖਾਂ ਨਾਲ ਵਿਚਾਰ ਗੋਸ਼ਟੀ, ਉਹਨਾਂ ਅੰਦਰ ਜਿਹੜੀ ਅੱਗ ਲੱਗੀ ਸੀ ਉਹਨੂੰ ਠੰਡੀ ਕਰਨ ਵਾਸਤੇ ਮਹਾਰਾਜ ਤੁਰ ਪਏ। ਆ ਮਰਦਾਨਾ ਜੀ ਆਓ ਤੁਰੀਏ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਗੁਰੂ ਸਾਹਿਬ ਸਿੱਧਾਂ ਕੋਲ ਗਏ, ਉਹਨਾਂ ਨਾਲ ਗੋਸ਼ਟੀ ਕੀਤੀ। ਸਿੱਧਾਂ ਨੂੰ ਇੰਝ ਲੱਗਾ ਸਾਡੇ ਵਰਗੇ ਨੇ। ਗੁਰੂ ਸਾਹਿਬ ਮੱਕੇ ਗਏ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ ਕੁੰਜਾ ਬਾਗ ਮੁਸੱਲਾ ਧਾਰੀ। ਜਿੱਥੇ ਗੁਰਦੇਵ ਜਿੱਦਾਂ ਦੇ ਲੋਕ ਸਨ ਉਦਾਂ ਦਾ ਪਹਿਰਾਵਾ ਪਾ ਕੇ ਗਏ, ਤਾਂ ਕਿ ਇਹਨਾਂ ਨੂੰ ਇੰਝ ਲੱਗੇ ਮੈਂ ਤੁਹਾਡੇ ਵਰਗਾ, ਤਾਂ ਕਿ ਮੇਰੀ ਗੱਲ ਸੁਣ ਸਕਾਂ। ਜਦੋਂ ਗੁਰਦੇਵ ਮਹਾਰਾਜ ਜੋਗੀਆਂ ਕੋਲ ਗਏ, ਉਹਨਾਂ ਨੂੰ ਇੰਝ ਲੱਗਾ ਸਾਡੇ ਵਰਗੇ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਚਲ ਬਟਾਲੇ ਆਏ, ਜੋਗੀ ਲੋਕ ਜਿਹੜੇ ਉਹਨਾਂ ਗੁਰੂ ਸਾਹਿਬ ਨੂੰ ਗ੍ਰਿਸ਼ਤੀਆਂ ਵਾਲੇ ਕੱਪੜੇ ਪਾਏ ਵੇਖਿਆ, ਇਹਦਾ ਜ਼ਿਕਰ ਵੀ ਭਾਈ ਗੁਰਦਾਸ ਨੇ ਕੀਤਾ। ਫਿਰ ਬਾਬਾ ਆਇਆ ਕਰਤਾਰਪੁਰ, ਕਰਤਾਰਪੁਰ ਦੋ ਨੇ, ਇੱਕ ਜਲੰਧਰ ਲਾਗੇ, ਇਹ ਗੁਰੂ ਪੰਜਵੇਂ ਪਾਤਸ਼ਾਹ ਵੇਲੇ ਵਸਿਆ। ਇਹ ਕਰਤਾਰਪੁਰ ਪਾਕਿਸਤਾਨ ਵਿੱਚ ਜਿਹੜਾ ਲਾਂਘਾ ਖੁੱਲੇ, ਇਹ ਗੁਰੂ ਨਾਨਕ ਸਾਹਿਬ ਨੇ ਵਸਾਇਆ। ਦੋਵੇਂ ਕਰਤਾਰਪੁਰ ਅਲੱਗ ਅਲੱਗ ਨੇ, ਇਹ ਕਰਤਾਰਪੁਰ ਜਲੰਧਰ ਲਾਗੇ, ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਵਸਾਇਆ। ਜਿਹੜਾ ਕਰਤਾਰਪੁਰ ਪਾਕਿਸਤਾਨ ਵਿੱਚ ਹੈ, ਇਹ ਧੰਨ ਗੁਰੂ, ਸਾਰੇ ਬੋਲੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਸਾਇਆ। ਫਿਰ ਬਾਬਾ ਆਇਆ ਕਰਤਾਰਪੁਰ, ਉੱਥੇ ਸ਼ਬਦ ਵਰਤਿਆ ਭੇਖ ਉਦਾਸੀ ਸਕਲ ਉਤਾਰਾ। ਜਦੋਂ ਪਹਿਲੇ ਪ੍ਰਚਾਰ ਦੌਰੇ ਤੇ ਤੁਰੇ ਤੇ ਭੇਖ ਦੀ ਵਰਤੋਂ ਕੀਤੀ, ਜਦੋਂ ਆ ਗਏ ਸਾਰਾ ਪ੍ਰਚਾਰ ਦੌਰਾ ਸਮਾਪਤ ਕੀਤਾ ਤੇ ਭੇਖ ਲਾ ਦਿੱਤਾ। ਕਿਉਂ? ਕਿਤੇ ਇਹ ਲੋਕ ਮੇਰੇ ਭੇਖ ਦੀ ਪੂਜਾ ਨਾ ਕਰਨ ਲੱਗ ਪੈਣ, ਇਹਨਾਂ ਨੂੰ ਇਹ ਲੱਗੇ ਵੀ ਇਹ ਮੇਰੇ ਵਰਗੇ ਹੀ ਨੇ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ। ਅੱਗੇ ਕੀ ਹੈ? ਪੈਰ ਸੰਸਾਰੀ ਕੱਪੜੇ। ਹੁਣ ਸੰਸਾਰੀ ਕੱਪੜੇ ਕਿਹੜੇ ਹੁੰਦੇ ਨੇ? ਖੇਤਾਂ 'ਚ ਹਲ ਵਾਹੁਣ ਵਾਲੇ ਬੰਦੇ ਨੇ ਕਿਹੜੇ ਕੱਪੜੇ ਪਾਏ ਹੁੰਦੇ? ਜੀ ਤੁਸੀਂ ਜ਼ਿਮੀਦਾਰੀ ਖੇਤੀਬਾੜੀ ਕਰਨ ਵਾਲੇ ਖੇਤੀਬਾੜੀ ਕਰਦਿਆਂ ਵੇਖਿਆ ਹੋਏਗਾ ਵੀ ਜਦੋਂ ਖੇਤਾਂ 'ਚ ਬੰਦਾ ਹਲ ਵਾਹੁੰਦਾ ਜਾਂ ਖੇਤਾਂ 'ਚ ਕੰਮ ਕਰਦਾ, ਉਹਦੇ ਕੱਪੜੇ ਕਿੱਦਾਂ ਦੇ ਹੁੰਦੇ ਭਲਾ? ਉਹ ਚਿੱਟੇ ਬਸਤਰ ਪਾ ਕੇ ਖੇਤਾਂ 'ਚ ਕੰਮ ਕਰ ਸਕਦਾ? ਬੋਲੋ ਸਾਧ ਸੰਗਤ ਜੀ। ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹੜੇ ਬਸਤਰ ਪਾਏ ਹੋਣਗੇ? ਫਿਰ ਗੁਰਦੇਵ ਪਿਤਾ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਪੈਰ ਸੰਸਾਰੀ ਕੱਪੜੇ। ਕੁਦਰਤੀ ਗੱਲ, ਗੁਰਦੇਵ ਨੇ ਚਾਦਰ ਕੁੜਤਾਮ ਸਿੰਪਲ ਕੱਪੜੇ ਜਿਹੜੇ ਕਿਸਾਨ ਬੰਦਾ ਖੇਤਾਂ 'ਚ ਕੰਮ ਕਰਨ ਲਈ ਪਾਉਂਦਾ ਹੈ, ਤਾਂ ਕਿ ਇਹਨਾਂ ਨੂੰ ਲੱਗੇ ਵਿਚਾਰ ਬੜੇ ਉੱਤਮ ਨੇ, ਪਰ ਬਾਬਾ ਸਾਡੇ ਵਾਂਗ ਖੇਤਾਂ 'ਚ ਵੀ ਕੰਮ ਕਰ ਸਕਦਾ ਹੈ। ਹੁਣ ਕਿੱਥੇ ਉਹ ਬਾਬਾ ਤੇ ਕਿੱਥੇ ਅੱਜ ਵਾਲੇ ਬਾਬੇ? ਇਹਨਾਂ ਬਾਬਿਆਂ ਨੂੰ ਸਟੇਜ 'ਤੇ ਫੜ ਕੇ ਕਈ ਵੀ ਚੜਾਉਣਾ ਪੈਂਦਾ ਤੇ ਫੜ ਕੇ ਸਟੇਜ ਤੋਂ ਲਾਉਣਾ ਪੈਂਦਾ। ਸਾਡੇ ਸਮਾਜ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਕਿਸੇ ਬਾਬੇ ਕੋਲ ਕੋਈ ਗੜਬਈ ਨਹੀਂ ਹੈ। ਭਾਈ ਮਰਦਾਨਾ ਜੀ ਨੇ, ਮੈਂ ਕਹਿੰਦਾ ਸਭ ਤੋਂ ਵੱਡੀ ਜਾਤ ਪਾਤ ਦੇ ਮੂੰਹ ਤੇ ਕਰਾਰੀ ਚਪੇੜ ਸੀ ਜਿਹੜੇ ਉੱਚ ਜਾਤੀਏ ਹੰਕਾਰ ਕਰਦੇ ਸੀ। ਗੁਰਦੇਵ ਦੀ ਸਭ ਤੋਂ ਵੱਡੀ ਚੁਣੌਤੀ ਸੀ ਭਾਈ ਮਰਦਾਨੇ ਦੀ ਚੋਣ ਕਰਨੀ। ਭਾਈ ਮਰਦਾਨੇ ਵਰਗਾ ਸੰਗੀ ਨਾਲ ਲੈ ਕੇ ਦੱਸਣਾ ਕਿ ਭਾਈ ਇਹ ਜਾਤਾਂ ਪਾਤਾਂ ਧਰਮ ਦੇ ਠੇਕੇਦਾਰਾਂ ਨੇ ਬਣਾਈਆਂ ਨੇ, ਰੱਬ ਨੇ ਨਹੀਂ। ਕਿਉਂਕਿ ਜੇ ਰੱਬ ਨੇ ਬਣਾਈਆਂ ਹੁੰਦੀਆਂ, ਮਾਤਾ ਦੇ ਗਰਭ ਵਿੱਚ ਬੱਚਾ ਇੱਕੇ ਤਰੀਕੇ ਨਾਲ ਹੀ ਪੜਦਾ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਪੜ ਰਹੇ ਸੀ ਨਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਵਿੱਚ ਜਦੋਂ ਬੱਚਾ ਪੜਦਾ ਹੈ, ਜਿੱਦਾਂ ਹਿੰਦੂ ਪਰਿਵਾਰ ਦਾ ਬੱਚਾ ਪੜਦਾ ਹੈ, ਮੁਸਲਮਾਨ ਪਰਿਵਾਰ ਦਾ ਬੱਚਾ ਵੀ ਉਂਝ ਹੀ ਪੜਦਾ ਹੈ, ਸਿੱਖ ਦਾ ਬੱਚਾ ਵੀ ਉਂਝ ਪੜਦਾ ਹੈ, ਈਸਾਈਆਂ ਦਾ ਬੱਚਾ, ਜੈਨੀ, ਬੋਧੀ, ਪਾਰਸੀ, ਦੁਨੀਆਂ ਦੇ ਜਿੰਨੇ ਵੀ ਮਜ਼ਹਬ ਨੇ, ਮਾਤਾ ਦੇ ਗਰਭ ਵਿੱਚ ਜਦੋਂ ਬੱਚਾ ਪਲਦਾ ਹੈ, ਉਹਨੂੰ ਕੋਈ ਪੁੱਛੇ ਤੇਰਾ ਧਰਮ ਕੀ ਹੈ, ਉਹਦਾ ਧਰਮ ਕੀ ਉਸ ਵਕਤ? ਉਹਨੂੰ ਤੇ ਖੁਰਾਕ ਉਦਾਂ ਹੀ ਮਿਲ ਰਹੀ ਹੈ। ਜਦੋਂ ਆਪਾਂ ਬਾਣੀ 'ਚ ਲਿਖਿਆ, ਹੁਣ ਤੁਹਾਡਾ ਬੱਚਾ ਤੁਹਾਨੂੰ ਪੁੱਛੇ, ਬਾਣੀ 'ਚ ਲਿਖਿਆ ਮਾਤ ਗਰਭ ਮੈਂ, ਸਾਰੇ ਬੋਲੋ, ਆਪਣ ਸਿਮਰਨ ਦੇ ਤੈਂ ਤੁਮ।
ਹੁਣ ਜੇ ਸਾਡਾ ਬੱਚਾ ਪੁੱਛੇ ਮਾਂ ਆਪਾਂ ਸਿੱਖ ਵਾਂ ਤੇ ਸਿੱਖ ਪਰਿਵਾਰ ਦਾ ਬੱਚਾ ਮਾਤਾ ਦੇ ਗਰਭ ਚ ਕਿਹੜਾ ਸਿਮਰਨ ਕਰਦਾ ਹੋਊਗਾ? ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਏਗਾ। ਤੇ ਹਿੰਦੂ ਪਰਿਵਾਰ ਦਾ ਬੱਚਾ ਉਹ ਰਾਮ ਰਾਮ ਕਹਿੰਦਾ ਹੋਏਗਾ, ਤੇ ਮੁਸਲਮਾਨ ਦਾ ਬੱਚਾ ਅੱਲਾ ਅੱਲਾ ਕਹਿੰਦਾ ਹੋਏਗਾ। ਇਹ ਤਾਂ ਮਤਲਬ ਬੱਚੇ ਨੂੰ ਮਾਤਾ ਦੇ ਗਰਭ ਚ ਹੀ ਸਿਖਾਤਾ ਵੀ ਆਹ ਤੇਰਾ ਧਰਮ ਹੈ, ਆਹ ਤੇਰਾ ਮਜ਼ਹਬ ਹੈ, ਤੂੰ ਆਹ ਮੰਤਰ ਪੜ੍ਹਨਾ ਹੈ। ਉੱਥੇ ਸਿਮਰਨ ਦਾ ਅਰਥ ਹੈ ਡਿਸਿਪਲਨ, ਉੱਥੇ ਸਿਮਰਨ ਦਾ ਅਰਥ ਹੈ ਨੇਮ ਮਰਿਆਦਾ। ਮਾਤਾ ਦੇ ਗਰਭ ਚ ਜਦੋਂ ਬੱਚਾ ਪੜਦਾ ਹੈ ਉਦੋਂ ਉਹ ਨੇਮ ਵਿੱਚ ਹੈ, ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਦਾ ਖੇਲ ਚਾਹੇ। ਮਾਇਆ ਦੀ ਅੱਗ ਤੇ ਮਾਤਾ ਦੇ ਗਰਭ ਦੀ ਅੱਗ ਸੇਮ ਹੈ। ਮਾਤਾ ਦੇ ਗਰਭ ਦੀ ਅੱਗ ਬੱਚੇ ਨੂੰ ਕਿਉਂ ਨਹੀਂ ਸਾੜਦੀ? ਕਿਉਂਕਿ ਬੱਚਾ ਡਿਸਿਪਲਿਨ ਚ, ਨੇਮ ਚ, ਮਰਿਆਦਾ ਚ। ਇਹ ਅੱਗ ਸਾੜ ਕੇ ਕਿਉਂ ਸਵਾਹ ਕਰਦੀ ਹੈ? ਕਿਉਂ ਕਤਲ ਹੋ ਰਹੇ ਨੇ? ਕਿਉਂ ਭੈਣ ਭਰਾ ਦਾ ਦੁਸ਼ਮਣ ਬਣਿਆ ਪਿਆ ਬੰਦਾ? ਕਿਉਂ ਆਪੋ ਧਾਪੀ ਪਈ ਹੈ? ਕਿਉਂਕਿ ਨੇਮ ਨਾਲੋਂ ਟੁੱਟ ਗਏ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਤੇ ਮਾਇਆ। ਅਮਰ ਅਮਰ ਕਹਿੰਦੇ ਹੁਕਮ ਨੂੰ, ਮਾਇਆ ਨੇ ਆਪਣਾ ਹੁਕਮ ਚਲਾਤਾ, ਮਾਇਆ ਮਮਤਾ ਮੋਹਣੀ। ਹੁਣ ਮਾਇਆ ਦੀ ਤਸਵੀਰ, ਹੁਣ ਮੈਂ ਤੁਹਾਡੇ ਸਾਹਮਣੇ ਸੇਬ ਦਾ ਨਾਂ ਲੈਣਾ, ਸੇਬ ਦੀ ਤਸਵੀਰ ਬਣਾਓ ਆਪਣੇ ਬ੍ਰੇਨ ਚ, ਤੁਹਾਡੇ ਦਿਮਾਗ ਸੇਬ ਦੀ ਤਸਵੀਰ ਆ ਜਾਣੀ ਹੈ ਕਿਉਂਕਿ ਤੁਸੀਂ ਸੇਬ ਵੇਖਿਆ ਹੈ। ਹੁਣ ਮੈਂ ਤੁਹਾਨੂੰ ਕਹਿੰਦਾ ਅੰਗੂਰਾਂ ਨੂੰ ਆਪਣੇ ਦਿਮਾਗ ਵਿੱਚ ਚੇਤਾ ਕਰੋ, ਤੁਹਾਡੇ ਦਿਮਾਗ ਵਿੱਚ ਅੰਗੂਰਾਂ ਦਾ ਗੁੱਛਾ ਆ ਜਾਣਾ ਹੈ। ਹੁਣ ਮੈਂ ਤੁਹਾਨੂੰ ਕਹਿੰਦਾ ਵੀ ਸੰਤਰੇ ਦਾ ਆਪਣੇ ਦਿਮਾਗ ਵਿੱਚ ਧਿਆਨ ਕਰੋ, ਤੁਹਾਡੇ ਦਿਮਾਗ ਵਿੱਚ ਸੰਤਰੇ ਦਾ ਧਿਆਨ ਆ ਜਾਣਾ ਕਿਉਂਕਿ ਸੰਤਰਾ ਵੇਖਿਆ। ਹੁਣ ਮੈਂ ਤੁਹਾਨੂੰ ਕਹਾਂਗਾ ਮਾਇਆ ਦਾ ਧਿਆਨ ਕਰੋ, ਮਾਇਆ ਦੀ ਤਸਵੀਰ ਬਣਾਓ, ਤੇ ਕੁਦਰਤੀ ਗੱਲ ਹੈ ਮਾਇਆ ਦੀ ਤਸਵੀਰ ਨੋਟ ਬਣਨੇ ਨੇ। ਪਰ ਮਾਇਆ ਨੋਟ ਨਹੀਂ ਹੈ, ਇਕੱਲੀ ਇਕੱਲੀ ਨੋਟ ਮਾਇਆ ਨਹੀਂ ਹੈ। ਬਾਣੀ ਚ ਲਿਖਿਆ ਇਹ ਮਾਇਆ ਜਿੱਤ ਹਰ ਵਿਸਰੇ। ਜਿਹੜੀ ਚੀਜ਼ ਤੁਹਾਡੇ ਤੇ ਸੱਚ ਦੇ ਦਰਮਿਆਨ ਦੀਵਾਰ ਖੜੀ ਕਰ ਦੇਵੇ ਮਾਇਆ ਹੈ। ਹੁਣ ਮੰਨ ਲਓ ਤੁਹਾਡੇ ਘਰ ਤੁਸੀਂ ਭੈਣ ਭਰਾ ਇੱਕ ਦੂਜੇ ਤੇ ਜਾਨ ਦਿੰਦੇ ਜੇ, ਹੁੰਦਾ ਵੀ ਇਹ ਜਦੋਂ ਬੱਚੇ ਛੋਟੇ ਹੋਣ, ਇੱਕ ਭਰਾ ਕੱਪੜੇ ਲੈ ਕੇ ਆਇਆ ਦੂਜੇ ਨੇ ਪਾ ਲਏ, ਦੂਜਾ ਲੈ ਕੇ ਆਇਆ ਦੂਜੇ ਨੇ ਪਾ ਲਏ। ਕਈਆਂ ਘਰਾਂ 'ਚ ਤੁਸੀਂ ਵੇਖਿਆ ਨਾ ਇੱਕ ਪੈਂਟ ਲੈ ਕੇ ਆਇਆ, ਪਤਾ ਹੀ ਨਹੀਂ ਵੀ ਇਹਦੀ ਪੈਂਟ ਕਿਹੜੀ, ਉਹਨੂੰ ਪੁੱਛੇ ਇਹ ਬੂਟ ਪੈਂਟ ਕਿਹਦੀ, ਕਹਿੰਦਾ ਭਰਾਵਾ ਇੱਥੇ ਅਸੀਂ ਇਕੱਠੇ ਲੈ ਆਉਂਦੇ ਹਾਂ। ਅਜੇ ਤੱਕ ਸਾਨੂੰ ਇਹ ਨਹੀਂ ਪਤਾ ਵੀ ਇਹ ਬੂਟ ਕੱਪੜੇ ਕਿਹਦੇ, ਕਿਉਂਕਿ ਇੱਕ ਦੂਜੇ ਦੇ ਸਾਨੂੰ ਆ ਜਾਂਦੇ ਸੀ। ਇਹ ਨਹੀਂ ਕਹਿੰਦੇ ਦਾਅਵੇ ਨਾਲ ਵੀ ਇਹ ਪੈਂਟ ਮੇਰੀ ਹੈ, ਇਹ ਬੂਟ ਮੇਰੇ ਨੇ, ਇੰਨਾ ਪਿਆਰ। ਪਰ ਜਦੋਂ ਉਹ ਹੀ ਵੱਡੇ ਹੁੰਦੇ ਨੇ, ਬੱਚੇ ਹੋ ਜਾਂਦੇ ਨੇ, ਫਿਰ ਭਰਾ ਭਰਾ ਨੂੰ ਵੇਖਣਾ ਪਸੰਦ ਨਹੀਂ ਕਰਦਾ। ਕਿਉਂ? ਕਿਉਂਕਿ ਪੁੱਤਰ ਮਾਇਆ ਦੇ ਰੂਪ ਚ ਪੈਦਾ ਹੋ ਗਿਆ, ਬੱਚੇ ਮਾਇਆ ਦੇ ਰੂਪ ਚ ਪੈਦਾ ਹੋ ਗਿਆ। ਜੇ ਭਰਾ ਭਰਾ ਚ ਫਿੱਕ ਪੈ ਗਈ, ਤੇ ਜੇ ਪੁੱਤਰ ਹੋਣ ਤੋਂ ਬਾਅਦ ਵੀ ਭਰਾ ਭਰਾ ਤੇ ਜਾਣ ਦਿੰਦਾ, ਸਮਝ ਲਓ ਤੁਹਾਡੇ ਘਰ ਮਾਇਆ ਨਹੀਂ ਹੈਗੀ। ਤੁਸੀਂ ਮਾਇਆ ਨੂੰ ਸਮਝ ਲਏ? ਜਦੋਂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਨਿਕਲਦੇ ਨੇ, ਪੁੱਤਰ ਦਾ ਮੋਹ ਕਰਕੇ ਮਹਾਰਾਜ ਰੁਕ ਨਹੀਂ ਜਾਂਦੇ, ਲਾਸ਼ ਲਾਗੋਂ ਦੀ ਲੰਘ ਜਾਂਦੇ। ਜੇ ਪੁੱਤਰ ਦੇ ਮੋਹ ਵਿੱਚ ਹੁੰਦੇ ਤੇ ਜਿੱਥੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨਾਲ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲੇ ਨੇ, ਨਾਲ ਬਾਬਾ ਜੁਝਾਰ ਸਿੰਘ ਨੂੰ ਖੜ ਸਕਦੇ ਸੀ। ਏਦਾਂ ਸਲਾਹ ਕਰਦੇ ਸਿੱਖਾਂ ਨਾਲ, ਸਿੱਖੋ ਮੇਰਾ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ, ਛੋਟਿਆਂ ਦਾ ਮੈਨੂੰ ਪਤਾ ਨਹੀਂ। ਜੇ ਤੁਹਾਡੇ ਨਾਲ ਸਲਾਹ ਹੈ ਬਾਬਾ, ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ ਲੈ ਜਾਵਾਂ, ਕਿਸੇ ਸਿੱਖ ਨੇ ਇਤਰਾਜ਼ ਨਹੀਂ ਸੀ ਕਰਨਾ, ਕਿਸੇ ਨੇ ਸੀ ਨਹੀਂ ਕਰਨਾ। ਪਰ ਮਾਲਕ ਨੇ ਅੰਦਰ ਇਹ ਫਰਕ ਹੈ ਹੀ ਨਹੀਂ, ਕਹਿੰਦੇ ਜਿੱਦਾਂ ਦਾ ਜੁਝਾਰ ਸਿੰਘ ਉਦਾਂ ਦਾ ਦਇਆ ਸਿੰਘ। ਤੇ ਮਾਰੋ ਧਿਆਨ, ਇਹ ਦਿਸਦਾ ਜਾਇਦਾਦਾਂ ਵੰਡਣ ਲੱਗੇ ਆ, ਸਕੇ ਭਰਾ ਨੂੰ ਸਕੇ ਭਰਾ ਦੇ ਪੁੱਤ ਚੋਂ ਆਪਣਾ ਪੁੱਤ ਨਹੀਂ ਦਿਸਦਾ। ਜੇ ਦਿਸਦਾ ਹੋਵੇ ਮੈਂ ਸਾਰਿਆਂ ਤੇ ਨਹੀਂ ਗੱਲ ਕਰਦਾ, ਬਹੁਤ ਹੈਗੇ ਨੇ ਜਿਹਨੂੰ ਆਪਣੇ ਭਰਾ ਦਾ ਬੱਚਾ ਵੀ ਆਪਣੇ ਬੱਚਿਆਂ ਵਰਗਾ ਲੱਗਦਾ ਹੈ, ਆਪਣੇ ਦੋਸਤ ਦਾ ਬੱਚਾ ਵੀ ਆਪਣੇ ਬੱਚਿਆਂ ਵਰਗਾ ਲੱਗਦਾ ਹੈ, ਆਪਣੇ ਲੇਬਰ ਦਾ, ਆਪਣੇ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਦਾ ਬੱਚਾ ਵੀ ਆਪਣੇ ਬੱਚਿਆਂ ਵਰਗਾ ਲੱਗਦਾ ਹੈ। ਕਿ ਜਿੱਦਾਂ ਮੇਰੇ ਬੱਚੇ ਪਿਓ ਕੋਲੋਂ ਉਮੀਦਾਂ ਲਾਉਂਦੇ ਨੇ, ਇਹ ਬੱਚੇ ਵੀ ਆਪਣੇ ਮਾਂ ਬਾਪ ਤੋਂ ਉਂਝ ਹੀ ਉਮੀਦਾਂ ਲਾਉਂਦੇ ਨੇ। ਜਦੋਂ ਬੰਦਾ ਬੱਚਿਆਂ ਦੇ ਮੋਹ 'ਚ ਪੈ ਕੇ ਠੱਗੀਆਂ ਮਾਰਦਾ, ਸਮਝ ਲਾ ਬੰਦਿਆ ਤੂੰ ਮਾਇਆਧਾਰੀ ਹੋ ਗਿਆ, ਤੇਰੇ ਤੇਰੇ ਘਰ ਮਾਇਆ ਨੇ ਜਨਮ ਲੈ ਲਿਆ। ਇਹਨੂੰ ਕਹਿੰਦੇ ਨੇ ਮਾਇਆ ਮਮਤਾ ਮੋਹਣੀ। ਅੱਗੇ ਬੋਲੋ, ਜਿਨ ਵਿਣ ਦੰਤਾਂ, ਇਹਦੇ ਦੰਦ ਹੈਗੇ ਨੇ ਪਰ ਖਾ ਸਭ ਕੁਝ ਜਾਂਦੀ ਹੈ, ਜੇ ਇਹਦੇ ਦੰਦ ਹੁੰਦੇ ਫੇਰ ਪਤਾ ਨਹੀਂ ਸੀ ਕੀ ਹੋਣਾ। ਸਾਡੇ ਕਹਿਣਗੇ ਫਲਾਣੇ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਉਹ ਸੋਚਦੇ ਆਹ ਮਾਇਆ ਵਾ। ਇਸੇ ਕਰਕੇ ਬਹੁਤੇ ਡੇਰਿਆਂ ਚ ਕਹਿੰਦੇ ਮਾਇਆ ਦਾ ਮੱਥਾ ਟੇਕਿਆ ਨਹੀਂ ਜਾਂਦਾ, ਵੀ ਲੜਾਈ ਕਰਦੀ ਜੇ ਮਾਇਆ ਦਾ ਮੱਥੇ ਨਹੀਂ ਟੇਕਿਆ ਜਾਂਦਾ, ਲੜਾਈ ਤਾਂ ਸਾਰੀ ਮਾਇਆ ਦੀ ਹੁੰਦੀ ਹੈ। ਅਗਲਿਆਂ ਨੇ ਦਵਾਨੀਆਂ ਚਵਾਨੀਆਂ ਕੀ ਕਰਨੀਆਂ, ਚੈੱਕ ਆ ਜਾਂਦੇ ਹੋਣ,
ਜਿੱਥੇ ਵੱਡੇ ਵੱਡੇ ਡਰਾਫਟ ਆ ਜਾਂਦੇ ਹੁਣ, ਜਿਨ੍ਹਾਂ ਨੇ ਤੁਹਾਡੇ ਕੋਲੋਂ ਵੱਡੇ ਵੱਡੇ ਕੰਮ ਲੈ ਲਏ, ਉਹਨਾਂ ਤੁਹਾਡੀਆਂ ਦਵਾਨੀਆਂ ਚਵਾਨੀਆਂ 10 ਰੁਪਏ ਇਕੱਠੇ ਕਰਕੇ ਕੀ ਲੈਣੇ ਨੇ? ਉਹ ਕਹਿਣਗੇ 10-20 ਰੁਪਏ ਦਿਓਗੇ, ਫੇਰ ਕਹਾਂਗੇ ਉੱਥੋਂ ਸਿਲੰਡਰ ਭਰਾ ਕੇ ਲਿਆਓ, ਸਿੱਧਾ ਹੀ ਕਹਿ ਦਿਓ ਜੀ ਲੰਗਰ ਹੀ ਲਿਆਓ। ਆਪੇ ਗਾਜਰਾਂ ਲੱਭਦੇ ਫਿਰੋਗੇ, ਆਪੇ ਗੋਭੀ ਲੱਭਦੇ ਫਿਰੋਗੇ, ਆਪੇ ਤੇਲ ਲੱਭਦੇ ਫਿਰੋਗੇ, ਆਪੇ ਤੜਕੇ ਲਾਉਂਦੇ ਫਿਰੋਗੇ, ਫੇਰ ਕਹਾਂਗੇ ਪੈਸੇ ਲੈ ਕੇ ਆਓ। ਇਹਨੂੰ ਚੰਗਾ ਕੀ ਹੈ, ਸਰੀਆ ਹੀ ਲੈ ਆਓ। ਇੱਕ ਨੂੰ ਕਹਿ ਤਾ ਤੂੰ ਬੱਜਰੀ ਲੈ ਆ, ਤੀਜੇ ਨੂੰ ਕਹਿ ਤਾ ਸੀਮੈਂਟ ਲੈ ਆ। ਹੁਣ ਮੰਨ ਲਓ ਤੁਸੀਂ ਕਿਸੇ ਬੰਦੇ ਕੋਲ ਪੈਸੇ ਲੈਣੇ ਹੋਣ ਜਾਂ ਕਿਸੇ ਨੇ ਦੇਣੇ ਹੋਣ, ਉਹ ਬੰਦਾ ਕਹੇ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਤੂੰ ਐਂ ਕਰ ਇੱਕ ਟਰੱਕ ਬਜਰੀ ਦਾ ਦੇ ਜਾ, ਇੱਕ ਟਰੱਕ ਸਰੀਏ ਦਾ ਦੇ ਜਾ, ਇੱਕ ਟਰੱਕ ਸੀਮੈਂਟ ਦਾ ਦੇ ਜਾ, ਮੈਂ ਮਾਇਆ ਨੂੰ ਹੱਥ। ਉਹ ਕਹੇਗਾ ਹੱਥ ਹੋ ਗਿਆ, ਇਹ ਆਉਂਦਾ ਕਾਹਦਾ ਹੈ? ਵੀ ਸਾਰਾ ਤੇ ਮਾਇਆ ਦਾ ਆਉਂਦਾ। ਸਾਡੇ ਸਮਾਜ ਵਿੱਚ ਇਦਾਂ ਦੀ ਬਣਤਰ ਬਣਾਤੀ, ਜਿੱਦਣ ਅਸੀਂ ਇਹ ਡੈਫੀਨੇਸ਼ਨ ਸਮਝ ਲਈ ਸਾਨੂੰ ਪਤਾ ਲੱਗ ਜਾਏਗਾ। ਗੁਰਦੇਵ ਜੀ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਤਾਂ ਫਿਰ ਗੱਲ ਨੂੰ ਇਸ ਤਰੀਕੇ ਨਾਲ ਧਿਆਨ ਨਾਲ ਸਮਝਣਾ। ਇੱਥੇ ਪਾਤਸ਼ਾਹ ਕਹਿੰਦੇ ਨੇ ਬੱਚਾ ਮਾਤਾ ਦੇ ਗਰਭ ਚ ਨੇਮ ਚ ਹੈ, ਉਹ ਕਿਹੜਾ ਸਿਮਰਨ ਕਰਦਾ? ਨੇਮ ਦਾ ਸਿਮਰਨ, ਉਹਦੇ ਹੁਕਮ ਚ ਹੈ। ਬੰਦਿਆ ਤੇਰਾ ਸਿਮਰਨ ਕੀ ਹੈ? ਉਹਦੇ ਨਿਯਮ ਵਿੱਚ ਰਹਿਣਾ, ਜਿਵੇਂ ਆਪਾਂ ਬਾਣੀ ਚ ਨਹੀਂ ਪੜ੍ਹਦੇ, ਪਵਣ ਪਾਣੀ ਬੈ ਸੰਤਰੋ ਹੁਕਮ ਕਰੇ ਭਗਤੀ। ਧਿਆਨ ਨਾਲ ਸੁਣਿਓ, ਪੰਕਤੀ ਹੈ ਪਵਣ ਪਾਣੀ ਬੈ ਸੰਤਰੋ। ਆ ਸਾਹਮਣੇ ਤੁਹਾਡੇ ਸਕਰੀਨ ਤੇ ਆ ਗਈ, ਆ ਬੜਾ ਵਧੀਆ ਉਪਰਾਲਾ ਹੈ, ਮੈਂ ਵਧਾਈ ਦੇਣਾ ਚਾਹਾਂਗਾ ਤੁਹਾਨੂੰ ਸਾਰਿਆਂ ਨੂੰ। ਇਹ ਉਪਰਾਲੇ ਸਾਨੂੰ ਪਿੰਡਾਂ ਚ ਕਰਨੇ ਚਾਹੀਦੇ, ਵੀ ਸੰਗਤ ਨੇ ਨਾਲ ਪੋਥੀਆਂ ਤੇ ਲੈ ਕੇ ਆਈ ਨਹੀਂ ਹੁੰਦੀ, ਤੋ ਅੱਜ ਸਕਰੀਨ ਤੇ ਅੱਜ ਦਾ ਭੁਲੇਖਾ ਦੂਰ ਹੋ ਜਾਂਦਾ ਵੀ ਬਾਣੀ ਚ ਲਿਖਿਆ ਕੀ। ਪੜ੍ਹੋ ਸਾਰੇ ਪੜ੍ਹੋ, ਹਾਂ ਵੇਖ ਕੇ ਸਾਹਮਣੇ ਸਕਰੀਨ ਵੱਲ ਧਿਆਨ ਦਿਓ। ਪੌਣ ਸਾਰੇ ਬੋਲੋ ਸਾਹ ਸਿੰਘ ਜੀ, ਪੌਣ ਪਾਣੀ ਬੈ ਸੰਤਰੋ, ਅੱਗੇ ਕੀ ਹੈ? ਹੁਕਮ ਕਰੇ। ਆਪਾਂ ਕਹਿੰਦੇ ਫਲਾਣੇ ਨੇ ਬੜੀ ਭਗਤੀ ਕੀਤੀ ਹੈ, ਹੁਣ ਜੇ ਕੋਈ ਸਾਨੂੰ ਪੁੱਛੇ ਵੀ ਪੌਣ ਨੇ ਕਿਹੜੀ ਭਗਤੀ ਕੀਤੀ ਹੈ, ਇਹ ਕਿੱਦਾਂ ਭਗਤੀ ਕਰਦੀ? ਆਪਾਂ ਕਹਿੰਦੇ ਫਲਾਣਾ ਬੰਦਾ ਭਗਤੀ ਕਰਦਾ, ਸਿਮਰਨ ਕਰਦਾ, ਮਾਲਾ ਫੇਰਦਾ, ਉਹ ਚੌਂਕੜਾ ਮਾਰਦਾ, ਇਹ ਹਵਾ ਕਿੱਦਾਂ ਸਿਮਰਨ ਕਰਦੀ? ਭਲਾ ਇਹ ਭਗਤੀ ਕਿੱਦਾਂ ਕਰਦੀ? ਚੌਂਕੜਾ ਮਾਰਦੀ ਹੈ। ਅੱਗੇ ਪਾਣੀ ਬੈਸੰਤਰਾਗ, ਤਿੰਨੇ ਚੀਜ਼ਾਂ ਇਹ ਕਿਵੇਂ ਬੰਦਗੀ ਕਰਦੀਆਂ ਨੇ? ਸੁਣਿਓ ਹੁਣ ਧਿਆਨ ਨਾਲ, ਬਾਣੀ ਚ ਇੰਜ ਵੀ ਲਿਖਿਆ, ਗਾਵੇਂ ਤੁਦਨੋ ਪੌਣ ਪਾਣੀ ਬੈਸੰਤਰ। ਗਾਂ ਗਾਉਣ ਲਈ ਜ਼ਬਾਨ ਚਾਹੀਦੀ ਹੈ। ਆਪਾਂ ਨੀ ਕਹਿੰਦੇ ਫਲਾਣਾ ਬੰਦਾ ਬੜਾ ਸੋਹਣਾ ਗੀਤ ਗਾਉਂਦਾ, ਹੁਣ ਇੱਥੇ ਲਿਖਿਆ ਗਾਵੇਂ ਤੁਦਨੋ ਪੌਣ ਪਾਣੀ ਬੈਸੰਤਰ। ਅੱਗ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਤੇ ਹਵਾ ਵੀ ਗਾ ਰਹੀ ਹੈ, ਕਿੱਦਾਂ ਗਾ ਰਿਹਾ? ਸੌਖਾ ਸਮਝੋ, ਸਾਡੇ ਸਰੀਰ ਚ ਤਿੰਨੇ ਚੀਜ਼ਾਂ ਹੈਗੀਆਂ, ਹਵਾ। ਜੇ ਬੰਦੇ ਨੂੰ ਹਵਾ ਆ ਰਹੀ ਹੈ, ਸਾਹ ਆ ਰਿਹਾ ਤੇ ਬੰਦਾ ਜਿਉਂਦਾ। ਹਮ ਆਦਮੀ ਹਾਂ, ਸਾਰੇ ਬੋਲੋ ਹਾਜ਼ਰੀ ਲਵਾਓ ਜੀ, ਹਮ ਆਦਮੀ ਹਾਂ। ਇੱਕ ਦਮੀ, ਜੇ ਦਮ ਆ ਗਿਆ ਤੇ ਮੈਂ ਆਦਮੀ ਹਾਂ, ਜੇ ਦਮ ਨਾ ਆਇਆ ਉਹਨਾਂ ਕਹਿਣਾ ਡੈਡ ਬੋਡੀ ਲੈ ਜਾਓ ਬਈ। ਬੰਦਾ ਭਾਵੇਂ ਕੋਮਾ ਚ ਹੀ ਹੋਵੇ ਨਾ, ਉਹਨੂੰ ਕਹਿੰਦੇ ਨੇ ਮਰੀਜ਼ ਕਿਹੜੇ ਰੂਮ ਚ ਹੈ? ਕਹਿੰਦੇ ਤੁਹਾਡਾ ਮਰੀਜ਼ ਇਸ ਨਾਮ ਦਾ ਫਲਾਣੇ ਰੂਮ ਚ ਹੈ, ਡੈਡ ਹੋ ਗਿਆ, ਖਤਮ ਹੋ ਗਿਆ, ਐਕਸੀਡੈਂਟ ਹੋਇਆ ਸੀ, ਮੌਤ ਹੋ ਗਈ। ਹੁਣ ਜਾ ਕੇ ਕਹੋ ਕਿ ਸਾਡਾ ਮਰੀਜ਼ ਕਿੱਥੇ? ਉਹ ਕਹਿੰਗੇ ਡੈਡ ਬੋਡੀ, ਪੋਸਟਮਾਰਟਮ ਲਈ ਗਈ ਹੈ, ਪਰਸੋਂ ਮਿਲੇਗੀ, ਕੱਲ੍ਹ ਛੁੱਟੀ ਆ ਗਈ ਵਿੱਚ। ਉਦੋਂ ਤੱਕ ਨਾ ਹੈ ਜਦੋਂ ਤੱਕ ਸਾਹ ਹੈ, ਸਾਹ ਨਿਕਲ ਗਿਆ ਫਿਰ ਡੈਡ ਬੋਡੀ, ਫਿਰ ਨਾ ਨਹੀਂ ਲੈ ਸਕਦੇ, ਨਾ ਨਾ ਨਾ। ਹਮ ਆਦਮੀ ਹਾਂ, ਇੱਕ ਦਮੀ। ਹਵਾ ਦਾ ਸਿਮਰਨ ਕੀ ਹੈ? ਉਹ ਸਾਨੂੰ ਜਿਉਂਦੇ ਰੱਖ ਰਹੀ ਹੈ। ਅੱਗੇ ਜਾਓ, ਪਾਣੀ, ਸਾਡੇ ਸਰੀਰ ਚ ਹਵਾ ਵੀ ਹੈਗੀ, ਬੋਲੋ ਸਾਰੇ। ਜੇ ਪਾਣੀ ਨਿਕਲ ਗਿਆ ਸਾਡੇ ਸਰੀਰ ਚੋਂ, ਖਤਮ ਹੋ ਗਏ, ਪਾਣੀ ਵੀ ਹੈ ਸਾਡੀ ਬੋਡੀ ਚ, ਪਾਣੀ ਵੀ ਹੈ। 10-4 ਆ ਜਾਣ, ਡਾਕਟਰ ਨਹੀਂ ਕਹਿੰਦੇ ਦਵਦਾ ਗਲੂਕੋਸ਼ ਲਾਓ, ਪਾਣੀ ਦੀ ਮਿਕਦਾਰ ਘੱਟ ਗਈ। ਬੰਦੇ ਨੂੰ ਪਿਆਸ ਲੱਗੀ ਹੋਵੇ, ਦਵਦਾ ਪਾਣੀ ਵੀ ਗਲਾਸ ਅੰਦਰ ਸੁੱਟਦਾ, ਪਾਣੀ ਅੰਦਰ ਜਾਂਦਾ, ਜਾਨ ਆ ਜਾਂਦੀ, ਐਨਰਜੀ ਇੱਕਦਮ ਆ ਜਾਂਦੀ ਹੈ। ਅੱਗ ਵੀ ਹੈਗੀ ਹੈ, ਹੀਟ, ਇਹਨੂੰ ਕਰੰਟ ਲੱਗ ਜਾਏ, ਆਪਾਂ ਦਵਦਾ ਜ਼ਮੀਨ 'ਚ ਨਹੀਂ ਨੱਪਦੇ ਉਹਨੂੰ, ਅਤੇ ਜ਼ਮੀਨ 'ਚ ਨੱਪਦਿਆਂ ਸਾਰ ਹੀ ਆਪਾਂ ਕਹਿੰਦੇ ਸਰੀਰ ਗਰਮ ਹੋ ਗਿਆ ਥੋੜ੍ਹਾ ਜਿਹਾ, ਇਹਦਾ ਮਤਲਬ ਆਸ ਹੈਗੀ ਹੈ। ਅੱਤ ਦੀ ਸਰਦੀ ਵਿੱਚ ਬੰਦੇ ਦੀ ਤਲੀ ਦੇਸੀ ਘਿਓ ਰੱਖ ਦਿਓ, ਤੁਹਾਡੇ ਅੰਦਰ ਦੀ ਹੀਟ ਨੇ ਉਹ ਦੇਸੀ ਘਿਓ ਨੂੰ, ਨਾਰੀਅਲ ਤੇਲ ਨੂੰ, ਤੁਸੀਂ ਵੇਖਣਾ ਕਿ ਨਾਰੀਅਲ ਦਾ ਤੇਲ ਜੰਮ ਜਾਂਦਾ, ਘਿਓ ਜੰਮ ਜਾਂਦਾ, ਤੁਸੀਂ ਘਿਓ ਦਾ ਅੱਧਾ ਚਮਚਾ ਕੱਢ ਕੇ ਹੱਥ ਦੀ ਤਲੀ 'ਤੇ ਰੱਖੋ, ਹਿਲਾਓ ਨਾ, ਤੁਹਾਡੇ ਹੱਥ ਦੀ ਹੀਟ ਨੇ, ਗਰਮੈਸ਼ ਨੇ ਉਸ ਘਿਓ ਨੂੰ ਪਿਘਲਾਉਣਾ ਸ਼ੁਰੂ ਕਰ ਦੇਣਾ, ਪਿਘਲਣਾ ਸ਼ੁਰੂ ਹੋ ਜਾਣਾ, ਅੰਦਰ ਹੀਟ ਹੈ, ਖਾਣਾ ਖਾਂਦੇ ਆਪਾਂ ਅੰਦਰ ਆ ਗਏ। ਜੇ ਇਹਨਾਂ ਤਿੰਨਾਂ ਤੱਤਾਂ 'ਚੋਂ ਇੱਕ ਤੱਤ ਠੰਡਾ ਪੈ ਜਾਏ, ਹਵਾ ਕਵੇ ਰੱਬ ਜੀ ਮੈਂ ਤੁਹਾਡਾ ਬੜਾ ਸਿਮਰਨ ਕਰ ਲਿਆ, ਮੈਂ ਸਾਹ ਲੈ ਲਾ, ਮੰਨ ਲਓ ਹਵਾ ਕਵੇ, ਆਕਸੀਜਨ ਕਵੇ, ਮੈਂ ਵਿੱਚੋਂ ਰੁਕ ਜਾਵਾਂ ਥੋੜ੍ਹਾ ਚਿਰ, 5 ਮਿੰਟ ਦੁਨੀਆਂ 'ਤੇ ਆਕਸੀਜਨ ਮੁੱਕ ਜਾਏ, ਦੁਨੀਆਂ 'ਤੇ ਕੀ ਹੋਏਗਾ ਭਲਾ? ਬੋਲ ਕੇ ਦੱਸੋ, ਪੜ੍ਹੇ ਲਿਖੇ ਵੀਰ ਬੈਠੇ ਜੀ, ਦੁਨੀਆਂ ਖਤਮ, ਦੁਨੀਆਂ ਬੋਲੋ। ਹਵਾ ਦਾ ਮੈਨੂੰ ਜਿਉਂਦੇ ਰੱਖਣਾ,
ਹਵਾ ਦੀ ਇਬਾਦਤ ਹੈ, ਉਹਦੀ ਬੰਦਗੀ ਹੈ। ਪਾਣੀ ਦਾ ਮੈਨੂੰ ਜਿਉਂਦੇ ਰੱਖਣਾ ਸਿਮਰਨ ਹੈ, ਅੱਗ ਦਾ ਮੈਨੂੰ ਜਿਉਂਦੇ ਰੱਖਣਾ ਸਿਮਰਨ ਹੈ। ਯਾਨੀ ਕਿ ਅੱਗ ਹਵਾ ਪਾਣੀ ਰੱਬ ਦੇ ਨੇਮ ਚ ਹੈ, ਇਹੋ ਉਹਦੀ ਇਬਾਦਤ ਹੈ। ਬੰਦਾ ਪੈਰ ਪੈਰ ਤੇ ਬੰਧਨ ਤੋੜੀ, ਪੈਰ ਪੈਰ ਤੇ ਹੁਕਮ ਦੀ ਉਲੰਘਣਾ ਕਰਦਾ, ਕਹਿੰਦਾ ਮੇਰੇ ਵਰਗਾ ਭਗਤੀ ਕੋਈ ਨਹੀਂ। ਬੋਲੋ ਜੀ, ਪੈਰ ਪੈਰ ਤੇ ਹੁਣ ਕਿੱਦਾਂ ਤੋੜਦਾ ਰੱਬ ਦੇ ਰਿਹਾ ਧੀ, ਇਹ ਕੀ ਆਂਦਾ ਪੁੱਤ ਹੋਵੇ ਤੂੰ ਨਿਜਮ ਚ ਹੈਗਾ, ਤੂੰ ਏਦਾਂ ਕਹਿਆ ਮਾਲਕ ਜੀ ਧੀ ਹੋਵੇ ਤਾਂ ਠੀਕ ਹੈ, ਪੁੱਤ ਹੋਵੇ ਤਾਂ ਠੀਕ ਹੈ, ਜੇ ਕੁਝ ਵੀ ਨਾ ਹੋਇਆ ਸਿੱਧ ਕਿੱਡਾ ਵੱਡਾ ਦਿਓ, ਤੇਰਾ ਦਰ ਛੱਡ ਕੇ ਮੈਂ ਕਿਤੇ ਹੋਰ ਚਲਾ ਜਾਵਾਂ। ਕਹਿ ਕੇ ਵੇਖਾਂ ਹਵਾ ਨਿਜਮ ਚ ਹੈ, ਅੱਗ ਨਿਜਮ ਚ ਹੈ, ਪਾਣੀ ਨਿਜਮ ਚ ਹੈ, ਨਿਜਮ ਚ ਤੁਰਨਾ ਹੀ ਇਬਾਦਤ ਹੈ। ਸੌਖਾ ਸਮਝ ਲਓ ਗੱਡੀ, ਤੁਹਾਡੀ ਕਾਰ ਹੈ, ਕਾਰ ਦੇ ਟਾਇਰ ਚ ਕੀ ਹੈ? ਬੋਲੋ ਸਾਧ ਸੰਗਤ ਜੀ, ਹਵਾ। ਤੁਸੀਂ ਆਪਣੇ ਪਿੰਡ ਚੋਂ ਜਲੰਧਰ ਜਾ ਰਹੇ ਜੇ, ਲੁਧਿਆਣੇ ਜਾ ਰਹੇ ਜੇ, ਰਾਹ ਚ ਇੱਕ ਟਾਇਰ ਚ ਹਵਾ ਨਿਕਲ ਗਈ, ਗੱਡੀ ਤੁਰੂ? ਕਦੋਂ ਤੁਰੂ? ਹਵਾ ਭਰ ਕੇ ਜਾਂ ਦੂਜਾ ਟਾਇਰ ਬਦਲੀ ਕਰੋਗੇ? ਇਹਦਾ ਮਤਲਬ ਇੱਕ ਤੱਤ ਵੀ ਜਵਾਬ ਦੇ ਗਿਆ ਤੇ ਖਤਮ ਹੋ ਗਈ ਨਾ ਕਹਿਣੀ। ਤੇ ਜੇ ਗੱਡੀ ਉਬਾਲਾ ਮਾਰ ਜਾਏ ਪਾਣੀ, ਪਾਣੀ ਵੀ ਹੈਗਾ ਨਾ, ਅੱਛਾ ਹੁਣ ਅੱਗ ਵੀ ਹੈਗੀ ਹੈ, ਪੈਟਰੋਲ ਡੀਜ਼ਲ ਨੂੰ ਅੱਗ ਲੱਗਦੀ ਤਾਂ ਹੀ ਗੱਡੀ ਭੱਜਦੀ ਹੈ। ਹੁਣ ਤੁਸੀਂ ਵੇਖੋ, ਪੜ੍ਹਿਆ ਲਿਖਿਆ ਨੇ, ਖੋਜ ਕਰਨ ਵਾਲੇ ਨੇ ਹਵਾ ਟਾਇਰ ਚ ਭਰਤੀ, ਤੇਲ ਨੂੰ ਅੱਗ ਲੱਗ ਰਹੀ ਹੈ, ਪਾਣੀ ਨਾਲ ਹੈ, ਸਾਰਾ ਪਰਿਵਾਰ ਉੱਤੇ ਬੈਠਾ ਐਨ ਸੇਫ ਸਫ਼ਰ ਕਰ ਰਿਹਾ। ਬਾਹਰ ਵਰਖਾ ਹੋ ਰਹੀ ਹੈ, ਬਾਹਰ ਠੰਡ ਹੈ, ਬਾਹਰ ਗਰਮੀ ਹੈ, ਬਾਹਰ ਸਰਦੀ ਹੈ, ਇਹ ਆਪਣੇ ਕੱਪੜੇ ਸੁੱਕੇ ਲੈ ਕੇ ਕਿੰਨੇ ਕਿੰਨੇ ਕਿਲੋਮੀਟਰ ਸਫ਼ਰ ਤੈਅ ਕਰ ਲੈਂਦਾ। ਤਿੰਨੇ ਤੱਤ ਹੈਗੇ ਹਨ, ਪੜ੍ਹੇ ਲਿਖੇ ਬੱਚਿਆਂ ਨੂੰ ਗੱਲ ਛੇਤੀ ਸਮਝ ਆਉਣੀ, ਜਿਹੜੇ ਪੜ੍ਹੇ ਲਿਖੇ ਮੇਰੇ ਵੀਰ ਭੈਣਾਂ ਬੈਠੇ ਜੇ ਤੁਸੀਂ, ਫਿਰ ਇਬਾਦਤ ਕੀ ਹੈ? ਕਮਲੇ ਲੋਕ, ਅਗਿਆਨੀ ਲੋਕ ਇਸ ਦੇਸ਼ ਵਿੱਚ ਅੱਜ ਵੀ ਪਵਨ ਦੇਵਤੇ ਦੀ ਪੂਜਾ ਕਰ ਰਹੇ ਆ। ਪਵਨ ਦੇਵਤਾ, ਇੱਕ ਕਹਿੰਦਾ ਪਵਨ ਦੇਵਤਾ ਹੈ, ਦੂਜੇ ਨੇ ਪਵਨ ਦੇਵਤਾ ਨੂੰ ਕੀਤਾ ਇਕੱਠਾ, ਪਾਤਾ ਟਾਇਰ ਚ, ਉੱਤੇ ਲੱਦਿਆ 40 ਟਨ ਮਾਲਕ ਦਾ, ਚੱਲ ਕੰਮ ਦੇ ਸਾਨੂੰ। ਹੁਣ ਇੱਕ ਕਹੀ ਜਾਂਦਾ ਜੀ ਪਵਨ ਦੇਵਤਾ ਹੈ, ਉਹਨਾਂ ਕਿਹਾ ਅੱਛਾ ਮੰਨ ਲਓ ਪਵਨ ਦੇਵਤਾ ਹੈ, ਤੁਹਾਡੇ ਗੱਡੀ ਵਿੱਚੋਂ ਦੇਵਤਾ 5 ਮਿੰਟ ਲਈ ਸਾਈਡ ਹੋ ਜਾਏ, ਤੁਹਾਡੀ ਬੋਡੀ ਵਿੱਚੋਂ ਪਵਨ ਦੇਵਤਾ 5 ਮਿੰਟ ਲਈ ਪਾਸੇ ਹੋ ਜਾਏ, ਫਿਰ ਕੰਮ ਲੈ ਲਿਆ ਨਾ ਖੋਤੇ ਵਾਂਗੂ, ਅਗਲਿਆਂ ਨੇ ਕੰਮ ਲੈ ਲਿਆ, ਪਵਨ ਦੇਵਤੇ ਨੂੰ ਕੀਤਾ ਇਕੱਠਾ, ਪਾਇਆ ਟਾਇਰ ਚ, ਉੱਤੇ 40-50 ਟਨ ਮਾਲ ਲੱਦਿਆ, ਖੋਤੇ ਵਾਂਗੂ ਉਹਦੇ ਕੋਲੋਂ ਕੰਮ ਲਿਆ ਜਾ ਰਿਹਾ। ਕਹਿੰਦੇ ਅਸੀਂ ਉਹਦੇ ਕੋਲੋਂ ਕੰਮ ਲੈ ਰਹੇ ਹਾਂ, ਤੇ ਅਨਪੜ੍ਹ ਲੋਕ ਕਹਿੰਦੇ ਅਸੀਂ ਪਵਨ ਦੇਵਤੇ ਕੀ ਪੂਜਾ ਕਰਦੇ ਹਾਂ। ਆਦੇਸ਼ ਜਿੱਥੇ ਇਹਨੂੰ ਕਹਿੰਦੇ ਅਗਿਆਨਤਾ, ਇਹਨੂੰ ਕਹਿੰਦੇ ਆਪੋ ਤਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਵੇ ਆਪਣੀ ਆਪਣੀ ਮਰਜ਼ੀ ਨਾਲ, ਜੋ ਜੋ ਕਿਸੇ ਨੂੰ ਸਮਝ ਆਇਆ। ਗੁਰਦੇਵ ਪਿਤਾ ਮਾਲਿਕ ਦੇ ਬੰਦੇ ਆ, ਆਪਣੀ ਜ਼ਿੰਦਗੀ ਵਿੱਚ ਸੱਚਾਈ ਲੈ ਕੇ ਆ, ਸੱਚਾਈ ਵਾਲਾ ਜੀਵਨ ਜੀਉ ਕੇ ਵੇਖ, ਸੱਚ ਦਾ ਕਾਲ ਪੈ ਗਿਆ ਇਸ ਕਾਲ ਨੂੰ। ਅੱਛਾ ਇੱਕ ਬੇਨਤੀ ਹੋਰ ਸੁਣਿਓ ਧਿਆਨ, ਕੱਪੜੇ ਦਾ ਕਾਲ ਪੈ ਜੇ ਦੂਜਾ ਮਦਦ ਕਰ ਦੂੰ, ਖਾਣੇ ਦਾ ਕਾਲ ਪੈ ਗਿਆ ਦੂਜਾ ਮਦਦ ਕਰ ਦੂੰ, ਸੱਚ ਦਾ ਕਾਲ ਪੈ ਗਿਆ ਇੱਥੇ ਤੇਰੀ ਕਿਸੇ ਨੇ ਮਦਦ ਨਹੀਂ ਕਰਨੀ, ਤੈਨੂੰ ਆਪਣੀ ਜ਼ਿੰਦਗੀ ਚ ਸੱਚ ਖੁਦ ਪੈਦਾ ਕਰਨਾ ਪੈਣਾ, ਇੱਥੇ ਕਿਸੇ ਹੋਰ ਨੇ ਮਦਦ ਨਹੀਂ ਕਰਨੀ। ਸੱਚ ਕਾਲ ਤੇ ਕੂੜ ਵਰਤਿਆ, ਕੂੜ ਵਰਤ ਗਿਆ ਤੇ ਕੱਲ ਕਾਲਖ ਬੇਤਾਲ। ਜਦੋਂ ਰਾਗੀ ਸਿੰਘ ਗਾਉਂਦੇ ਨੇ ਨਾ ਸ਼ਬਦ, ਜੇ ਉਹਨਾਂ ਵਿੱਚੋਂ ਇੱਕ ਬੇਤਾਲਾ ਹੋ ਜਾਏ, ਤਾਲ ਤੋਂ ਖੁੰਝੇ, ਤੇ ਸੰਗੀਤ ਦੀ ਨੌਲੇਜ ਰੱਖਣ ਵਾਲਾ ਸੰਗਤ ਬੈਠਾ ਹੋਵੇ ਨਾ, ਉਹ ਕਹਿੰਦਾ ਬੰਦਾ ਤਾਲ ਤੋਂ ਖੁੰਝ ਗਿਆ, ਹੁਣ ਸਵਾਦ ਨਹੀਂ ਆ ਰਿਹਾ, ਬੰਦੇ ਇਹਦੀ ਇਹਦੀ ਤਾਲ ਵਿਗੜ ਗਈ। ਜੇ ਗਾਉਣ ਵਾਲੇ ਦੀ ਤਾਲ ਵਿਗੜ ਜਾਏ ਤੇ ਸੁਣਨ ਵਾਲੇ ਨੂੰ ਆਨੰਦ ਨਹੀਂ ਆਉਂਦਾ। ਕਦੀ ਆਪਣੇ ਵੱਲ ਧਿਆਨ ਮਾਰਿਆ, ਜ਼ਿੰਦਗੀ ਤੇਰੀ ਦੀ ਵੀ ਤਾਲ ਵਿਗੜੀ ਹੋਈ ਹੈ। ਅੱਛਾ ਇੱਕ ਹੋਰ ਸੁਣਿਓ, ਗੱਡੀ ਦੀ ਅਲਾਈਨਮੈਂਟ ਹਿੱਲ ਜਾਏ ਤਾਂ ਕੀ ਹੁੰਦਾ ਭਲਾ? ਤੁਸੀਂ ਗੱਡੀਆਂ ਵਾਲੇ ਬੇਟੇ, ਜੇ ਆਪਣੀ ਕਾਰ ਦੀ ਜਿਹੜੀ ਗੱਡੀ ਤੇ ਆਪਾਂ ਸਫ਼ਰ ਕਰਦੇ ਅਲਾਈਨਮੈਂਟ ਹਿੱਲ ਜਾਏ, ਕੀ ਹੁੰਦਾ ਭਲਾ ਜੀ? ਬੋਲੋ ਜੀ, ਸੌਖਾ ਹੀ ਜਵਾਬ ਇਹਦਾ, ਟਾਇਰ ਖਾਣ ਲੱਗ ਪੈਂਦੀ ਹੈ। ਫਿਰ ਜਿਹੜੇ ਟਾਇਰਾਂ ਨੇ 60-70 ਹਜ਼ਾਰ ਕਿਲੋਮੀਟਰ ਚੱਲਣਾ, ਹੋ ਸਕਦਾ 20 ਹਜ਼ਾਰ ਤੇ ਉੱਡ ਜਾਣ, ਉਹ ਕਹਿੰਦੇ ਦੀ ਅਲਾਈਨਮੈਂਟ ਠੀਕ ਕਰਾਓ, 5-5, 10-10 ਹਜ਼ਾਰ ਬਾਅਦ ਚੈੱਕ ਕਰਾਉਂਦੇ ਰਹਿਣਾ ਚਾਹੀਦਾ। ਜੇ ਗੱਡੀ ਦੀ ਅਲਾਈਨਮੈਂਟ ਸਹੀ ਨਾ ਕਰਾਈਏ ਤੇ ਟਾਇਰ ਖਾਂਦੀ ਹੈ। ਕਦੀ ਆਪਣੀ ਅਲਾਈਨਮੈਂਟ ਵੀ ਚੈੱਕ ਕਰ ਲਿਆ ਕਰ, ਇਹ ਹਿਲਦੀ ਫਿਰਦੀ ਹੈ, ਕਦੀ ਇੱਧਰ ਵੱਜਦੀ ਫਿਰਦੀ ਹੈ ਤੇ ਕਦੀ ਉੱਚੀ, ਬੋਲੋ ਜੀ, ਇੱਧਰ ਵੱਜਦੀ ਫਿਰਦੀ, ਇਹ ਵੀ ਚੈੱਕ ਕਰਾ ਲਾ। ਗੁਰੂ ਸਾਹਿਬ ਬੰਦੇ ਦੀ ਅਲਾਈਨਮੈਂਟ ਹੀ ਤਾਂ ਸਹੀ ਕਰਦੇ ਆ, ਇਹ ਇੱਧਰ ਵੱਜਦਾ ਫਿਰਦਾ ਕਦੀ ਇੱਧਰ, ਇਹਨੂੰ ਇਸ ਡੇਰੇ ਚੋਂ ਕੱਢੀ ਤਾਂ ਇਸ ਡੇਰੇ ਜਾ ਵੜਦਾ। ਤੁਸੀਂ ਦੇਖਿਆ ਨਾ ਕਈਆਂ ਦੀ ਗੱਡੀ ਦੇ ਟਾਇਰ ਐਂ ਕਰਦੇ ਹੁੰਦੇ ਆ,
ਤੂੰ ਪਿੱਛੇ ਬੰਦਾ ਗੱਡੀ ਵਾਲਾ ਕਹਿੰਦਾ ਵੀ ਜਿੰਨਾ ਪੈਂਟ ਕੋਟ ਤੇ ਪੈਸਾ ਖਰਚਿਆ ਹੀ ਇੱਥੇ ਵੀ ਮਾੜਾ ਜਿਹਾ ਖਰਚ ਲਾ, ਟਾਇਰ ਹੀ ਬਦਲ ਲਾ, ਇਹਦੀ ਅਲਾਈਨਮੈਂਟ ਹੀ ਸਹੀ ਕਰਾ ਲਾ। ਏਦਾਂ ਹੀ ਸਾਡੇ ਸਮਾਜ ਵਿੱਚ ਚੰਗੇ ਚੰਗੇ ਬੰਦੇ ਵਹਿਮਾਂ ਦੇ ਸ਼ਿਕਾਰ ਆ, ਭਰਮਾਂ ਦੇ ਸ਼ਿਕਾਰ ਆ। ਵੱਡਾ ਘਰ ਬਣਾਉਣਗੇ, ਕੋਠੀ ਅੱਗੇ ਨਜ਼ਰ ਵਿੱਚ ਟੰਗ ਲੈਣਗੇ, ਅਲਾਈਨਮੈਂਟ ਹਿੱਲੀ ਪਈ। ਵੱਡਾ ਘਰ ਬਣਾਉਣਗੇ, ਅੱਗੇ ਵੱਡੀ ਸਾਰੀ ਜ਼ਬਾਨ ਬਾਹਰ ਕੱਢ ਕੇ ਲਾਈ ਹੋਏਗੀ। ਜੇ ਘਰ ਨੂੰ ਰੰਗ ਕਰਾਉਣਗੇ, ਸਾਰੇ ਨਜ਼ਰ ਵੱਟੂ ਦਾ ਰੰਗ ਕਾਲਾ ਕੀਤਾ, ਜ਼ਬਾਨ ਪੂਰੀ ਲਾਲ ਕੀਤੀ ਹੋਈ ਅੱਗੇ। ਮੈਂ ਇੱਕ ਲੁਧਿਆਣੇ ਸਮਾਗਮ ਤੇ ਗਿਆ, ਉੱਥੇ ਇੱਕ ਵੀਰ ਆਉਂਦਾ ਜੀ, ਇਹ ਲੋਕੀ ਫੋਟੋਆਂ ਕਿਉਂ ਲਾਉਂਦੇ ਨੇ? ਮੈਂ ਕਿਹਾ ਹੁਣ ਇਹਦਾ ਅਰਥ ਤਾਂ ਇਹੋ ਹੀ ਕੱਢਿਆ ਜਸਦਾ ਵੀ ਘਰ ਤੇ ਪੈਸੇ ਜ਼ਿਆਦਾ ਲੱਗ ਗਏ ਆ ਤੇ ਜ਼ਬਾਨ ਬਾਹਰ ਕੱਢ ਕੇ ਲਾਈ ਆ ਵੀ ਪੈਸਾ ਹਿਸਾਬ ਕਿਤਾਬ ਨਾ ਮੰਗਣ ਆਇਓ, ਵੀ ਸੀਮਿਤ ਸਰੀਆ ਵਾਲਾ ਭਾਈ ਥੋੜਾ ਟਾਈਮ ਨਾ ਆਇਓ, ਵੀ ਜ਼ਿਆਦਾ ਜ਼ੋਰ ਲਾ ਬੈਠਾ ਮੈਂ ਆਪਣਾ। ਉਹ ਕਥਾ ਸਮਾਪਤ ਹੋਣ ਤੋਂ ਪਹਿਲਾਂ ਪਹਿਲੇ ਅਗਲਿਆਂ ਨੇ ਸ਼ੈਣੀਆਂ ਹਥੌੜੀਆਂ ਨਾਲ ਲਾ ਕੇ ਪਰਾਂ ਸੁੱਟਤਾ। ਮਤਲਬ ਸਾਨੂੰ ਸ਼ੱਕ ਪੈ ਗਿਆ, ਸਾਨੂੰ ਗੁਰੂ ਦੀ ਬਾਣੀ ਤੇ ਵਿਸ਼ਵਾਸ ਹੀ ਨਹੀਂ ਰਿਹਾ। ਅਸੀਂ ਆਪਣੇ ਘਰਾਂ ਦੇ ਬਾਹਰ ਨਜ਼ਰ ਵੱਟੂ ਟੰਗਣੇ ਸ਼ੁਰੂ ਕਰਤੇ, ਪਾਠ ਕਰਾਇਆ, ਗੁਰਬਾਣੀ ਗੁਰਦੁਆਰੇ ਭਾਈ ਸਾਹਿਬ ਕੋਲੋਂ ਸਰੂਪ ਲੈ ਕੇ ਆਏ, ਬਾਣੀ ਪੜ੍ਹਾਈ, ਪਰ ਘਰ ਦੇ ਬਾਹਰ ਫਿਰ ਨਜ਼ਰ ਵੱਟੂ ਟੰਗਿਆ ਜਾਂਦਾ। ਕਾਹਦੇ ਲਈ? ਵੀ ਸਾਡੇ ਘਰ ਨੂੰ ਕੋਈ ਨਜ਼ਰ ਨਾ ਲਾ ਦੇ। ਇਹਨੂੰ ਕਹਿੰਦੇ ਅਲਾਈਨਮੈਂਟ ਸਾਡੀ ਹਿੱਲੀ ਹੋਈ ਹੈ। ਸਹੀ ਹੋਏਗੀ ਫਿਰ ਇਹਦੇ ਦਾਦਾ ਕਿਹਦੀ ਨਜ਼ਰ ਲੱਗਣੀ ਹੈ? ਕਿਉਂ ਕੋਈ ਨਜ਼ਰ ਲਾਏਗਾ ਭਾਈ? ਇਹਨਾਂ ਚੀਜ਼ਾਂ ਨਾਲ ਸਾਡਾ ਸਮਾਜ ਖੇਰੂ ਖੇਰੂ ਹੋ ਗਿਆ। ਸਾਡੇ ਸਮਾਜ ਵਿੱਚ ਲਫ਼ਜ਼ ਹੈ। ਹੁਣ ਤੁਹਾਡਾ ਗੁਆਂਢੀ ਗੱਡੀ ਲੈ ਕੇ ਆਇਆ ਹੋਵੇ, ਮੰਨ ਲਓ ਤੁਹਾਨੂੰ ਪਤਾ ਲੱਗਾ ਉਹ ਲੱਡੂਆਂ ਦਾ ਡੱਬਾ ਲੈ ਕੇ ਆਇਆ, ਤੁਸੀਂ ਵਧਾਈ ਦਿੱਤੀ ਭਾਈ, ਸ਼ੁਕਰ ਹੈ, ਵਧਾਈ ਹੋਵੇ, ਬਹੁਤ ਚੰਗਾ ਹੋਇਆ, ਉਹਦਾ ਨੁਕਸਾਨ ਹੋ ਜਾਏ? ਅਸੀਂ ਆਮ ਨਹੀਂ ਕਹਿੰਦੇ? ਉਹਨੇ ਕਿਹਾ ਸੀ ਬੜਾ ਚੰਗਾ ਹੋਇਆ, ਨਜ਼ਰ ਲਾ ਦਿੱਤੀ ਉਹਨੇ। ਜੇ ਉਹ ਵਿਚਾਰਾ ਕਹੇ ਮਾੜਾ ਹੋਇਆ ਤਾਂ ਮਰਿਆ, ਜੇ ਉਹਨੇ ਕਿਹਾ ਤਾਂ ਬੜਾ ਚੰਗਾ ਹੋਇਆ ਤਾਂ ਮਰਿਆ। ਸਾਡਾ ਸਮਾਜ ਕਿਸੇ ਬੰਨੇ ਜਿਉਣ ਦੇਵੇਗਾ? ਸਾਡੇ ਤੇ ਪਿੰਡਾਂ ਵਿੱਚ ਅਸੀਂ ਕਈ ਬੰਦੇ ਇੱਦਾਂ ਦੇ ਨਹੀਂ ਰੱਖੇ ਹੁੰਦੇ ਵੀ ਮੱਝ ਚੋਂਦਿਆਂ ਜੀ ਫਲਾਣਾ ਆ ਗਿਆ ਜਾਂ ਫਲਾਣੀ ਆ ਗਈ, ਉਹਦੇ ਪੈਰ ਦੀ ਮਿੱਟੀ ਚੁੱਕ ਕੇ ਚੁੱਲ੍ਹੇ ਸੁੱਟੇ। ਕਈਆਂ ਨੇ ਬੰਦੇ ਇੱਦਾਂ ਦੇ ਰੱਖੇ ਹੁੰਦੇ ਵੀ ਜੇ ਮੱਝ ਚੋਂਦਿਆਂ ਤਾਈ ਆ ਗਈ, ਉਹਦੇ ਪੈਰ ਦੀ ਮਿੱਟੀ ਚੁੱਕ ਕੇ ਚੁੱਲ੍ਹੇ ਸੁੱਟੇ। ਵੀ ਇੰਨੇ ਔਖੇ ਜੇ ਤਾਈ ਨੂੰ ਸੁੱਟਦੇ ਵਿਚਾਰੀ ਨੂੰ, ਵੀ ਹੱਦ ਹੋ ਗਏ, ਤੁਹਾਨੂੰ ਤਾਈ ਚੁੱਭਦੀ ਹੈ? ਹੋ ਸਕਦਾ ਵਿਚਾਰੀ ਨੇ ਦੰਦਾਂ ਥੱਲੇ ਜਵੈਣ ਚਿਤ ਚਿਤ ਕੇ ਤੁਹਾਨੂੰ ਪਾਲਿਆ ਹੋਵੇ, ਅੱਜ ਤੁਹਾਨੂੰ ਤਾਈ ਮਾੜੀ ਲੱਗਣ ਲੱਗ ਪਈ। ਪਤਾ ਨਹੀਂ ਤੁਸੀਂ ਕਿਸ ਬੁਬਲੇ ਸਾਧ ਕੋਲੋਂ ਪੁੱਠੀ ਮਤ ਲਏ ਜੇ। ਸਾਡੇ ਸਮਾਜ ਵਿੱਚ ਰਿਸ਼ਤੇ ਲੀਰੋ ਲੀਰ ਹੋ ਗਏ, ਤਾਈਆਂ ਚਾਚੀਆਂ ਭੈਣਾਂ ਮਾਸੀਆਂ ਨਫ਼ਰਤ ਭਰ ਗਈ, ਤੇ ਭਰਨ ਵਾਲੇ ਬੇਈਮਾਨ ਲੋਕ ਉਹ ਨੇ ਜਿਹਨਾਂ ਇਹ ਕਹਿਤਾ ਤੁਹਾਡੇ ਘਰ ਤੇ ਕਿਸੇ ਨੇ ਆ ਕਰਤਾ, ਗੁਆਂਢੀ ਨੇ ਕੁਝ ਕਰਤਾ, ਬਸ ਇੱਥੋਂ ਸਮੱਸਿਆ ਖੜੀ ਹੋ ਗਈ। ਉਹ ਭਾਗਾਂ ਵਾਲਿਓ ਬਚ ਜਾਓ। ਬੜੇ ਸਾਡੇ ਸਮਾਜ ਵਿੱਚ ਪਿੰਡਾਂ ਵਿੱਚ ਆਮ ਨਹੀਂ ਸੀ ਹੁੰਦਾ ਕਹਿਣਾ ਜੀ ਨੰਬਰਦਾਰ ਮੱਥੇ ਲੱਗਾ ਮਾੜਾ, ਨੰਬਰਦਾਰ ਬੰਦਾ ਹੈ, ਸਾਡੇ ਵਰਗਾ ਹੈ, ਚੰਗਾ ਇਨਸਾਨ ਹੈ। ਮਕਸਦ ਕੀ ਸੀ? ਅਸਲ 'ਚ ਉਹਨੇ ਸਾਡੇ ਕੋਲੋਂ ਮਾਮਲਾ ਇਕੱਠਾ ਕਰਨਾ, ਸਰਕਾਰੀ ਦਰਬਾਰੇ ਜਮ੍ਹਾਂ ਕਰਾਉਣਾ ਹੁੰਦਾ ਸੀ, ਤੇ ਜਿਹਦੇ ਅਸੀਂ ਪੈਸੇ ਦੇਣੇ ਹੋਣ ਨਾ, ਵੈਸੇ ਬੰਦਾ ਸਾਨੂੰ ਮਾੜਾ ਲੱਗਦਾ। ਇਸ ਕਰਕੇ ਨੰਬਰਦਾਰ ਬੰਦਾ ਚੰਗਾ ਹੈ, ਨੰਬਰਦਾਰ ਮਾੜਾ ਥੋੜਾ। ਨੰਬਰਦਾਰ ਸਾਡਾ ਤਾਇਆ ਚਾਚਾ ਮਾਸੜ ਰਿਸ਼ਤੇਦਾਰ ਹੀ ਹੈ, ਪਰ ਆਮ ਕਹਿਣਾ ਜੀ ਨੰਬਰਦਾਰ ਮੱਥੇ ਲੱਗਾ ਮਾੜਾ। ਅਸਲ ਕੀ ਸੀ? ਉਹਨੇ ਸਾਡੇ ਕੋਲੋਂ ਟੈਕਸ ਇਕੱਠਾ ਕਰਕੇ ਮਾਮਲਾ ਇਕੱਠਾ ਕਰਨਾ, ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਹੁੰਦਾ ਸੀ, ਤੇ ਕੁਦਰਤੀ ਗੱਲ ਹੈ ਬੰਦੇ ਨੇ ਜਿਹਦੀ ਦੁਕਾਨ ਦੇ ਪੈਸੇ ਦੇਣੇ ਹੋਣ ਉਹਦੀ ਦੁਕਾਨ 'ਚੋਂ ਲੰਘਦਾ ਭਲਾ, ਜਿਹਦੇ ਪੈਸੇ ਦੇਣੇ ਉਹਨਾਂ ਦਾ ਫੋਨ ਚੁੱਕਦਾ ਭਲਾ, ਨਿਆਣੇ ਨੂੰ ਕਹਿੰਦਾ ਕਹਿ ਦਿਓ ਪਾਪਾ ਜੀ ਖੇਤਾਂ ਨੂੰ ਗਏ ਨੇ। ਸਾਨੂੰ ਤਾਂ ਮਾਫ ਕਰਨਾ ਬੰਦਾ ਪਸੰਦ ਹੀ ਨਹੀਂ ਜਿਹਦੇ ਪੈਸੇ ਦੇਣੇ ਹੋਣ। ਇਹ ਕਹਾਣੀਆਂ ਇੱਥੋਂ ਬਣ ਗਈਆਂ, ਇੱਥੋਂ ਕਹਾਵਤਾਂ ਬਣ ਗਈਆਂ, ਇੱਥੋਂ ਗੱਲ ਸ਼ੁਰੂ ਹੋ ਗਈ। ਆਮ ਨਹੀਂ ਸੀ ਕਹਿਣਾ ਸ਼ਾਮਾਂ ਪੈ ਗਈਆਂ, ਪੈਂਦ ਕਸਣੀ ਕਿਸੇ ਨੇ, ਨਿੱਕੀਆਂ ਨਿੱਕੀਆਂ ਗੱਲਾਂ ਸੀ ਜਿਹੜੇ ਬਹੁਤ ਵੱਡੇ ਪਰਮ ਸੀ। ਸ਼ਾਮਾਂ ਨੂੰ ਕਿਤੇ ਮੰਜਾ, ਹੁਣ ਤਾਂ ਪੈਂਦਾ ਵਾਲਾ ਜ਼ਮਾਨਾ ਗਿਆ, ਹੁਣ ਤੇ ਬੈੱਡ ਆ ਗਏ ਘਰਾਂ 'ਚ। ਪੁਰਾਣੇ ਸਮੇਂ 'ਚ ਕਿਸੇ ਨੇ ਮੰਜੇ ਦੀ ਪੈਂਦ ਕਸਣੀ ਨਾ, ਤੁਹਾਨੂੰ ਡਰਾ ਦੇਣਾ ਵੀ ਜਿਹੜਾ ਸ਼ਾਮ ਨੂੰ ਪੈਂਦ ਕਸੇ ਉਹਦੇ ਘਰ ਕੁੜੀਆਂ ਹੀ ਹੁੰਦੀਆਂ ਜੀ, ਉਹਨੇ ਡਰਦੇ ਨੇ ਪੈਂਦ ਰੱਖ ਦੇਣੀ। ਅੱਗੇ ਪਹਿਲੇ ਤੇ ਚਾਰ ਸਾਡੀਆਂ ਭੂਆਂ ਨੇ, ਮੈਂ ਪੈਂਦ ਕਸ ਕੇ ਕੀ ਲੈਣਾ? ਅਸਲ ਦੇ ਪਿੱਛੇ ਵਜ੍ਹਾ ਸੀ ਵੀ ਕਹਿਣਾ ਮੰਜੇ ਸਾਡੇ ਘਰ ਦੋ ਆ, ਪੈਦ ਹੈ ਕੋਈ ਨੀ, ਜ਼ੋਰ ਤੂੰ ਲਾਈ ਜਾਂਦਾ ਤੂੰ ਖਿੱਚ ਕੇ ਤੋੜ ਦੇਣੀ, ਰਾਤ ਨੂੰ ਸੋਣਾ ਕਿਤੇ ਫੁੱਫੜਾਇਆ ਤੂੰ ਅੰਨੇ ਵਾਹੀ ਹੋਰ ਲਾਈ ਜਾਣਾ, ਉਹਨੂੰ ਡਰਾ ਦੇਣਾ। ਅਗਲੇ ਇਹਦੇ ਪਿੱਛੇ ਮਹਾਕਾਵਤਾਂ ਸੀ ਕਹਿਣਾ ਵੀ ਜਿਹੜਾ ਪੈਂ ਜਿਹੜਾ ਸ਼ਾਮ, ਅੱਛਾ ਸ਼ਬਦ ਸ਼ਾਮਾਂ ਨੂੰ ਸੀ ਵੀ ਦਿਨ ਵੇਲੇ ਕਸੇਗਾ ਫੇਰ ਭਾਪੇ ਨੂੰ ਸ਼ਹਿਰ ਤੋੜ ਦੇਵਾਂਗੇ, ਵੱਟ ਲਊਗਾ ਫੇਰ ਪਾ ਦੂਗਾ। ਅਸਲ ਵਿੱਚ ਇਹਨਾਂ ਪਿੱਛੇ ਕੋਈ ਮਨੌਤਾ ਸੀ, ਸਾਡੇ ਸਮਾਜ ਨੇ ਡਰਾਤਾ, ਹਾਏ ਪੈਂਦ ਨਾ ਕਸੀ, ਹਾਏ ਝਾੜੂ ਖੜਾ ਨਹੀਂ ਕਰਨਾ, ਹਾਏ ਨਿਆਣੇ ਉੱਤੋਂ ਦੀ ਲੰਘ ਜੀਏ, ਨਿਆਣਾ ਛੋਟਾ ਰਹਿ ਜਾਂਦਾ। ਇਹਦੇ ਪਿੱਛੇ ਵਜ੍ਹਾ ਸੀ ਵੀ ਬੱਚਾ ਛੋਟਾ ਵੱਡਿਆ ਉੱਤੋਂ ਦੀ ਲੰਘੇਗਾ ਕਿਤੇ ਤੀਹ ਉੱਤੇ ਡਿੱਗ ਪਿਆ, ਇਹਦੀਆਂ ਹੱਡੀਆਂ ਕੂਲੀਆਂ ਨੇ ਸੱਠ ਪਿੱਟ ਲੱਗ ਸਕਦੀ, ਪਰ ਡਰਾਤਾ ਵਹਿਮ ਪੈ ਗਿਆ ਸਾਡੇ ਦਿਮਾਗ, ਜਿਹੜੇ ਨਿਆਣੇ ਦੇ ਉੱਤੋਂ ਦੀ ਲੰਘ ਜੀਏ ਮੁੜ ਕੇ ਵੱਧਦਾ ਹੀ ਨਹੀਂ, ਤੇ ਜਿਹਨਾਂ ਦੇ ਉੱਤੋਂ ਦੀ ਕੋਈ ਲੰਘਿਆ ਨਹੀਂ ਉਹ 6 ਫੁੱਟ ਦੇ ਹੋ ਗਏ। ਹੁਣ ਕੱਲ ਨੂੰ ਜਿਹੜੇ ਨਿਆਣੇ ਜਿਹਨਾਂ ਦੀ ਹਾਈਟ ਛੋਟੀ ਹੈ ਨਾ, ਉਹ ਨਿਆਣਿਆਂ ਨੂੰ ਗਾਲਾਂ ਨਾ ਕੱਢਦੇ ਹੋਣਗੇ ਆਪਣੇ ਭਾਪੇ ਤਾਏ ਨੂੰ ਵੀ ਪਤਾ ਨਹੀਂ ਸਾਰਾ ਟੱਬਰ ਹੀ ਸਾਡੇ ਉੱਤੋਂ ਦੀ ਲੰਘਦੇ ਰਹੇ, ਤੁਸੀਂ ਵੀ ਸਾਨੂੰ ਤੁਸੀਂ 5 ਫੁੱਟ ਤੋਂ ਤਾਂ ਨਹੀਂ ਜਾਣ ਦਿੱਤਾ।
ਕਿੱਦਾਂ ਦੇ ਵਹਿਮ ਸਾਡੇ ਦਿਮਾਗ ਵਿੱਚ ਬਿਠਾ ਦਿੱਤੇ। ਵਹਿਮ ਨੇ ਵਹਿਮਾਂ ਦੇ ਪੱਥੇ ਲੋਕ ਆ, ਮਾਫ ਕਰਨਾ ਸੀ, ਇਸੇ ਕਰਕੇ ਅੱਗੇ ਵਧਣ ਨੂੰ ਤਿਆਰ ਨਹੀਂ। ਬਾਣੀ ਦਾ ਵਾਕ ਹੈ, ਸੱਚ ਕਾਲ ਕੂੜ ਵਰਤਿਆ, ਅੱਗੇ ਪੜੋ ਕੱਲ ਕਾਲਕ ਬੇਤਾਲ, ਜ਼ਿੰਦਗੀ ਬੇਤਾਲੀ ਹੋ ਗਈ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਕਾਲ ਕੂੜ ਵਰਤਿਆ, ਕੱਲ ਕਾਲਕ ਬੇਤਾਲ। ਬੀਓ ਬੀਜ, ਇਹ ਕੋਹ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਸੱਚ ਦੇ ਨਾਮ ਦਾ ਬੀਜ ਬੀਜਿਆ। ਬੀਓ ਬੀਜ ਪੱਤ ਲੈ ਗਏ, ਬੀਜ ਬੀਜਿਆ, ਉਹ ਇੱਜ਼ਤ ਨਾਲ ਦੁਨੀਆਂ ਤੋਂ ਗਏ, ਉਹ ਦੁਨੀਆਂ ਤੋਂ ਚਲੇ ਗਏ। ਇੱਜ਼ਤ ਅੱਜ ਵੀ ਆ, ਭਗਤ ਪੂਰਨ ਸਿੰਘ ਵਰਗੇ ਯੋਧੇ, ਸਰੀਰ ਨਹੀਂ ਹੈਗਾ ਪਰ ਅੱਜ ਵੀ ਇੱਜ਼ਤ ਹੈ। ਚਾਰੇ ਸਾਹਿਬਜ਼ਾਦੇ, ਸਰੀਰ ਨਹੀਂ ਹੈਗਾ ਪਰ ਅੱਜ ਵੀ ਇੱਜ਼ਤ ਹੈ। ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਨਾਨਕ ਸਾਹਿਬ, ਸਰੀਰ ਨਹੀਂ ਹੋ ਪਰ ਉਹਨਾਂ ਦੇ ਅੱਜ ਪਵਿੱਤਰ ਬਚਨ, ਉਹਨਾਂ ਦੀ ਪਵਿੱਤਰ ਸੋਚ, ਉਹਨਾਂ ਦੀ ਵਿਚਾਰਧਾਰਾ, ਭਗਤ ਰਵਿਦਾਸ ਵਰਗੇ, ਭਗਤ ਪੀਪਾ ਜੀ ਵਰਗੇ, ਜਿੰਨੇ ਵੀ ਕ੍ਰਾਂਤੀਕਾਰੀ ਬੰਦੇ ਹੋਏ, ਯੋਧੇ ਹੋਏ, ਮਹਾਂਪੁਰਖ ਹੋਏ, ਸਰੀਰ ਉਹਨਾਂ ਦਾ ਸਾਡੇ ਕੋਲ ਨਹੀਂ ਹੈ ਪਰ ਇੱਜ਼ਤ ਅੱਜ ਵੀ ਹੈ। ਇੱਕ ਬੰਦਾ ਉਹ ਹੈ ਜਿਹਦੀ ਸਾਹਮਣੇ ਬੈਠੇ ਦੀ ਵੀ ਇੱਜ਼ਤ ਹੈ ਨਹੀਂ, ਇੱਕ ਉਹ ਹੈ ਜਿਹੜਾ ਦੁਨੀਆਂ ਤੋਂ ਚਲਾ ਗਿਆ ਤਾਂ ਵੀ ਇੱਜ਼ਤ ਹੈ। ਬੰਦਿਆ ਫਰਕ ਤੇ ਵੇਖ ਨਾ, ਇੱਕ ਉਹ ਨੇ ਜਿਹੜੇ ਦੁਨੀਆਂ ਤੇ ਜਾਣ ਤੋਂ ਬਾਅਦ ਵੀ ਪ੍ਰੇਰਨਾ ਸਰੋਤ ਨੇ, ਤੂੰ ਸਾਹਮਣੇ ਬੈਠੇ ਪ੍ਰੇਰਨਾ ਸਰੋਤ ਨੇ। ਹੁਣ ਜਿਨ੍ਹਾਂ ਦੇ ਘਰਾਂ ਚ ਬੰਦੇ ਨਸ਼ੇ ਕਰਦੇ ਆ, ਜੂਆ ਖੇਡਦੇ ਆ, ਸ਼ਰਾਬਾਂ ਪੀਂਦੇ ਆ, ਮਾੜੇ ਕੰਮ ਕਰਦੇ ਆ, ਔਰਤਾਂ ਨਹੀਂ ਕਹਿੰਦੀਆਂ ਮੈਂ ਨਹੀਂ ਚਾਹੁੰਦੀ ਕਿ ਤੇਰਾ ਗੰਦਾ ਪਰਛਾਵਾਂ ਮੇਰੇ ਬੱਚਿਆਂ ਤੇ ਪਵੇ। ਤੂੰ ਕਹਿ ਭਾਵੇਂ ਮੇਰੀ 5000 ਕਿੱਲਾ ਪੈਲੀ ਹੈ, ਤੂੰ ਕਹਿ ਮੈਂ ਬੜਾ ਅਮੀਰ ਹੈ, ਤੂੰ ਕਾਹਦਾ ਅਮੀਰ ਹੈ ਬਈ, ਤੂੰ ਕਾਹਦਾ ਅਮੀਰ ਹੈ, ਕਾਹਦੀ ਅਮੀਰੀ ਹੈ ਤੇਰੇ ਤੇ, ਬੱਚੇ ਤੇਰੇ ਪਰਛਾਵੇਂ ਤੋਂ ਪਰਾਂ ਤੁਰੇ ਫਿਰਦੇ ਨੇ। ਤੋ ਪਾਤਸ਼ਾਹ ਦੀ ਬਾਣੀ ਗੱਲ ਸਾਨੂੰ ਸਮਝਾਉਂਦੀ ਹੈ, ਬੰਦਿਆ ਜ਼ਿੰਦਗੀ ਨੂੰ ਕਿਵੇਂ ਜੂਣਾ, ਜ਼ਿੰਦਗੀ ਖੂਬਸੂਰਤ ਕਿੱਦਾਂ ਬਣਾਉਣੀ ਹੈ, ਇੱਥੇ ਆਪਣੀ ਜ਼ਿੰਦਗੀ ਨੂੰ ਬਣਾਉਣਾ, ਸਿੱਖ ਸਮਾਜ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ। ਬੀਓ ਬੀਜ ਪੱਤ ਲੈ ਗਏ, ਅੱਗੇ ਕੀ ਲਿਖਿਆ, ਅੱਬ ਕਿਉਂ ਉਗਵੈ ਦਾਲ। ਹੁਣ ਦਾਲ ਚਣੇ ਦੇ ਦੋ ਟੋਟੇ ਕਰ ਦਿਓ, ਦਾਲ ਬਣ ਗਈ, ਦਾਲ ਉਗਦੀ ਹੈ, ਕਦੀ ਵੀ ਨਹੀਂ ਉਗਦੀ, ਚਣਾ ਸਾਬਤ ਉਗਦਾ। ਮਹਾਰਾਜ ਕਹਿੰਦੇ ਬੰਦੇ ਦਾ ਮਨ ਵੀ ਦੋ ਫਾੜ ਹੋ ਗਿਆ, ਦਾਲ ਬਣ ਗਿਆ, ਅੱਧਾ ਮਨ ਗੁਰਦੁਆਰੇ ਆ ਰਿਹਾ ਤੇ ਅੱਧਾ ਮਨ ਕਿਤੇ ਹੋਰ ਤੁਰਿਆ ਫਿਰਦਾ। ਅੱਜ ਦਾਲ ਨਹੀਂ ਬਣਿਆ, ਦੁਚਿੱਤਾਪਣ, ਡਬਲ ਮਾਈਂਡਡ, ਦੋਦਾ ਨਾ ਪਰੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਗੁਰਦੇਵ ਜੀ ਕਹਿੰਦੇ ਨਾ ਮੈਂ ਮੜੀਆਂ ਤੇ ਜਾਵਾਂ, ਨਾ ਮੈਂ ਮਸਾਣਾਂ ਤੇ ਜਾਵਾਂ। ਅਸੀਂ ਕਿਹਾ ਅੱਛਾ ਮਹਾਰਾਜ ਤੁਸੀਂ ਨਹੀਂ ਜਾਂਦੇ, ਅਸੀਂ ਧੱਕੇ ਨਾ ਲੈ ਜਾਵਾਂਗੇ ਤੁਹਾਨੂੰ। ਅੱਜ ਪਿੰਡਾਂ 'ਚ ਲੜਾਈਆਂ ਨਹੀਂ ਪਈਆਂ ਇਹਨਾਂ ਗੱਲਾਂ ਦੀ, ਇੱਕ ਧੜਾ ਇਸ ਗੱਲ ਦੇ ਹੱਕ 'ਚ, ਮੈਂ ਮਹਾਰਾਜ ਸਰੂਪ ਕਬਰ ਤੇ ਨਹੀਂ ਜਾਣ ਦੇਣਾ। ਦੂਜਾ ਧੜਾ ਕਹਿੰਦਾ ਮੈਂ ਪ੍ਰਕਾਸ਼ ਕਰਨੇ ਕਰਨੀ, ਲੜਾਈਆਂ ਨਹੀਂ ਪਈਆਂ ਪਿੰਡਾਂ 'ਚ। ਅਸੀਂ ਆਪਣੀ ਜਿੱਦ ਕਰਕੇ ਕਿੰਨਾ ਨੁਕਸਾਨ ਕਰ ਰਹੇ ਹਾਂ ਕਿ ਬਾਦਸ਼ਾਹ ਦੀ ਬਾਣੀ ਕਹਿੰਦੀ ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਮਹਾਰਾਜ ਕਹਿੰਦੇ ਮੈਂ ਮੜੀਆਂ ਮਸਾਣਾਂ ਤੇ ਨਹੀਂ ਜਾਂਦਾ। ਜੇ ਸਾਨੂੰ ਗੁਰਦੇਵ ਪਿਤਾ ਮਹਾਰਾਜ ਦੀ ਬਾਣੀ ਜਿਸ ਗੱਲ ਤੋਂ ਰੋਕਦੀ ਹੈ, ਅੱਜ ਧੱਕੇ ਨਾਲ ਉਹ ਕੰਮ ਕੀਤੇ ਜਾ ਰਹੇ। ਕਿੱਦਾਂ ਦੀਵੇ ਜਗ ਰਹੇ ਨੇ, ਕਿੱਦਾਂ ਮੜੀਆਂ ਤੇ ਦੀਵੇ ਜਗ ਰਹੇ ਨੇ। ਦੀਵਾਲੀ ਜਦੋਂ ਆਉਂਦੀ ਹੈ, ਕਿੱਦਾਂ ਸੀ ਥਾਂ ਥਾਂ ਤੇ ਜਿਹੜਾ ਦੀਵਾ ਸਿੱਖ ਨੇ ਜਗਾਉਣਾ ਸੀ, ਉਹ ਦੀਵਾ ਸੀ ਦੀਵਾ ਮੇਰਾ ਏਕ ਨਾਮ। ਪਰਮਾਤਮਾ ਜੀ ਤੁਹਾਡਾ ਨਾਮ ਮੇਰੇ ਵਾਸਤੇ ਦੀਵਾ ਹੈ, ਮੈਂ ਆਪਣੇ ਦੁੱਖਾਂ ਨੂੰ ਤੇਲ ਬਣਾ ਕੇ ਤੁਹਾਡੇ ਨਾਮ ਦੇ ਦੀਵੇ 'ਚ ਪਾ ਦਿਆਂ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹਨ ਸੁੱਕਿਆ। ਜਿਉਂ ਜਿਉਂ ਚਾਨਣ ਹੋਈ ਜਾਂਦਾ, ਤੇਲ ਸੜੀ ਜਾਂਦਾ ਤੇ ਚੂਕਾ ਜੰਮ ਸੁਣਦੇ, ਮੇਰਾ ਜਮਾਂ ਨਾਲੋਂ ਨਾਤਾ ਟੁੱਟਦਾ ਜਾਂਦਾ। ਤੋ ਕਿੰਨੇ ਪਿਆਰੇ ਸ਼ਬਦ, ਕਿੱਡੇ ਪਿਆਰੇ ਪਵਿੱਤਰ ਬਚਨ ਸਤਿਗੁਰ ਨੇ ਸਾਡੀ ਝੋਲੀ ਵਿੱਚ ਪਾਏ। ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੁੱਕਿਆ, ਚੁੱਕਾ ਜਮ ਸੋ ਮੇਲ। ਲੁਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਏਕਟੇ ਏਕ ਰਤੀ ਲੇ ਪਾ। ਇਹ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਬਚਨ ਹੈ। ਤੋ ਸਾਧ ਸੰਗਤ, ਗੁਰੂ ਨਾਨਕ ਸਾਹਿਬ ਜਿਹੜੀ ਇੱਥੇ ਗੱਲ ਕਹਿੰਦੇ ਨੇ, ਕਹਿੰਦੇ ਨੇ ਹੇ ਭਾਈ, ਆਪਣੀ ਜ਼ਿੰਦਗੀ 'ਚ ਜੇ ਦਾਲ ਨਹੀਂ ਉੱਗ ਸਕਦੀ, ਤੇਰੇ ਮਨ ਦੇ ਦੋ ਟੋਟੇ ਹੋ ਗਏ, ਉਹਦੇ ਵਿੱਚ ਸੱਚ ਦੀ ਵਿਚਾਰ ਕਿੱਦਾਂ ਪੈਦਾ ਹੋ ਸਕਦੀ ਹੈ। ਸੱਚ ਕਾਲ ਕੂੜ ਵਰਤਿਆ, ਕੱਲ ਕਾਲਕ ਬੇਤਾਲ, ਬੀਓ ਬੀਜ ਪੱਤ ਲੈ ਗਏ, ਅੱਬ ਕਿਉਂ ਉਗਵੈ ਦਾਲ। ਜਿਵੇਂ ਚਣੇ ਦੇ ਦੋ ਟੋਟੇ ਹੋ ਗਏ, ਦਾਲ ਬਣ ਗਈ, ਦਾਲ ਉੱਗ ਥੋੜ੍ਹਾ ਸਕਦੀ ਹੈ, ਇੱਦਾਂ ਹੀ ਸਾਡਾ ਮਨ ਡਬਲ ਮਾਈਂਡਡ ਹੈ, ਦੁਚਿੱਤਾਪਨ ਹੈ, ਮਨ ਦੇ ਦੋ ਟੋਟੇ ਹੋਏ ਨੇ, ਅੱਧਾ ਗੁਰਦੁਆਰੇ ਆ ਰਿਹਾ, ਅੱਧਾ ਕਿਤੇ ਹੋਰ ਜਾ ਰਿਹਾ। ਅੱਗੇ ਪਾਤਸ਼ਾਹ ਕਹਿੰਦੇ ਜੇ ਇੱਕ ਹੋਏ ਤਾਂ ਉਗਵੈ, ਬੀਜ ਨੂੰ ਉੱਗਣ ਵਾਸਤੇ ਇੱਕ ਹੋਣਾ ਜ਼ਰੂਰੀ ਹੈ, ਬੀਜ ਦਾ ਸਾਬਤ ਹੋਣਾ ਜ਼ਰੂਰੀ ਹੈ। ਤੁਸੀਂ ਬੀਜ ਨੂੰ ਸਾਬਤ ਰੱਖੋਗੇ ਤਾਂ ਹੀ ਉੱਗੇਗਾ, ਤੁਸੀਂ ਬੀਜ ਦੇ ਦੋ ਟੋਟੇ ਕਰਤੇ ਕਿੱਦਾਂ ਉੱਗੇ। ਕਹਿੰਦੇ ਜੇ ਇੱਕ ਹੋਏ ਤਾਂ ਉਗਵੈ, ਇੱਕ ਹੋਏਗਾ ਤੇ ਉੱਗੇਗਾ। ਇਹਦਾ ਇੱਥੇ ਇੱਕ ਹੋਣ ਦਾ ਅਰਥ ਕੀ ਹੈ, ਤੂੰ ਵੀ ਇੱਕ ਹੋ ਜਾ,
अज तू एक नहीं है, तू अपने बच्चे बारे की सोचता है? ये चंगा पढ़े यो सोचता है, यो सोचता है ना कि तेरा बच्चा चंगा पढ़े, इन मैं चंगी खुराक खवावा, इहदा मैं देखभाल करा। इहदा तेरे दिमाग च कदी आया कि जिहड़ा तेरे कोल नौकर काम करदा उहदा भी अगे बच्चा है, वह भी अपने पुत बारे इंज ही सोचता है? जो तू यह कहेगा फिर तू ठगी नहीं मारेगा, फिर तू बेईमानी नहीं करेगा, फिर तू किसी को रिश्वत दे पैसे लैके अपने घर नहीं आएगा, फिर तू दुध च पानी पा के। हुण मैं सौखी उदाहरण देने लगा, बंदे ने दुध वेचना होवे, टावे ने जिहड़े दुध प्योर वेचदे जिद्दां दा मझ ने दिता उदां दा ही वेचदे ने, टावे इंसान ने जिहड़े जिद्दां दा मझ गां ने दुध दिता उदां दा ही वेचना, नहीं ते बदो बंदी घाला माड़ा करके बंदा विच कुछ ना कुछ मिला दिंदा। अच्छा, जदों असीं दुध वेचना उदों विच मिलावट कीती, मान लो कल समा पा के साडे लवेरा भजे दुध ना होवे, आपां किसे कोलों मुल लैणा होवे, आपां की उम्मीद लाउने जी भला सानूं दुध संघना दे? हुण जी अगले पुछण भी तुसीं किदां दिंदे रहे सी, बोलो सासन जी, भी जिद्दां दी तुसीं उम्मीद रखी है तुसीं उदां दे बणे जे? साडे ते मझां गावां ते मैं वेख्या कई माइयां विचारियां ना गुरुद्वारे आउणगियां, नलके तों पाणी गेणगियां, जां महाराज लागे घड़ा रख्या हुंदा उह चों पाणी गलास च पा के घर जा के फिर ट्रैक्टर ते छट्टा देई जाणा, जे अगे ट्रैक्टर बोल के कहे भी माई अपने पुत नूं समझा पए वड वड के ना इहने पैली च रला ले, साडा थोड़ा कसूर स्टेयरिंग ते उहदे हत्थ हुंदा, भी जिहड़े पहियां तों तिन तिन गड्डियां लंघ जांदियां सी अज मसां अगे बोलो सारे आपां इन्हां इन्हां कम्मां नाल संबंध बैठे हां, जिन्हां रस्तियां चों तीन तीन गड्डियां कट्ठियां लंघ जांदियां सी अज किन्नियां लंघदियां? एक लंघदी आ दूजी नूं खलारना पैंदा, ते ट्रैक्टर जे बोलदा होवे कहे माई अपने पुत नूं समझा थोड़ा छट्टे पाणी दे उत्ते मार, मेरा को तूं गोंड खराब करी जांदी है। अच्छा जे मझ उत्ते छट्टे मारे मझ भी बोली अग्गों कहे माई मैं 7 लीटर दुध संघना दिंदी आ, पाणी पा के 10-12 लीटर तुसीं बणाउंदे जी, ठंड विच छट्टे फे मेरे ते मारी जानी तू, मतलब बदलना असी सी, असी मझ गां असी गुग्गे तखाए, तुसीं वेखो कईआं घरां च ना गुग्गल तखाया हुंदा बाहरले बूहे तक ऐ धुआं ही धुआं, पता लगदा भी ये पक्के किसे बाबे कोलों हो के आए आ, हुण जड़ियां बूटियां दित्तियां भी सारियां बलावां गवांढियां घर चलण साडा कुछ ना होवे, मतलब असी किहड़े बन्ने तुर पए, असी किहड़ा राह फड़ लिया सी? जे इदां हुंदा होवे ना, माफ करना मैं कई वारी सोचदा जे इदां हुंदा होवे ना फिर तां दुनिया हुण सुना हो जांदी। पंजाब विच तीन थां जिथे खीरां चढ़दियां ने शराबां भी चढ़दियां ने, माझे चल जाओ उत्थे शेख फतेह की कबर है, तुहाडे भी इत्थे इलाके शराब चढ़दी तुहानू पता होना, उधर चल जाओ चंडीगढ़ के इलाके उत्थे भी कितना कितने कितने दुध चढ़ी जाता, कितने शराबां चढ़ी जांदियां, कितने खीरां चढ़ी जांदियां। मैं कदी कदी सोचदा भी हद हो गई साडे समाज की सोच कित्थे बैठ गई, मझ मझ गां कर रहे आउणगे उहदा दुध की खीर बनाउणगे फिर कबरां ते आपे लई जाणगे, आपे पीर नूं कहणगे बाबा जी कृपा करी ध्यान रखी, जे पीर अगों कहे भी मेरा ते तुसीं कल दीवा जगा के गया कुत्ता चुकी फिरदा, मैं ते कुत्ता नहीं रोक सकदा, भी कल तुसीं दीवा जगा के गए मैं ते कुत्ते ते सोटा नहीं मार सकदा, तुसीं मेरे कोलों चीजां मंगी जांदे, कई एडे भैड़े ने फाइल उहनां बैंसी जमा कराई हुंदी आ ते आण के कबर नूं कहिंदे बाबा वीजा लवा दे, उह कहिंदा मैं इटली चों आया, मैं तुहाडे पिंड दे बार बार बैठा, मैं कहड़ा सारे देशां दा टूर लाया, तुसीं उहनूं कहो जिहड़ा माड़ा मोड़ तजर्बेकार बंदा, साडे लोक कबरां ते कहणगे बाबा जी तूं ही कृपा कर, मैनूं अज वी याद है इह जलंधर दी गल्ल है, अज तों मेरे ख्याल च 10-12 साल पहलां दी गल्ल है, उत्थे काफ़ी ट्रैवल एजेंटां दे वड्डे वड्डे ऑप्शन ने, ते मैनूं कोई काम सी ते मैं उत्थे गड्डी चों बाहर निकलिया ते इक मां पुत दोवें तुरे आउण, उह कितें दे के आए ट्रैवल एजेंट नूं अपनी फाइल ते तुरे आउण, ते राह च इक पांदा सियाणा जिहड़े हत्थ वेखण वाले ओह खलोता ते उहनूं दोवें मां पुत आंदे साडा काम बण जू, ओह वी सवार के कहिंदा बण जू, उहनां कढे रुपये अपने 50 ते 20 उहनूं देते, मैं लागू दी लंघण लिया सी, हुण साडी जॉब ही इहो आ, असीं ते जिथे वी सानूं कोई मिलदा असीं ते उहदे नाल गल शुरू कर दिंदे आ, ते मैं उहनूं दोवां नूं तिन्नां नूं पुछिआ इदां खिलार के, मैं कहा भी इहनां तैनूं की कहा, आंदा इहनां काम बण जू, मैं कहा बण जू, मैं कहा तैनूं पता है किहड़े काम दी गल करदे, कहिंदा इहनां कहिड़ा मैनूं दस्सिआ, मैं माई नूं ते उस पुत नूं पुछिआ मैं भी वीर तुसीं किहड़े काम बनाउण दी गल करदे जे, कहिंदे असीं ते फाइल जमा करा के आ वी साडा वीजा लग जू, मैं जिहनूं कहण डे इहदा मास्टर लगा मैं एजेंसी च, मैं कहा जे बाहर घलदा होवे ते इत्थे विचारा डब्बा फड़ के जलंधर च कोई तुरिया फिरे, मैं उहनूं आख्या मैं तूं इह कोई की धक्कदा, सरदार साहब तुसीं मेरे गाले में पई जांदे जे, मैं ते कुछ नहीं किया, इहनां मैनूं पुछिआ काम बण जू ते मैं कहा बण जू,
ਇਹਨਾਂ ਅਗਲੀ ਗੱਲ ਤੇ ਪੁੱਛੀ ਨੀ ਮੈਨੂੰ। ਮੈਂ ਮਾਈ ਨੂੰ ਕਿਹਾ ਮੈਂ ਕਿੰਨੇ ਪੈਸੇ ਤੇ ਕਿੰਨੀ 50 ਰੁਪਈਏ। ਮੈਂ ਕਿਹਾ ਇੱਥੇ ਰਿਕਸ਼ੇ ਤੇ ਬਹਿਣ ਲੱਗਿਆ ਨਾ ਤੁਸੀਂ, ਰਿਕਸ਼ੇ ਵਾਲਾ ਉਹ ਸਿਰ ਖਾਣਾ ਉਹਨੇ ਮੰਗਣਿਆ 10 ਕਿ 20, ਤੁਸੀਂ ਐਵੇਂ ਇੰਨੇ ਉਹਨੇ ਜੇ ਤੁਹਾਨੂੰ ਖਿੱਚ ਕੇ ਖਾਣਾ, ਇਹਨੇ ਤੁਹਾਨੂੰ ਦਿੱਤਾ ਵੀ ਕੰਨ ਤੇ ਆਪੇ ਕਿ ਕੰਮ ਬਣ ਜੂ। ਮੈਂ ਕਿਹਾ ਤੁਸੀਂ ਲੱਗਦਾ ਨੀ ਵੀ ਕੱਲ ਨੂੰ ਰਿਕਸ਼ੇ ਵਾਲੇ ਨੂੰ ਜੇ ਪਤਾ ਲੱਗ ਗਿਆ ਵੀ ਏਦਾਂ ਗੱਲ ਬਣਦੀ ਆ, ਉਹਨੇ ਕਿਹੜਾ ਵੇਚ ਰਿਕਸ਼ਾ ਤੇ ਡੱਬਾ ਫੜ ਲਾ, ਏਦਾਂ ਕਹੀਦਾ ਕੰਮ ਬਣ ਜੂ, ਕੰਮ ਬਣ ਜੂ, ਕੰਮ ਬਣ ਜੂ। ਲੱਗਦਾ ਨੀ ਲੋਟੂ ਸਾਧ ਅਸੀਂ ਏਦਾਂ ਹੀ ਤੇ ਪੈਦਾ ਕੀਤੇ ਨੇ। ਪਿੰਡ ਵਿੱਚ ਸਬਜ਼ੀ ਵੇਚਣ ਵਾਲਾ ਆਉਂਦਾ ਉਹਦੇ ਨਾਲ ਅਸੀਂ ਸਿਰਖ ਪਾਉਂਦੇ ਹਾਂ, ਤੂੰ ਮਟਰ ਏਦਾਂ ਕਿੱਦਾਂ ਮਹਿੰਗੇ ਲਾਤੇ, ਇੰਨੀਆਂ ਗਾਜਰਾਂ ਕਿੱਦਾਂ ਮਹਿੰਗੀਆਂ ਲਾਤੀਆਂ। ਉਹ ਕਹਿੰਦਾ ਮੈਂ ਮੁੱਲ ਲੈ ਕੇ ਆਇਆ ਸ਼ਹਿਰ ਮੰਡੀ ਤੋਂ ਤੜਕੇ, ਮੇਰੀ ਕਿਹੜੀ ਘਰ ਪੈਲੀ ਆ, ਜਦੋਂ ਤੁਹਾਡੇ ਨਿਆਣੇ ਰਜਾਈਆਂ 'ਚ ਬੈਠੇ ਹੁੰਦੇ ਮੈਂ ਤੜਕੇ ਮੰਡੀ ਜਾਂਦਾ। ਜੇ ਮੈਂ 2 ਰੁਪਏ ਵਿੱਚੋਂ ਕਿਲੋ ਪਿੱਛੇ ਨਹੀਂ ਕਮਾਉਣੇ, ਮੇਰੇ ਵੀ ਜਵਾਕ ਨੇ ਉੱਥੇ ਉਹਨੂੰ ਇਮੋਸ਼ਨਲ ਬਲੈਕਮੇਲ ਮਾਈਆਂ ਕਰਦੀਆਂ। ਜਦੋਂ ਅਖੀਰਲਾ ਫੇਰਾ ਹੁੰਦਾ ਨਾ ਸਬਜ਼ੀ ਵਾਲਿਆਂ ਦਾ, ਹੁਣ ਕਹਿਣਗੇ ਕਿੱਦਾਂ ਲਾਏ ਮਟਰ, ਉਹ ਕਹਿੰਦਾ ਇੰਨੇ ਪੈਸੇ, ਅੱਛਾ ਸ਼ਹਿਰ 'ਤੇ 3 ਰੁਪਏ ਕਿਲੋ ਆ, ਫਿਰ ਨਾਲ ਹੀ ਕਹਿਣਗੀਆਂ ਸਾਗ ਧਰਿਆ ਤੇਰੀ ਮਰਜ਼ੀ ਆ। ਅਤੇ ਕੱਲ੍ਹ ਦੇ ਗੋਂਗਲੂ ਪਏ ਨੇ, ਇਹਨੂੰ ਕਹਿੰਦੇ ਇਮੋਸ਼ਨਲ ਬਲੈਕਮੇਲ ਕਰਨਾ। ਉਹ ਵੀ ਸੋਚਦਾ ਹਿਸਾਬ ਕਿਤਾਬ ਲਾ ਕੇ ਵੀ ਜੇ ਨਾ ਵਿਕੀ ਕੱਲ੍ਹ ਨੂੰ ਫੇਰ ਬਾਸੀ ਹੋ ਜਾਣੀ। ਕਹਿੰਦਾ ਚੱਲ ਜਿੰਨੇ ਦੇ ਲਿਆਂਦੇ ਇਹਨੂੰ, ਹੁਣ ਉਹਨੂੰ ਏਦਾਂ ਕਹਿੰਦੇ ਵੀ ਤੂੰ ਵੀ ਸਾਡੇ ਬੱਚਿਆਂ ਵਰਗਾ 2 ਰੁਪਏ ਕਿਲੋ ਪਿੱਛੇ ਕਮਾਉਣੇ, ਲੈ ਪੁੱਤ ਆ ਤੇਰੇ ਵੀ ਬੱਚੇ ਜਿਉਂਦੇ ਰਹਿਣ। ਉਹਨੂੰ ਉਹਨੂੰ ਇਮੋਸ਼ਨਲ ਕਰਕੇ, ਉਹਨੂੰ ਬਲੈਕਮੇਲ ਕਰਕੇ ਉਹਦੇ ਕੋਲੋਂ ਸਸਤੀ ਚੀਜ਼ ਲੈ ਲੈਣੀ ਹੈ। ਅਤੇ ਕੋਈ ਹੱਥ ਵੇਖਣ ਵਾਲਾ ਪਾਂਧਾ ਆ ਗਿਆ ਨਾ, ਕੋਈ ਬਾਬਾ ਆ ਗਿਆ, ਕੋਈ ਜੋਤਸ਼ੀ ਆ ਗਿਆ, ਕੋਈ ਪਾਂਧਾ ਆ ਗਿਆ, ਉਹਦੇ ਗਾੜੀ ਫਿਰ ਲੰਮੇ ਹੀ ਪੈ ਜਾਣਾ। ਮਾਫ ਕਰ, ਇਹੋ ਵਜ੍ਹਾ ਜਿਹਨਾਂ ਨੂੰ ਅਸੀਂ ਦੁੱਧ ਮੁੱਲ ਵੇਚਦੇ ਹਾਂ ਉਹਨਾਂ ਨੂੰ ਧੱਕੇ ਨਾਲ ਹੀ ਪਾਣੀ ਪੂਣੀ ਪਾ ਕੇ ਦਿੰਦੇ ਹਾਂ। ਜਿਹੜਾ ਗਾਜੀ ਡੇਰਿਆਂ 'ਚ ਖੜਦਾ ਨਾ, ਦਵਾਈ ਰੱਬ ਦੀ ਤੋਕੜ ਮਾਈ ਦਾ ਦੁੱਧ ਦਿੰਦੇ ਆ, ਫਿਰ ਉਹਨਾਂ ਨੂੰ ਚਿਮਚਾ ਪਾਣੀ ਦਾ ਵੀ ਵਿੱਚ ਪਾਉਂਦੀਆਂ ਮਾਈਆਂ ਵੀ ਕਿਤੇ ਚਿਮਚਾ ਵੀ ਨਾ ਭੁਲੇਖੇ ਨਾਲ ਪਾਣੀ ਪੈ ਜਾਵੇ। ਉਹ ਫਿਰ ਉਹ ਸੰਘਣਾ ਦੁੱਧ ਬਾਬਿਆਂ ਕੋਲ ਜਾਂਦਾ, ਫਿਰ ਉੱਥੇ ਜਦੋਂ ਦੁੱਧ ਪੀਂਦੇ ਆ ਬਾਬੇ, ਫਿਰ ਉਹਨਾਂ ਕੋਲ ਆਪਣੀਆਂ ਲੱਤਾਂ 'ਤੇ ਭਾਰ ਨਹੀਂ ਝੱਲਿਆ ਜਾਂਦਾ। ਫਿਰ ਲੋਕਾਂ 'ਤੇ ਬੜਾ ਰੰਗ ਬਾਬੇ ਦਾ ਲਾਲ ਆ ਵੀ ਕਿਰਪਾ ਤੁਹਾਡੀ ਆ, ਚੰਗਾ ਚੰਗਾ ਤੁਸੀਂ ਸਮਾਨ ਚੜ੍ਹਨ ਵਾਲਾ, ਕਹਿੰਦਾ ਬੜਾ ਸੰਘਣਾ ਦੁੱਧ ਹੈ ਵੀ ਕਿੱਥੋਂ ਆਇਆ। ਮੈਂ ਪਰਸੋਂ ਪੰਡਾਲ 'ਚ ਗੱਲ ਕਹੀ ਸੀ, ਡੇਰੇਦਾਰ ਕਹਿੰਦੇ ਦੁੱਧ ਲੈ ਜਾਓ ਅਤੇ ਪੁੱਤ ਲੈ ਜਾਓ, ਮੱਝ ਹੈ ਕੋਈ ਨਹੀਂ ਕਹਿੰਦੇ ਦੁੱਧ ਲੈ ਜਾਓ, ਵਿਆਹ ਕਰਾਇਆ ਕੋਈ ਨਹੀਂ ਕਹਿੰਦੇ ਪੁੱਤ ਲੈ ਜਾਓ। ਥੋੜਾ ਬਹੁਤਾ ਦਿਮਾਗ ਵਰਤੋ ਆਪਣਾ, ਸਮਝੀਏ ਆਪਾਂ ਵੀ ਮੱਝਾਂ ਪਿੰਡਾਂ ਵਾਲਿਆਂ ਕੋਲ ਕੀ ਕਹਿੰਦੇ ਦੁੱਧ ਸਾਡੇ ਕੋਲ ਲੈ ਜਾਓ, ਤੇ ਵਿਆਹੇ ਅਸੀਂ ਆ ਤੇ ਪੁੱਤ ਕਹਿੰਦੇ ਆ, ਉੱਚੀ ਬੋਲੋ ਭੈਣੋ ਵੀਰੋ ਸਾਡੇ ਕੋਲ ਲੈ ਜਾਓ। ਇਹੋ ਗੱਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਸਮਝਾਈ। ਸਿੱਧ ਕਹਿਣ ਲੱਗੇ ਆ ਚੱਲ ਬਟਾਲੇ, ਕਹਿੰਦੇ ਬਾਬਾ ਤੂੰ ਗ੍ਰਿਸ਼ਤੀ ਬਣ ਗਿਆ। ਮਹਾਰਾਜ ਕਹਿੰਦੇ ਮੈਂ ਗ੍ਰਿਸ਼ਤੀ ਬਣ ਨਹੀਂ ਗਿਆ, ਮੈਂ ਗ੍ਰਿਸ਼ਤੀ ਪਹਿਲਾਂ ਹੀ ਸੀ, ਮੈਂ ਤੇ ਜਦੋਂ ਸੁਲਤਾਨਪੁਰ ਤੋਂ ਤੁਰਿਆ ਪਹਿਲਾਂ ਹੀ ਗ੍ਰਿਸ਼ਤੀ ਸੀ। ਕਹਿੰਦੇ ਅੱਛਾ ਸੁਣਿਓ ਹੁਣ ਧਿਆਨ ਨਾਲ। ਮਹਾਰਾਜ ਕਹਿੰਦੇ ਤੁਹਾਨੂੰ ਗ੍ਰਿਸ਼ਤੀਆਂ ਤੋਂ ਪ੍ਰੋਬਲਮ ਕੀ ਹੈ, ਸੁਣਿਓ ਭਾਈ ਗੁਰਦਾਸ ਦੀ ਵਾਰ। ਖਾਧੀ ਖੁਣਸ ਜੋਗੀਸ਼ਰਾਂ, ਖੁਣਸ ਕਹਿੰਦੇ ਈਰਖਾ ਕਰਨੀ, ਗੁੱਸਾ ਕਰਨਾ, ਕ੍ਰੋਧ ਕਰਨਾ। ਖਾਧੀ ਖੁਣਸ ਜੋਗੀਸ਼ਰਾਂ ਗੋਸ਼ਟ ਕਰਨ ਸਭੇ ਉੱਠੇ ਆਈ, ਪੁੱਛੇ ਜੋਗੀ ਭੰਗਰਨਾਥ। ਭੰਗਰਨਾਥ ਜੋਗੀ ਕਹਿੰਦਾ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਤੂੰ ਦੁੱਧ ਵਿੱਚ ਕਾਂਜੀ ਪਾਤੀ, ਕਾਂਜੀ ਸਮਝੋ ਮਿਰਚਾਂ ਵਾਲਾ ਪਾਣੀ। ਦੁੱਧ ਵਿੱਚ ਤੁਸੀਂ ਖੱਟਾ ਲਾਓਗੇ, ਜਾਗ ਲਾਓਗੇ, ਦਹੀਂ ਬਣੂ, ਪਰ ਦੁੱਧ ਵਿੱਚ ਤੁਸੀਂ ਕਾਂਜੀ ਦਾ ਗਲਾਸ ਭਰ ਕੇ ਪਾ ਦਿਓ, ਉਹਦਾ ਕੱਖ ਨਹੀਂ ਬਣਨਾ, ਦੁੱਧ ਖਰਾਬ ਹੋ ਜਾਣਾ। ਕਹਿੰਦੇ ਸਾਡਾ ਜੋਗ ਮਤ ਦੁੱਧ, ਤੇ ਤੂੰ ਗ੍ਰਿਸ਼ਤੀ ਬਣ ਕੇ ਵਿੱਚ ਕਾਂਜੀ ਪਾਤੀ। ਸਿਆਣੇ ਬੈਠੇ ਜੇ ਗ੍ਰਿਸ਼ਤੀ ਬੰਦਾ ਔਰਤ ਨਾਲ ਬਣਦਾ, ਇਹਦਾ ਮਤਲਬ ਔਰਤ ਨੂੰ ਉਹਨਾਂ ਨੇ ਕਾਂਜੀ ਕਿਹਾ, ਇਹਦਾ ਮਤਲਬ ਔਰਤ ਨੂੰ ਕਾਂਜੀ ਕਿਹਾ ਨਾ। ਆਪਾਂ ਧੀਆਂ ਵਾਲੇ ਬੈਠੇ ਹਾਂ, ਭੈਣਾਂ ਵਾਲੇ ਬੈਠੇ ਹਾਂ, ਮਾਵਾਂ ਵਾਲੇ ਬੈਠੇ ਹਾਂ। ਕਹਿੰਦੇ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਹੁਣ ਇਹ 'ਚੋਂ ਮੱਖਣ ਰਿੜਕਾਂਗੇ, ਦਹੀਂ ਰਿੜਕਾਂਗੇ, ਮੱਖਣ ਨਿਕਲਣਾ ਹੀ ਨਹੀਂ। ਮੱਖਣ ਨਾਲ ਮਤਲਬ ਕੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਕਿਤੇ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾਣਾ। ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰ ਉਦਾਸ ਦਾ, ਤੂੰ ਉਦਾਸੀਆਂ ਵਾਲਾ ਭੇਖ ਲਾ ਤੇ ਵੱਤ ਕਿਉਂ ਸੰਸਾਰੀ ਰੀਤ ਚਲਾਈ। ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਝ ਜੀ ਆਈ। ਮੈਨੂੰ ਇਹ ਗੱਲ ਦਾ ਜਵਾਬ ਦਿਓ, ਜਿਸ ਔਰਤ ਨੂੰ ਤੁਸੀਂ ਕਾਂਜੀ ਕਹਿੰਦੇ ਜੇ, ਜਿਸ ਔਰਤ ਨੂੰ ਮਾੜਾ ਕਹਿੰਦੇ, ਉਹਨੂੰ ਭੁੱਖ ਲੱਗਦੀ ਕੀ ਕਰਦੇ ਜੇ? ਸੁਣਿਓ ਗੱਲ ਧਿਆਨ ਨਾਲ। ਜੋਗੀਆਂ ਨੂੰ ਪੁੱਛਿਆ, ਜੋਗੀਆਂ ਨੂੰ ਜਦੋਂ ਤੁਹਾਨੂੰ ਭੁੱਖ ਲੱਗਦੀ ਕੀ ਕਰਦੇ? ਕਹਿੰਦੇ ਰੋਟੀ ਖਾਂਦੇ। ਕਹਿੰਦੇ ਕਿੱਥੋਂ ਖਾਂਦੇ ਜੇ? ਕਹਿੰਦੇ ਲੋਕਾਂ ਦੇ ਘਰਾਂ 'ਚੋਂ, ਬੋਲੋ, ਮੰਗ ਕੇ। ਕਹਿੰਦੇ ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਿਉਂ ਕਰ ਮੰਗਣ ਜਾਈ? ਆਪਣੇ ਆਪ ਨੂੰ ਤਿਆਗੀ ਖਵਾਉਂਦੇ ਹੋ ਕਿ ਅਸੀਂ ਔਰਤ ਨੂੰ ਮਾੜਾ ਕਹਿੰਦੇ ਹਾਂ, ਤੇ ਔਰਤ ਦੀ ਹੱਥ ਦੀ ਪੱਕੀ ਰੋਟੀ ਨਾਲ ਹੀ ਤੁਹਾਡੇ ਪੇਟ ਦੀ ਅੱਗ ਬੁਝਦੀ ਹੈ। ਹੁਣ ਇਹ ਗੱਲ ਹਰ ਉਸ ਬੰਦੇ 'ਤੇ ਢੁਕਦੀ ਹੈ ਜਿਹੜਾ ਔਰਤ ਨੂੰ ਰੱਬ ਦੀ ਪ੍ਰਾਪਤੀ ਵਿੱਚ ਰੁਕਾਵਟ ਸਮਝਦਾ ਸੀ। ਪਾਗਾਂ ਵਾਲਿਓ, ਦੁਨੀਆਂ ਅੰਦਰ ਜਿੰਨਾ ਦਰਦ ਔਰਤ ਦਾ ਗੁਰੂ ਨਾਨਕ ਸਾਹਿਬ ਨੇ ਮਹਿਸੂਸ ਕੀਤਾ, ਦੁਨੀਆਂ ਅੰਦਰ ਕੋਈ ਰਹਿਬਰ ਨਹੀਂ ਹੋਇਆ।
हर दुनिया के रहबर ने औरत विच कोई ना कोई नुक्स कढ़े। तुसीं जोगियां च वेखो वह बघियाड़ नूं कहिंदे आ। हिंदुइज्म के अंदर जनेऊ नहीं पा सकती, इस्लाम विच मस्जिद दीआं सीढ़ियां चढ़ूगी वह वखड़े पर्दे च बवेगी, मर्दां च नहीं आ सकती। बोधी जैनी जिहड़े बुद्ध बुद्ध नूं मन्नण वाले सी, उन्हें भी अपने भिखुआ नूं कहा सी 5 फुट तो वध निगाह तां नहीं चकनी। क्रिश्चन लोग गोरे लोग उन्हां च वी ग्रिस्ती बंदा पॉप नहीं बनता, अनमैरिड जिहड़ा वह पॉप बनता। इत्थे जदों बाबा लहणा जी गुरु नानक साहब को आए, यह नहीं कहा लहणिया अज तो बाद अपने परिवार को नहीं जाना, सगों भेजिए खडूर साहब की धरती। सिर चुकदा गुरु नानक साहब की सोच के दुनिया अंदर गुरु नानक साहब वर्गी विचारधारा का तुहानू मुकाबला कित होर नहीं मिलना। पर गल इस गल की है, दसना असी सारी दुनिया नूं सी, अजे तक तो असी आप पढ़ के खुद ही नहीं समझ सके, अपने बच्चों नूं नहीं दस सके। जिन्हें असी अपनियां धीआं नूं समझा लिया, पढ़ लिया, पता लग गया, माण महसूस करनगियां साडियां बच्चियां, साडे परिवार के मैंबर, एडी उच्ची विचारधारा। जदों लोग औरत नूं पैर दी जुत्ती कहिंदे सन, गुरु नानक साहब उस वक्त कहिंदे सन इस जग में पुरख एक है और सगली नार सबाई। वह कमले हो औरत नूं माड़ा कहण वाले हो, इस जगत विच पुरख एक ही है, आपां सारे उस मालक दी जीव स्त्री हाँ। मैं कहना इस तों वड्डी औरत दे हक विच आवाज ही कोई नहीं हो सकती। गुरु नानक साहब की पहली विचारधारा समझने वाली कौन है? सत्कारयोग बेबे नानकी जी, बेबे नानकी सिर चुकदा। पर गल फिर है, असी अज गुरु साहब की ताबिया बैठना माण महसूस नहीं करते, बाणी पढ़नी छड़ दी, बाणी विचारनी छड़ती, बाणी गाउणी छड़ती, घरां विचों बाणी का माहौल चला गया। अपने घर के माहौल बनाओ, भावें थोड़ी बाणी पढ़ो पर अपने परिवारां च आप बाणी पढ़ो ते समझो विचारो। जिन्नी सिख्या मां कोलों पुत नूं मिल सकदी है, होर कोई दूजा थां नहीं है। इहदा अर्थ नहीं भी बाप नहीं, बाप भी है, पर मां नाल बच्चे की अटैचमेंट कुदरती गल ज्यादा। उन्हें बाप कोलों चीज मंगनी होवे पर थ्रू मां मंगदा, कुदरती गल है। टावें बच्चे होंदे जिहड़े सीधे प्यो कोलों चीज मंगदे आ, नहीं तो असल दे विच बच्चियां ने कोई चीज मंगनी है ते ओ मां दे कोलों भावें बाप को ही लैके देनी, उन्हें तो उन्हें पता है अटैचमेंट बनी है। तो यदा फायदा असं लै सकते हैं, बच्चों बैठ के गल्ला बातें करिए, जो तुम सिखा देना दूजे तो तुम आस नहीं ला सकते। तुम वेख्या तूत जो छांगया जाता वो टोकरियां बन दया, अज छांगया सवेरे परसों टोकरियां बनाया शुरू कर दौ, पर अज छांग के तुम 2 महीनों बाद टोकरियां नहीं बना सकते, क्योंकि वह चों लचक मुक जानी है, फिर टुट जानिया मुड़नियां नहीं। ये बच्चे भी तू दियां छमकां वर्गे आ, एक उम्र है जदों तुसीं मोड़ सकदे हो। इस करके बाणी ने आख्या सी, कबीर जैसी उपजी पेड़ ते तैसी निभै ओड़, हीरा किसका बपरा ते पुजे ना रतन करोड़। आओ सास जी कहते, जे एक होए, एक होने का अर्थ की है, बीज साबित होएगा तो उगेगा। तू भी एक हो जा, जो तेरे मन च जबान बोले, जो तेरे जबान है वह तेरे कर्मा च होवे, जे एक होए तो उगवै रुती हूं रुत होए, नानक पाहे बाहरा है पाई। कपड़े नूं रंग चाढ़ना होवे पा तो बिना कपड़ा रंग नहीं फड़दा, उन्हूं पहला पा लाउणी पैंदी है। पा नानक पाहे बाहरा कूड़े सोए ना कोए। कहिंदे फिर याद रखी, जदों तू पा तो बिना रंग नूं चाढ़न दी कोशिश करेंगा नहीं बन बनेगी। किदां रंगना फिर? भय विच खुंभ चढ़ाई है, परमात्मा दे निर्मल भाव विच खुंभ चढ़, शर्म पा तन होए, दशा नवां दी किरत कमाई कर, मेहनत कर, घट खा ला पर बेईमानी ना करी, शर्म पा तन होए, मेहनत दी पा ला, नानक भगती जे रपहे, नानक इदां तेरा मन भगती च रंगिया जाएगा, फिर कूड़े सोए न कोए, तेरे मन तक झूठ दी खबर नहीं पहुंचेगी, सुनेहा नहीं पहुंचेगा, ते असी सचारा जीवन जीव सकांगे। गुरु साहब की बाणी सानू सच्चा सचारा जीवन जीवन की प्रेरणा बख्शिश करती है। आप समूह इलाका निवासी, समूह संगतां, बड़े प्यार नाल समुचे प्रबंधक वीर ने रल मिल के संगतां दे सहयोग नाल, NRI वीर जो विदेशों च बैठे, तुहाडे परिवारों के सहयोग नाल, नगर निवासियों के वीर ने रल के तन मन धन दे नाल सेवा करके अज दा इस समागम नेपरे चाढ़िया है। सारिया संगतां दा तहे दिलो धन्नवाद, जिन्हें भी वीर ने अपने वालों इन्हां समागमां नूं सिरे चढ़ाउण विच सहयोग दित्ता। मालक सारे नूं तंदुरुस्ती दे, अरोगता प्यार इतफाक बख्शिश करे, सानू चढ़दी कला साडे मन नूं, असी गुरु की बाणी नूं अपनी जिंदगी विच वसा सकीए। सारिया संगतां दा धन्नवाद। फिर कितें समा बनिया फिर तुहाडे दर्शन करांगे, पहली वार तुहाडे इस नगर
ਨਜ਼ਰ ਆਉਣ ਦਾ ਮੌਕਾ ਮਿਲਿਆ। ਬੜੇ ਟਿਕਾਣ ਨਾਲ ਬੈਠ ਕੇ ਤੁਸੀਂ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਸ਼ੁਕਰਾਨਾ ਮਾਲਕ ਦਾ ਜਿਨ੍ਹਾਂ ਨੇ ਸਾਨੂੰ ਉੱਦਮ ਚਾਓ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਸਤਿਗੁਰ ਦੀ ਗੋਦ ਵਿੱਚ ਬੈਠ ਕੇ ਆਪਾਂ ਦੀਵਾਨ ਦੀ ਹਾਜ਼ਰੀ ਭਰੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ, ਅਦਬ ਸਤਿਕਾਰ ਨਾਲ ਫਤਿਹ ਬੁਲਾਓ ਤੇ ਬੜੇ ਪਿਆਰ ਨਾਲ ਸਾਧ ਸੰਗਤ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।